ਚੁਲੀ ਤਾਂ ਆਰਟਿਸਟ ਤਾਂ ਭੁੱਖਾ ਹੀ ਸ਼ਾਬਾਸ਼ੀ ਦਾ ਹੁੰਦਾ, ਬਿਲਕੁਲ ਤਾੜੀਆਂ ਦਾ ਹੁੰਦਾ, ਜੋ ਫਿਲਮ 'ਚ ਵੀ ਹੈ ਜੀ ਜੀ, ਕਿ ਉਹ ਕਹਿੰਦੇ ਆ ਕਿ ਸਤਾਰਿਆ ਪੈਸਿਆਂ ਲਈ ਨਹੀਂ ਗਾਉਣਾ, ਤਾੜੀਆਂ ਲਈ ਗਾਉਣਾ, ਅਤੇ ਸਤਾਰਾ ਕਹਿੰਦਾ ਉਸਤਾਦ ਜੀ ਪੈਸੇ ਦੀ ਤਾਂ ਪਹਿਲੀ ਕਮੀ ਕੋਈ ਨਹੀਂ। ਬਟ ਅੱਜ ਜਦੋਂ ਨਿਮਰਤ ਅਤੇ ਦਲਜੀਤ ਭਾਅ ਜੀ, ਅੱਜ ਜਦੋਂ ਫਿਲਮ ਤੋਂ ਬਾਅਦ ਅਸੀਂ ਜਦੋਂ ਕੋਈ ਵੀ ਵੇਖਦਾ ਤਾਂ ਮੈਨੂੰ ਲੱਗਦਾ ਕਿ ਬੰਦਾ ਇਹ ਸੋਚਦਾ ਕਿ ਯਾਰ ਹੋਰ ਸ਼ਾਇਦ ਕੋਈ ਹੋ ਹੀ ਨਹੀਂ ਸਕਦਾ ਸੀ। ਚੀਜ਼ਾਂ ਨੇ ਨਾ ਕਿ ਕਦੇ ਹਰ ਚੀਜ਼ ਇੱਕਦਮ 'ਚ ਨਹੀਂ ਦਿਖਦੀ, ਇੱਕਦਮ ਨਹੀਂ ਦਿਖਦੀ ਤੁਹਾਨੂੰ, ਔਰ ਜਿਸ ਜਿੰਨੇ ਤੁਸੀਂ ਆਸਪੈਕਟ ਦੀ ਗੱਲ ਕੀਤੀ, ਇੱਕ ਵਾਰੀ ਫਿਲਮ ਵੇਖ ਕੇ ਨਜ਼ਰ ਆਏ ਆ, ਤੁਸੀਂ ਦੁਬਾਰਾ ਵੇਖੋਗੇ ਤੁਹਾਨੂੰ 10 ਹੋਰ ਚੀਜ਼ਾਂ ਦਿਖਣਗੀਆਂ, ਬਿਲਕੁਲ, ਤੁਸੀਂ ਤੀਜੀ ਵਾਰੀ ਵੇਖੋਗੇ ਨਾ ਤੁਹਾਨੂੰ 10 ਹੋਰ ਚੀਜ਼ਾਂ ਦਿਖਣਗੀਆਂ। ਸੋ ਇਹ ਫਿਲਮ 'ਚ ਹਾਲੇ ਬਹੁਤ ਕੁਛ ਹੈ ਜੋ ਹਾਲੇ ਦਿਖਣਾ ਬਾਕੀ ਆ। ਬਿਲਕੁਲ, ਸ਼ਾਇਦ ਕਿ ਤੁਹਾਡਾ ਵੀ ਇਹਦੇ ਵਿੱਚ ਕੋਈ ਕਿਰਦਾਰ ਹੋਵੇਗਾ, ਕਦੀ ਸੋਚਿਆ ਨਹੀਂ ਕਿ ਹੋਣਾ ਚਾਹੀਦਾ ਸੀ, ਕੋਈ ਸੀਨ ਹੋਣਾ ਚਾਹੀਦਾ ਸੀ ਅਮਰਿੰਦਰ, ਹਾਂ ਤੁਹਾਡਾ ਜਾਂ ਅਮਰਿੰਦਰ ਭਾਈ ਦਾ ਕੋਈ ਸੀਨ ਹੋਣਾ ਚਾਹੀਦਾ ਸੀ ਇਹਦੇ ਵਿੱਚ? ਭਾਜੀ ਲਈ ਵੀ ਇੱਕ ਅਸੀਂ ਕਿਰਦਾਰ ਬਣਾ ਲਿਆ ਸੀਗਾ, ਕਿਆ ਕਿਰਦਾਰ ਹੈ, ਪਰ ਫਿਰ ਇੱਕ ਇੱਦਾਂ ਲੱਗਦਾ ਹੁੰਦਾ ਕਿ ਕਈ ਵਾਰੀ ਨਾ ਤੁਸੀਂ ਇਹ ਫਿਰ ਉਹ ਫਿਲਮੀ ਜੀ ਗੱਲ ਨਾ ਲੱਗੇ ਕਿ ਹੁਣ ਆਪਣੇ ਕੋਲ ਬੰਦੇ ਅਵੇਲੇਬਲ ਆ ਅਤੇ ਆਪਾਂ ਧੱਕੇ ਨਾਲ ਪਾਈ ਜਾਓ, ਹੈ ਨਾ। ਲਾਸਟ ਮੂਮੈਂਟ 'ਤੇ ਵੀ ਫਿਲਮ ਛਡਾਉਣੀ ਪੈਂਦੀ, ਬਸ ਕਰੋ। ਉਸੇ ਤਰ੍ਹਾਂ ਸ਼ੂਟ 'ਤੇ ਵੀ ਜੋ ਲਿਖਿਆ ਹੋਇਆ ਏ, ਮੈਂ ਉਹੀ ਸ਼ੂਟ ਨਹੀਂ ਕਰਦਾ, ਮੈਨੂੰ ਹੁੰਦਾ ਕਿ ਯਾਰ ਇਹਦੇ ਵਿੱਚ ਹੋਰ ਬੈਟਰ ਹੋ ਸਕਦਾ। ਸੋ ਸ਼ੂਟਿੰਗ ਵਾਲੇ ਦਿਨ ਮੈਂ ਉਹਦਾ ਬੈਟਰ ਵਰਜਨ ਬਣਾ ਰਿਹਾ ਹੁੰਦਾ, ਪਰ ਉਹ ਗੱਲ ਬਾਰ ਇੱਦਾਂ ਗਈ ਕਿ ਸ਼ੂਟਿੰਗ 'ਤੇ ਲਿਖਦਾ। ਸੋ ਸ਼ੂਟਿੰਗ 'ਤੇ ਲਿਖਣਾ ਤਾਂ ਇੰਪੋਸੀਬਲ ਆ, ਕਿੱਦਾਂ ਲਿਖ ਸਕਦੇ ਹੋ ਸਾਡੀ ਫਿਲਮ? ਇਹਦੀ ਬਿਲਬੋਰਡ ਤੇ ਗੱਲ ਹੋ ਰਹੀ ਆ, ਇਹਦੀ ਡੈਡਲਾਈਨ ਤੇ ਗੱਲ ਹੋ ਰਹੀ ਆ, ਔਰ ਇੱਕ ਦੀ ਗੱਲ ਹੋਰ ਵੱਡੀ ਹੋਣੀ ਆ, ਤਾਂ ਇਹ ਫਿਲਮ ਸਾਡੀ ਬੋਲੀ ਦੀ, ਅਸੀਂ ਬੋਲੀ ਤਾਂ ਦਿੱਤਾ ਖਾਂਦੇ ਹਾਂ, ਪਰ ਬੋਲੀ ਦਾ ਦਿੱਤਾ ਖਾਂਦੇ ਹਾਂ ਤਾਂ ਬੋਲੀ ਲਈ ਸਾਡੇ ਆਪਣੇ ਫਰਜ਼ ਵੀ ਨਿਭਾ ਰਹੇ ਹਾਂ, ਤਾਂ ਬੜਾ ਖੂਬਸੂਰਤ ਕੰਮ ਹੈ। ਹਸਬੈਂਡ ਵਾਈਫ ਦੀ ਕਹਾਣੀ ਨਹੀਂ ਆਏ, ਮੈਂ ਜੋ ਫੀਲ ਕੀਤਾ, ਇੱਕ ਗੁਰੂ ਔਰ ਉਹਦੇ ਸ਼ਗਿਰਦ ਦੀ ਵੀ ਕਹਾਣੀ ਹੈ, ਇੱਕ ਭੈਣ ਉਹਦੇ ਭਰਾ ਦੀ, ਹੈ ਨਾ, ਪਿਓ ਪੁੱਤ ਦੀ, ਹਰ ਕਿਸੇ ਦੀ, ਦੋਸਤ ਦੀ ਕਹਾਣੀ ਹੈ, ਇੱਕ ਦੋ ਕੰਪੀਟੀਟਰਸ ਕਿਵੇਂ ਦੇ ਆ ਉਹਨਾਂ ਦੀ ਕਹਾਣੀ ਹੈ। ਸੋ ਇਹ ਹਰ ਇੱਕ ਜਿਹੜੇ ਇਮੋਸ਼ਨਸ ਹੈ ਉਹ ਬੋਲਦੀ ਹੈ, ਵੱਖਰੀਆਂ ਵੱਖਰੀਆਂ ਕਹਾਣੀਆਂ ਇੱਕ ਕਹਾਣੀ ਦੇ ਵਿੱਚ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅਤੇ ਬਾਲੀਵੁੱਡ ਤੜਕਾ ਪੰਜਾਬੀ, ਮੈਂ ਤੁਹਾਡੇ ਨਾਲ ਨੇਹਾ ਮਨਹਾਸ। ਅੰਬਰਦੀਪ ਹੁਨਾ ਦੀ ਲਿਖਤ ਅਤੇ ਡਾਇਰੈਕਸ਼ਨ ਵਿੱਚੋਂ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਅਜਿਹਾ ਹੀਰਾ ਜੜਿਆ ਗਿਆ ਜੋ ਕਿ ਪੰਜਾਬੀ ਸਿਨੇਮਾ ਦੀ ਹਿਸਟਰੀ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ। ਜਦੋਂ ਵੀ ਇਸ ਦੀ ਗੱਲ ਚੱਲੇਗੀ, ਹਮੇਸ਼ਾ ਇਸ ਫਿਲਮ ਦਾ ਜ਼ਿਕਰ ਹੋਵੇਗਾ ਜਿਸਦਾ ਨਾਮ ਹੈ ਜੋੜੀ। ਬਹੁਤ ਲੰਬੇ ਚਿਰ ਤੋਂ ਉਡੀਕ ਸੀ ਜੋੜੀ ਰਿਲੀਜ਼ ਹੋਈ, ਦਿੱਕਤਾਂ ਜ਼ਰੂਰ ਵਿੱਚ ਆਈਆਂ, ਇੱਕ ਲੰਬਾ ਚਿਰ ਵੀ ਜਿਹੜਾ ਸਮਾਂ ਵੀ ਹੈ ਉਹ ਵੀ ਪਿਆ, ਪਰ ਜਦੋਂ ਰਿਲੀਜ਼ ਹੁੰਦੀ ਹੈ ਭਰਵਾਂ ਹੁੰਗਾਰਾ ਉਸਨੂੰ ਮਿਲਦਾ ਹੈ। ਅੱਜ ਅੰਬਰਦੀਪ ਸਾਡੇ ਨਾਲ ਮੌਜੂਦ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਸੋ ਜਿਵੇਂ ਮੈਂ ਕਿਹਾ ਕਿ ਇੱਕ ਹੀਰਾ ਜੜ ਦਿੱਤਾ ਤੁਸੀਂ, ਜੋੜੀ ਉਹ ਹੀਰਾ ਰਹਿੰਦੀ ਪੰਜਾਬੀ ਸਿਨੇਮਾ ਦੀ ਹਿਸਟਰੀ ਦੇ ਵਿੱਚ, ਇਸਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ, ਹਮੇਸ਼ਾ ਇਸਦੀ ਬਾਤ ਪਵੇਗੀ ਔਰ ਹਮੇਸ਼ਾ ਇਸ ਫਿਲਮ ਦੀ ਤਾਰੀਫ ਕੀਤੀ ਜਾਵੇਗੀ, ਕਿਉਂਕਿ ਇਮੋਸ਼ਨਸ ਇੰਨੇ ਸਾਰੇ ਔਰ ਇੰਨੀ ਬਖੂਬੀ ਤੁਸੀਂ ਲਿਖੇ ਹੈ, ਤੁਸੀਂ ਦਰਸਾਇਆ ਕਿ ਲੋਕ ਹੱਸਦੇ ਵੀ ਹੈ, ਜਦੋਂ ਡਰ ਕਿਤੇ ਆਉਂਦਾ ਸਕਰੀਨ 'ਤੇ ਉਹ ਡਰਦੇ ਵੀ ਹੈ ਅਤੇ ਉਹ ਰੋਂਦੇ ਵੀ ਹੈ। ਸੋ ਤੁਸੀਂ ਇਸ ਚੀਜ਼ ਲਈ ਵਧਾਈ ਦੇ ਪਾਤਰ ਹੋ, ਤੁਹਾਨੂੰ ਬਹੁਤ ਮੁਬਾਰਕਬਾਦ। ਥੈਂਕ ਯੂ ਸੋ ਮਚ ਜੀ, ਔਰ ਬਹੁਤ ਬਹੁਤ ਧੰਨਵਾਦ ਆਡੀਅੰਸ ਦਾ ਜਿਨ੍ਹਾਂ ਨੇ ਇਸ ਮਿਹਨਤ ਨੂੰ, ਇਸ ਕਿਰਤ ਨੂੰ, ਇਸ ਕਲਾ ਨੂੰ ਪਸੰਦ ਕੀਤਾ। ਅਸੀਂ ਅਕਸਰ ਆਪਣਾ ਤਾਂ ਅਸੀਂ ਹਰ ਫਿਲਮ 'ਚ ਜ਼ੋਰ ਲਾਉਂਦੇ ਹਾਂ ਜੀ, ਔਰ ਅਸੀਂ ਫਿਲਮਾਂ ਇੱਦਾਂ ਨਹੀਂ ਬਣਾਉਂਦੇ ਵੀ ਹਫ਼ਤੇ ਵਾਸਤੇ ਜਾਂ ਸ਼ੁੱਕਰਵਾਰ ਜਾਂ ਸ਼ਨੀਵਾਰ ਵਾਸਤੇ, ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਵੀ ਰਹਿੰਦੀ ਦੁਨੀਆ ਤੱਕ ਚੀਜ਼ ਰਵੇ ਰਵੇ ਬਿਲਕੁਲ, ਹੈ ਨਾ, ਉਹਨੂੰ ਕਿਸਮਤ ਫਿਲਮ ਦੀ ਹੈ ਵੀ ਕਿਹੜੀ ਰਹਿੰਦੀ ਹੈ ਕਿਹੜੀ ਨਹੀਂ ਰਹਿੰਦੀ। ਤਾਂ ਜੋੜੀ ਦੇ ਹਿੱਸੇ ਮੈਨੂੰ ਲੱਗਦਾ ਉਹ ਚੀਜ਼ ਆਈ ਆ ਜੀ, ਕਿ ਆਉਣ ਵਾਲੇ ਕਈ ਸਾਲਾਂ ਤੱਕ, ਦਹਾਕਿਆਂ ਤੱਕ ਇਹ ਫਿਲਮ ਦੀ ਬਾਤ ਪਵੇਗੀ ਜੀ, ਔਰ ਅਸੀਂ ਇਹਦੇ ਹਿੱਸੇ ਹਾਂ ਅੱਜ, ਸਾਨੂੰ ਇਹਦਾ ਮਾਣ ਹੈ। ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਬਿਲਕੁਲ, ਇਹ ਅੱਜ ਜੋੜੀ ਲੋਕਾਂ ਦੀ, ਹੁਣ ਸਾਡੀ ਨਹੀਂ ਆ, ਅਸੀਂ ਤਾਂ ਹੁਣ ਲੋਕ ਹਾਂ, ਅਸੀਂ ਤਾਂ ਹੁਣ ਲੋਕ। ਬਿਲਕੁਲ, ਜੋੜੀ ਦੇ ਥੋਟ ਤੋਂ ਲੈ ਕੇ ਇਸ ਦੇ ਰਿਲੀਜ਼ ਹੋਣ ਤੱਕ 12 ਸਾਲ ਦਾ ਵਕਫਾ ਜਿਹੜਾ ਪੈਂਦਾ ਹੈ ਨਾ, 12 ਸਾਲ ਕਹਿਣ ਨੂੰ ਹੁੰਦੇ ਹੈ, ਇੱਕ ਦਹਾਕਾ ਨਿਕਲ ਜਾਂਦਾ, 2 ਸਾਲ ਉਸ ਤੋਂ ਉੱਪਰ ਹੋ ਜਾਂਦੇ ਹੈ। ਅੱਜ ਜਦੋਂ ਰਿਲੀਜ਼ ਹੁੰਦੀ ਹੈ, ਕਮਾਈ ਪੱਖੋਂ ਵਧੀਆ ਕਰ ਰਹੀ ਹੈ, ਪਰ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੁੰਦੀ ਹੈ ਲੋਕਾਂ ਦੀ ਵਾਹ ਵਾਹੀ ਘਟਣੀ, ਉਹ ਘਟ ਰਹੀ ਹੈ।
ਕਿੰਨਾ ਸਕੂਨ ਦਿੰਦੀ ਹੈ ਇਹ ਚੀਜ਼ ਜਦੋਂ ਇੰਨੇ ਅੱਛੇ ਅੱਛੇ ਰਿਵਿਊਜ਼ ਸੁਣਦੇ ਹੋ, ਲੋਕਾਂ ਦੀ ਅੱਖਾਂ ਵਿੱਚ ਹੰਝੂ ਨੇ, ਲੋਕ ਖੁਸ਼ ਹੋ ਕੇ ਨਿਕਲ ਰਹੇ ਨੇ ਥੀਏਟਰਸ ਤੋਂ, ਇਹ ਕਿੰਨਾ ਸਕੂਨ ਮਿਲਦਾ ਹੈ ਦੇਖ ਕੇ? ਬਹੁਤ ਸਕੂਨ ਹੈ ਜੀ। ਐਕਚੁਅਲੀ ਤਾਂ ਆਰਟਿਸਟ ਤਾਂ ਭੁੱਖਾ ਹੀ ਸ਼ਾਬਾਸ਼ੀ ਦਾ ਹੁੰਦਾ, ਬਿਲਕੁਲ ਤਾੜੀਆਂ ਦਾ ਹੁੰਦਾ, ਜੋ ਫਿਲਮ 'ਚ ਵੀ ਹੈ ਜੀ ਜੀ, ਕਿ ਉਹ ਕਹਿੰਦੇ ਆ ਕਿ ਸਤਾਰਿਆ ਪੈਸਿਆਂ ਲਈ ਨਹੀਂ ਗਾਉਣਾ, ਤਾੜੀਆਂ ਲਈ ਗਾਉਣਾ, ਤੇ ਸਤਾਰਾ ਕਹਿੰਦਾ ਉਸਤਾਦ ਜੀ ਪੈਸੇ ਦੀ ਤਾਂ ਪਹਿਲੇ ਹੀ ਕਮੀ ਕੋਈ ਨਹੀਂ। ਨਜ਼ਰੋਂ ਓਹਲੇ ਨਹੀਂ ਕਰ ਸਕਦੇ, ਔਰ ਲੋਕ ਸਾਡੇ ਇੰਜੋਏ ਕਰਦੇ, ਅਸੀਂ ਜ਼ਿੰਦਗੀਆਂ ਵੀ ਹੱਸਦੇ ਹੱਸਦੇ ਜਿਉਂਦੇ ਹਾਂ, ਔਰ ਠੀਕ ਹੈ ਕਿ ਜੋ 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 ਮੂਡ ਆਉਂਦੇ ਨੇ ਉਹਨਾਂ ਦਾ ਸਾਹਮਣਾ ਵੀ ਕਰਦੇ ਹਾਂ, ਫਿਰ ਕਦੇ ਉਹ ਹੰਝੂ ਦਿੰਦੇ ਨੇ, ਕਦੇ ਡਰ ਦਿੰਦੇ ਨੇ, ਕਦੇ ਕੋਈ ਸਿੱਖਿਆ ਦਿੰਦੇ ਨੇ, ਹੈਨਾ। ਸੋ ਬਹੁਤ ਖੁਸ਼ ਹਾਂ ਜੀ, ਔਰ ਤਾੜੀਆਂ ਲਈ ਸ਼ਾਬਾਸ਼ੀ ਲਈ ਕੀਤਾ ਗਿਆ ਸੀਗਾ, ਅਤੇ ਅੱਜ ਬਹੁਤ ਜਿਸ ਜਿਸ ਤਰ੍ਹਾਂ ਦਾ ਮੁਹੱਬਤ ਮਿਲ ਰਹੀ ਹੈ ਫਿਲਮ ਨੂੰ, ਇਹ 12 ਸਾਲ ਦੀ ਜਿਹੜੀ ਸਬਰ ਹੈ, ਜਿਹੜਾ ਇੰਤਜ਼ਾਰ ਹੈ, ਉਹ ਅੱਜ ਸੈਟਿਸਫੈਕਟਰੀ ਆ। ਸਕੂਨ ਮਿਲਦਾ ਕਿ ਹਾਂ ਇੱਕ ਚੀਜ਼ ਨੂੰ ਇੰਨਾ ਟਾਈਮ ਦਿੱਤਾ, ਹਾਲਾਂਕਿ ਫਿਲਮਾਂ ਵਿੱਚ ਕਰਦੇ ਰਹੇ ਅਸੀਂ, ਬਟ ਇਸ ਫਿਲਮ ਨੂੰ ਵੀ ਕਾਫੀ ਟਾਈਮ ਲਗਾਤਾਰ ਦਿੱਤਾ ਗਿਆ, ਅਤੇ ਜਦੋਂ ਅੱਜ ਹਰ ਬੰਦਾ ਇੱਕ ਇੱਕ ਹਰ ਮੇਕਰ ਦੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਹਰ ਬੰਦਾ ਤੁਹਾਡੀ ਫਿਲਮ ਤੋਂ ਖੁਸ਼ ਹੋਵੇ ਨਾ, ਉਹ ਤੁਹਾਡੀ ਜਿੱਤ ਆ। ਅਤੇ ਅੱਜ ਉਹ ਜਿਵੇਂ ਸਿਨਮੇ ਵਾਲੇ ਵੰਡ ਲੈਂਦੇ ਆ ਮਾਸਿਸ ਅਤੇ ਕਲਾਸਿਸ, ਰਾਈਟ? ਸੋ ਇਹ ਫਿਲਮ ਉਹ ਖੁਸ਼ਕਿਸਮਤ ਫਿਲਮ ਹੈ ਜਿਹੜੀ ਦੋਨੋਂ ਪਾਸੇ ਬਹੁਤ ਮੁਹੱਬਤ ਬਟੋਰ ਰਹੀ ਹੈ। ਬਿਲਕੁਲ, ਬਟ ਜਦੋਂ ਰਿਲੀਜ਼ਿੰਗ ਡੇ ਹੁੰਦਾ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਕਈ ਦਿੱਕਤਾਂ ਆਉਂਦੀਆਂ, ਉਸਨੂੰ ਤੁਸੀਂ ਉਸੇ ਦਿਨ ਕਲੀਅਰ ਕਰਦੇ ਹੋ, ਔਰ ਰਾਤ ਨੂੰ ਪਹਿਲਾ ਸ਼ੋਅ ਜਿਹੜਾ ਹੈ ਲੱਗ ਜਾਂਦਾ ਹੈ। ਜਦੋਂ ਇਹ ਸ਼ੋਅ ਇੰਡੀਆ ਦੇ ਵਿੱਚ ਲੱਗਦਾ ਹੈ, ਕਿਉਂਕਿ ਦਿਲਜੀਤ ਹੁਣਾਂ ਨਾਲ ਤੁਹਾਡਾ ਅਸੀਂ ਲਾਈਵ ਸੁਣਦੇ ਹਾਂ, ਬਟ ਅਮਰਿੰਦਰ ਹੁਣਾਂ ਦਾ ਕੀ ਰਿਐਕਸ਼ਨ ਸੀਗਾ, ਕਾਰਜ ਹੁਣਾਂ ਨੇ ਤੁਹਾਨੂੰ ਕੀ ਕਿਹਾ ਸੀ ਜਦੋਂ ਫਿਲਮ ਇੱਥੇ ਲੱਗ ਜਾਂਦੀ ਹੈ? ਜੀ, ਸਾਰੀ ਟੀਮ ਹੀ ਖੁਸ਼ ਸੀ, ਔਰ ਇਹਦੇ 'ਚ ਬਹੁਤ ਵੱਡਾ ਕਿਉਂਕਿ ਪ੍ਰੋਡਿਊਸਰ ਸਨ ਭਾਅ ਜੀ ਹੁਣੀ, ਤਾਂ ਉਹਨਾਂ ਦਾ ਬਹੁਤ ਜ਼ੋਰ ਲੱਗਾ, ਔਰ ਉਹਨਾਂ ਦੀ ਵੀ ਬਹੁਤ ਦਿਲ ਦੇ ਨੇੜੇ ਦੀ ਫਿਲਮ ਸੀ, ਸੋ ਉਹ ਵੀ ਚਾਹੁੰਦੇ ਸਨ ਕਿ ਯਾਰ ਅੱਗੇ ਫਿਲਮ ਨਾਲ ਬਹੁਤ ਧੱਕੇ ਹੋ ਗਏ ਆ, ਸੋ ਕਿਸੇ ਤਰੀਕੇ ਨਾਲ ਵੀ ਅੱਜ ਫਿਲਮ ਇਹ ਲੱਗੇ ਬਿਲਕੁਲ, ਤਾਂ ਬੜਾ ਸ਼ੁਕਰ ਹੈ, ਔਰ ਸਾਰੀ ਟੀਮ ਹੀ ਖੁਸ਼ ਹੈ ਜੀ। ਉਹ ਤਾਂ ਜਿੱਦਣ ਲੱਗੀ ਹੈ, ਔਰ ਪਹਿਲਾ ਦਿਨ ਸਾਡਾ ਮਤਲਬ 8 ਵਜੇ ਲੱਗੀ ਹੈ, 11 ਵਜੇ ਤੱਕ ਲੱਗੀ, ਅਤੇ ਪਹਿਲਾ ਦਿਨ ਸਾਡਾ 60 ਲੱਖ, ਉੱਦਾਂ ਵੀ ਚਲੋ ਪਤਾ ਨਹੀਂ ਪੈਸੇ ਦੱਸਣੇ ਦੇਖ ਲਈ ਨਹੀਂ, ਠੀਕ ਹੈ, ਪਤਾ ਹੋਣਾ ਚਾਹੀਦਾ। 2-3 ਘੰਟੇ ਜੀ ਫਿਲਮ, ਜੋ ਮਤਲਬ ਲੋਕ ਫਿਰ ਉਸ ਦਿਨ ਵੀ ਗੁੱਸਾ ਵੀ ਕਰ ਰਹੇ ਸਨ ਕਿ ਯਾਰ ਹੁਣ ਇੰਨਾ ਇੰਤਜ਼ਾਰ ਕਰਾਇਆ, ਅੱਜ ਫਿਰ ਤੁਸੀਂ ਉਹ ਕੀਤਾ। ਪਰ ਕਈ ਵਾਰੀ ਫਿਲਮ ਦੀ ਕਿਸਮਤ ਹੁੰਦੀ ਹੈ, ਜੋੜੀ ਆਈ ਤਾਂ ਲੇਟ ਆ, ਪਰ ਜਦੋਂ ਆਈ ਹੈ ਤਾਂ ਜੋੜੀ ਨੇ ਰੌਣਕਾਂ ਲਾਤੀਆਂ, ਬਿਲਕੁਲ ਲਾਈਆਂ ਨੇ, ਹੈ ਨਾ। ਔਰ ਹਰ ਕੋਈ ਇਸ ਚੀਜ਼ ਨੂੰ ਬਹੁਤ ਉਡੀਕ ਵੀ ਰਿਹਾ ਸੀ, ਹਰ ਜਗ੍ਹਾ ਇਹ ਸਵਾਲ ਹੁੰਦਾ ਸੀ ਜਦੋਂ ਤੁਸੀਂ ਕਿਤੇ ਪ੍ਰੀਮੀਅਰ 'ਤੇ ਪਹੁੰਚਦੇ ਹੁੰਦੇ ਸੀਗੇ ਕਿ ਜੋੜੀ ਕਦੋਂ ਆਏਗੀ, ਹੈ ਨਾ, ਤੁਹਾਨੂੰ ਹਰ ਕੋਈ ਪੁੱਛਦਾ ਹੁੰਦਾ ਸੀ, ਹੋਰ ਫਿਲਮਾਂ ਦੇ ਜ਼ਿਕਰ ਵੀ ਹੁੰਦੇ ਸੀਗੇ, ਬਟ ਉਸ ਜੋੜੀ ਦਾ ਜ਼ਿਕਰ ਹੁੰਦਾ ਸੀ ਜੋ ਸਭ ਦੇ ਸਾਹਮਣੇ ਹੁਣ ਆਈ। ਮੈਂ ਕਹਿੰਦਾ ਜੀ ਜੋੜੀ ਦਾ ਤਾਂ ਇੰਨਾ ਜ਼ਿਕਰ ਸੀਗਾ ਕਿ ਕੋਈ ਵੀ ਫਿਲਮ ਕਰਦੇ ਸਾਂ ਥੱਲੇ ਜੋੜੀ। ਸੋ ਮੈਂ ਅੱਜ ਸੱਚੀ ਕਹਿੰਦਾ, ਮੈਂ ਗਲਤੀ ਮੈਂ ਮਹਿਸੂਸ ਕਰਦਾ, ਮੈਂ ਕੀਤਾ, ਮੈਂ ਕੁਝ ਲੋਕ ਬਲੌਕ ਕੀਤੇ, ਮੈਂ ਯਾਰ ਮੈਨੂੰ ਜਿਉਂ ਲੈਣ ਦਿਓ ਵੀਰੇ, ਉਹ ਵੀ ਕਰ ਰਹੇ ਆ, ਉਹਨੂੰ ਅੱਛਾ ਉਹਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਉਹ ਫਿਲਮ ਛੱਡ ਗਏ ਹਾਂ ਜਾਂ ਉਹ ਫਿਲਮ ਤੋਂ ਧਿਆਨ, ਪਰ ਮੈਨੂੰ ਗੁੱਸਾ ਇਸ ਗੱਲ ਤੋਂ ਸੀ ਕਿ ਯਾਰ ਮੇਰੇ ਅਤੇ ਮੇਰੀ ਇਮਾਨਦਾਰੀ 'ਤੇ ਇਸ ਫਿਲਮ ਨੂੰ ਲੈ ਕੇ ਸ਼ੱਕ ਨਾ ਕਰ ਸਕਦੇ, ਕਿ ਜੇ ਮੈਂ ਤਾਂ ਮੈਨੂੰ ਲੱਗਦਾ ਜਿਉਂ ਹੀ ਇਸ ਫਿਲਮ ਲੈ ਰਿਹਾ ਆ ਇਸ ਘੜੀ, ਬਿਲਕੁਲ ਮੈਨੂੰ ਤਾਂ ਇਸ ਫਿਲਮ ਤੋਂ ਉੱਪਰ ਕੁਝ ਹੈ ਹੀ ਨਹੀਂ ਇਸ ਵਕਤ, ਤਾਂ ਉਹ ਠੀਕ ਹੈ, ਉਹ ਵਕਤ ਹੁੰਦਾ। ਸੋ ਅੱਜ ਪਰ ਲੋਕਾਂ ਦੇ ਗੁੱਸੇ ਗਿਲੇ ਵੀ ਦੂਰ ਹੋਇਆ। ਜਦੋਂ ਅਸੀਂ ਇਸ ਫਿਲਮ ਨੂੰ ਦੇਖਦੇ ਹਾਂ, ਉਹ ਬਾਜ਼ਾਰ ਜਿਹੜੇ ਅਸੀਂ ਸਿਰਫ ਕਿਤੇ ਸੁਣੇ ਸੀਗੇ, ਹੈ ਨਾ, ਜਾਂ ਕਿਤੇ ਪੁਰਾਣੀ ਫਿਲਮਾਂ ਦੇ ਵਿੱਚ ਵੇਖੇ ਸੀਗੇ, ਉਹ ਬਾਜ਼ਾਰ ਹੁੰਦੇ ਆ, ਉਹ ਆਰਟਿਸਟ ਇੱਕ ਦੂਜੇ ਦੇ ਆਹਮਣੇ ਸਾਹਮਣੇ, ਹੈ ਨਾ, ਅੱਜ ਕੱਲ੍ਹ ਦੇ ਆਫਿਸਿਸ ਵੱਖਰੀ ਵੱਖਰੀ ਥਾਵਾਂ 'ਤੇ ਖੁੱਲ੍ਹੇ ਹੋਏ ਨੇ, ਪਰ ਉਹ ਇੱਕੋ ਹੀ ਥਾਂ 'ਤੇ ਜਿਹੜੇ ਹੈ, ਜਿਹੜੇ ਦਫ਼ਤਰ ਵੀ ਹੈਗੇ ਆ, ਹੈ ਨਾ, ਕੰਪੀਟੀਸ਼ਨ ਜੋ ਚੱਲ ਰਿਹਾ ਹੁੰਦਾ, ਸਭ ਕੁਝ ਉੱਥੇ ਅਸੀਂ ਦੇਖਦੇ ਹਾਂ, ਉਹ ਪੂਰਾ ਇੱਕ ਦੌਰ ਅਸੀਂ ਪੂਰਾ ਦੇਖਦੇ ਹਾਂ, ਇੱਕ ਇਮੋਸ਼ਨ ਨੂੰ ਅਸੀਂ ਫੀਲ ਕਰਦੇ ਹਾਂ, ਹੈ ਨਾ, ਚਾਹੇ ਚੇਲੇ ਨੂੰ ਗੁਰੂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ, ਜਾਂ ਕਹਿ ਲਈਏ ਕਿ ਉਹਨੂੰ ਉਡੀਕ ਕਰਵਾਈ, ਪਰ ਫਿਰ ਵੀ ਉਹ ਸ਼ਾਗਿਰਦ ਦੇ ਦਿਲ 'ਚ ਰਿਸਪੈਕਟ ਸੀਗੀ ਆਪਣੇ ਗੁਰੂ ਦੇ ਲਈ, ਹੈ ਨਾ। ਉਹ ਅਸੀਂ ਦੇਖਦੇ ਹਾਂ ਜਦੋਂ ਆਉਂਦਾ ਹੈ, ਇੱਕ ਸੀਨ ਮੈਨੂੰ ਬੜਾ ਵਧੀਆ ਲੱਗਿਆ ਕਿ ਜਦੋਂ ਹਰਦੀਪ ਜੀ ਜਾਂਦੇ ਨੇ ਦਿਲਜੀਤ ਜੀ ਕੋਲ, ਹੈ ਨਾ, ਉਹ ਫਟਾਫਟ ਅੰਦਰ ਚੱਲ ਜਾਂਦੇ ਚਾਹ ਬਣਾਉਣ ਲਈ, ਹੈ ਨਾ। ਉਹ ਬੜਾ ਪਿਆਰਾ ਸੀਨ ਹੈ ਕਿ ਚਾਹੇ ਉਹਨੂੰ ਪਤਾ ਹੈ ਕਿ ਇਹਨਾਂ ਨੇ ਮੈਨੂੰ ਹਜੇ 5 ਸਾਲ ਹੋਰ ਨਹੀਂ ਚੱਲਣ ਦੇਣਾ ਸੀਗਾ, ਪਰ ਫਿਰ ਵੀ ਇੱਕ ਰਿਸਪੈਕਟ ਹੈ ਕਿ ਮੈਂ ਇਹਨਾਂ ਤੋਂ ਸਿੱਖਿਆ, ਚਾਹੇ ਮੈਨੂੰ ਚਾਹਵਾਂ 'ਤੇ ਲਾਇਆ ਹੈ ਕਿ ਹਾਂ ਤੂੰ ਚਾਹ ਬਣਾ, ਪਰ ਮੈਨੂੰ ਬੜਾ ਪਿਆਰ ਇਹਨਾਂ ਨੇ ਦਿੱਤਾ, ਹੈ ਨਾ, ਇਸ ਗੱਲ ਨੂੰ ਮੈਂ ਸਿੱਖਿਆ ਇਹਨਾਂ ਤੋਂ। ਉਹ ਬੜਾ ਇਮੋਸ਼ਨ ਜਿਹੜਾ ਹੈ ਉਹ ਦਿਲ ਨੂੰ ਛੂੰਹਦਾ। ਇੱਕ ਹੋਰ ਭੈਣ ਵਾਲਾ ਸੀਨ,
ਉਹ ਬੜਾ ਖੂਬਸੂਰਤ ਸੀਨ ਹੈ ਕਿ ਜਦੋਂ ਇੱਕ ਭੈਣ ਤੋਂ ਰਜ਼ਾਮੰਦੀ ਲੈਣੀ ਹੁੰਦੀ ਕਿ ਭਾਈ ਤੁਸੀਂ ਗਾਣੇ ਸਿਲੈਕਟ ਕਰੋ, ਤੇ ਭੈਣ ਜਦੋਂ ਗਾਣਾ ਸੁਣਦੀ ਆਖਰੀ ਵਾਲਾ ਹੈ ਨਾ ਕਿ ਉਹ ਰੋ ਪੈਂਦੀ ਆ, ਉਹ ਅਸੀਂ ਵੀ ਰੋ ਪੈਂਦੇ ਹਾਂ ਉਸ ਸੀਨ ਦੇਖ ਕੇ। ਇੱਥੇ ਇਹ ਵੀ ਚੀਜ਼ ਹੈ ਕਿ ਉਸ ਭੈਣ ਨੂੰ ਦਿਲਜੀਤ ਨੇ ਜਿਹੜਾ ਸਿਤਾਰ ਹੈ ਉਹਨੇ ਬਚਪਨ 'ਚ ਜਦੋਂ ਮਾਂ ਮਰਨ ਤੋਂ ਬਾਅਦ ਸਾਂਭਿਆ ਹੁੰਦਾ ਹੈ ਨਾ, ਬੜੀ ਚੀਜ਼ਾਂ ਸਿੰਬੋਲਿਕ ਜੀਆਂ ਹੈਗੀਆਂ ਜੋ ਦਿਖਾਉਂਦੀਆਂ ਨੇ। ਬੜਾ ਸੋਹਣਾ ਸਵਾਲ ਵੀ ਚੱਕੇ ਗਏ ਨੇ ਤੁਹਾਡੀ ਬਿਨਾਂ ਕੁਝ ਕਹੇ, ਹੈ ਨਾ, ਬਹੁਤ ਚੀਜ਼ਾਂ ਸਵਾਲ ਵੀ ਚੱਕੇ ਗਏ ਇਸ ਫਿਲਮ ਦੇ ਵਿੱਚ ਜੋ ਸ਼ਾਇਦ ਲੋਕਾਂ ਨੂੰ ਸਮਝ ਆ ਗਏ ਕਿ ਹਾਂ ਇਹ ਕਿਸ ਚੀਜ਼ ਨੂੰ ਲੈ ਕੇ ਹੈਗੇ ਆ। ਸੋ ਮੈਨੂੰ ਲੱਗਦਾ ਬੜਾ ਹੀ ਪਿਆਰੀ ਜਿਹੀ ਚੀਜ਼ਾਂ ਤੁਸੀਂ ਜਿਹੜੀਆਂ ਇਸ ਫਿਲਮ ਦੇ ਵਿੱਚ ਦਿਖਾਈਆਂ, ਬਹੁਤ ਸਾਰੇ ਸੀਨਸ ਹੈਗੇ ਆ। ਤੁਹਾਡਾ ਫੇਵਰੇਟ ਸੀਨ ਮੈਂ ਤੁਹਾਡੇ ਲਾਈਫ ਦੇ ਵਿੱਚ ਸੁਣਿਆ ਕਿਹੜਾ ਸੀਗਾ, ਹੈ ਨਾ, ਔਰ ਇੱਕ ਹੋਰ ਸੀਨ ਹੈ ਜਦੋਂ ਚਿੱਠੀ ਮਿਲਦੀ ਹੈ ਅਤੇ ਉਹ ਡਰਦਾ ਜ਼ਰੂਰ ਹੈ ਪਰ ਉਹ ਰੁਕਦਾ ਨਹੀਂ ਹੈ ਗਾਣਾ। ਇਹ ਚੀਜ਼ਾਂ ਬੜੀਆਂ ਹੈ ਨਾ ਵਧੀਆ ਹੈਗੀਆਂ ਜੋ ਹੈਗੀਆਂ। ਆਪਣੇ ਇਸ ਫਰੇਮਸ ਦੇ ਵਿੱਚ ਤੁਸੀਂ ਬਹੁਤ ਕੁਝ ਦਿਖਾਇਆ ਅਤੇ ਇਹ ਜਿਹੜੇ ਕਰੈਕਟਰਸ ਹੈ, ਜਿਹੜੇ ਕਿਰਦਾਰ ਹੈ, ਤੁਸੀਂ ਕਿਹਾ ਇਹਨਾਂ 'ਤੇ ਮੇਰਾ 12 ਸਾਲ ਕੰਮ ਚੱਲਦਾ ਰਿਹਾ ਹੈ ਨਾ, 10 ਸਾਲ ਜਿਹੜਾ ਕੰਮ ਚੱਲਦਾ ਰਿਹਾ, ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਚੱਲਦੇ ਹੁੰਦੇ ਸੀ, ਕੀ ਬਾਤਾਂ ਪਾਉਂਦੇ ਹੁੰਦੇ ਸੀ ਆਪਸ ਦੇ ਵਿੱਚ, ਕਿਹੜੀਆਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਇਹਨਾਂ ਕਿਰਦਾਰਾਂ ਦੀਆਂ? ਜਦੋਂ ਵੀ ਇਹ ਕਿਸੇ ਫਿਲਮ 'ਤੇ ਕੰਮ ਹੁੰਦਾ ਤਾਂ ਰਿਸਰਚ ਵਰਕ ਹੁੰਦਾ ਉਹ 'ਤੇ, ਸੋ ਇਹਦੇ 'ਤੇ ਵੀ ਉਹ ਰਿਸਰਚ ਵਰਕ ਸੀ। ਇਹ ਸਾਰੇ ਕਿਰਦਾਰ ਉਸੇ ਰਿਸਰਚ ਵਰਕ ਦੌਰਾਨ ਪੈਦਾ ਹੋਏ ਆ, ਲੱਭੇ ਆ। ਕਈਆਂ ਨੇ ਆਪ ਮੋਢੇ ਤੋਂ ਫੜ ਕੇ ਕਿਹਾ ਕਿ ਮੇਰੀ ਗੱਲ ਕਰਨੀ ਆ। ਸੋ ਇਹ ਸਾਰੇ ਕਿਰਦਾਰ ਜਿਹੜੇ ਆ ਇਹ ਵਕਤ ਦੇ ਨਾਲ ਆਪਣੀ ਆਪਣੀ ਜਗ੍ਹਾ ਬਣਾਉਂਦੇ ਗਏ ਆ, ਹੈ ਨਾ। ਔਰ ਮੈਂ ਸਿਰਫ ਇਹ ਗੱਲ ਕਰਨੀ ਚਾਹੁੰਦਾ ਸਾਂ ਕਿ ਜੋ ਤੁਹਾਡੇ ਅਸੀਂ ਫਰੇਮ ਦੇ ਵਿੱਚ ਵੇਖਦੇ ਹਾਂ ਕਿ ਜੀ ਕਲਾਕਾਰ ਜਦੋਂ ਆਪਾਂ ਗਾਣਾ ਸੁਣਦੇ ਹਾਂ ਜਾਂ ਫਿਲਮ ਵੇਖਦੇ ਹਾਂ, ਆਪਾਂ ਸਿਰਫ ਉਹਨਾਂ ਦੇ ਦੁਆਰਾ ਕੀਤੇ ਹੋਏ ਪਲੇ ਕੀਤੇ ਹੋਏ ਕਿਰਦਾਰ ਵੇਖਦੇ ਹਾਂ, ਆਪਾਂ ਉਹਨਾਂ ਨੂੰ ਨਹੀਂ ਵੇਖਦੇ। ਜੇ ਗਾਣੇ 'ਚ ਵੀ ਕੋਈ ਕਹਿ ਰਿਹਾ ਨਾ ਕਿ ਪੱਟ ਦੂ ਚਗਾਠ ਜੱਟੀਏ ਸਮਥਿੰਗ, ਜੋ ਵੀ ਕਹਿ ਰਿਹਾ ਤਾਂ ਉਹ ਕਿਰਦਾਰ ਕਹਿ ਰਿਹਾ, ਉਹ ਕਲਾਕਾਰ ਨਹੀਂ ਕਹਿ ਰਿਹਾ। ਤਾਂ ਅਸੀਂ ਉਹਨਾਂ ਕਲਾਕਾਰਾਂ ਦੀ ਅਸਲ ਜ਼ਿੰਦਗੀ ਨਹੀਂ ਵੇਖੀ ਕਦੇ, ਤਾਂ ਮੈਨੂੰ ਇਸ ਵੀ ਯਾਰ ਉਹ ਜ਼ਿੰਦਗੀ ਤਾਂ ਮਿਸ ਆ। ਲੋਕ ਇਹਨਾਂ ਨੂੰ ਜ਼ਿਆਦਾ ਜੇਠ ਵਾਂਗੂ ਜਾਣਦੇ ਆ ਜਾਂ ਦਿਓਰ ਵਾਂਗੂ ਜਾਣਦੇ ਆ ਜਾਂ ਜੀਜੇ ਵਾਂਗੂ ਜਾਣਦੇ ਆ ਸਾਲੇ ਵਾਂਗੂ ਜਾਣਦੇ ਆ, ਹੈ ਨਾ, ਉੱਦਾਂ ਦੇ ਕਿਰਦਾਰ ਕੀਤੇ ਹੋਏ ਨੇ। ਉਹ ਲਿਖਦੇ ਆ ਅਤੇ ਕਿਰਦਾਰ ਲਿਖਦੇ ਨੇ, ਉਹਨਾਂ ਨੂੰ ਉਹਨਾਂ ਨੂੰ ਹੰਡਾਉਂਦੇ ਨੇ, ਗਾਉਂਦੇ ਨੇ। ਤਾਂ ਮੈਨੂੰ ਇਹ ਸੀ ਕਿ ਮੈਂ ਉਹਨਾਂ ਬੰਦਿਆਂ ਦੀ ਗੱਲ ਕਰਾਂ ਜਿਹੜੇ ਅਸਲ 'ਚੋਂ ਅੰਦਰੋਂ ਹੈਗੇ ਆ, ਉਹਦੇ ਦੌਰਾਨ ਹੀ ਇਹ ਸਾਰੇ ਕਿਰਦਾਰ ਨੇ। ਔਰ ਮੈਨੂੰ ਤੁਸੀਂ ਗੱਲ ਕੀਤੀ ਕਿ ਫੇਵਰੇਟ ਉਹ ਵਾਲੀ ਗੱਲ ਕਿ ਕਿਰਦਾਰ ਦੀ ਜਾਂ ਸੀਨ ਦੀ, ਮੇਰਾ ਇੱਕ ਫੇਵਰੇਟ ਜਾਂ ਕਹਿ ਲਓ ਮੈਂ ਜਿਸ ਚੀਜ਼ ਨੂੰ ਲੈ ਕੇ ਬਹੁਤ ਖੁਸ਼ ਸਾਂ ਔਰ ਬੜਾ ਮੈਂ ਮਹਿਸੂਸ ਕਰਦਾ ਸਾਂ ਯਾਰ, ਜਿਹੜੇ ਉਹ ਸ਼ਾਮ ਨੂੰ ਅਖਾੜਾ ਲਾਉਣ ਤੋਂ ਬਾਅਦ ਆਪਣੇ ਆਪਣੇ ਅਖਾੜੇ ਲਾ ਕੇ ਆ ਕੇ ਉਹ ਕਿਸੇ ਨਾ ਕਿਸੇ ਢਾਬੇ 'ਤੇ ਇਕੱਠੇ ਹੁੰਦੇ ਸੀ, ਕਿਸੇ ਨਾ ਕਿਸੇ ਹਾਥੇ 'ਤੇ ਇਕੱਠੇ ਹੁੰਦੇ ਸੀ। ਸੋ ਇਹ ਗੱਲ ਮੈਂ ਸੁਣੀ ਆ, ਇਹ ਗੱਲ ਮੈਂ ਪੜ੍ਹੀ ਆ, ਇਹ ਗੱਲ ਮੈਂ ਵੇਖੀ ਆ, ਇਹ ਗੱਲ ਮੈਂ ਰਿਸਰਚ ਦੌਰਾਨ ਮੇਰੀਆਂ ਸਾਹਮਣੇ ਆਈ ਅੱਖਾਂ ਦੇ। ਤਾਂ ਮੈਨੂੰ ਇਹ ਗੱਲ ਫਿਲਮ 'ਚ ਵੀ ਪਾਈ ਆ ਕਿ ਯਾਰ ਉਹ ਸ਼ਾਮ ਨੂੰ, ਯਾਦ ਹੀ ਸ਼ਾਇਦ ਤੁਹਾਡੇ ਜਿਸ ਨੂੰ ਦੇਖੀ ਹੋਵੇ ਕਿ ਉਹ ਜਸ਼ੀਲਾ ਆਉਂਦਾ ਹੈ ਕਿ ਬੜੇ ਪ੍ਰੋਗਰਾਮ ਲੱਗ ਰਹੇ ਆ, ਉਹਨੂੰ ਢਾਬੇ ਗੱਡੀ ਵਾਲਾ ਇੱਕ ਜਿਹੜੇ ਕਹਿੰਦੇ ਕਿ ਯਾਰ 2 ਸਾਲ ਹੋ ਗਏ ਕਿ ਨਹੀਂ ਕੁਛ ਢਾਬੇ 'ਤੇ ਬੈਠਿਆਂ ਨੂੰ। ਤਾਂ ਅੱਜ ਉਹ ਚੀਜ਼ ਨਹੀਂ ਆ, ਅੱਜ ਉਹ ਮਿਲਵਰਤਨ ਨਹੀਂ ਹੈ। ਦੇਖੋ ਮਿਲਵਰਤਨ ਹੁੰਦਾ ਤੁਹਾਡਾ ਆਪਸ 'ਚ ਰਾਬਤਾ ਹੁੰਦਾ, ਤੁਸੀਂ ਇੱਕ ਦੂਜੇ ਬਾਰੇ ਕੰਪੀਟੀਟਰ ਵੀ ਹੁੰਦੇ ਹੋ, ਪਰ ਨਾ ਫਿਰ ਵੀ ਇੱਕ ਮਿਲਵਰਤਨ ਸੀਗਾ ਉਦੋਂ, ਅੱਜ ਉਹ ਮਿਸ ਆ। ਸੋ ਲੋਕਾਂ ਲਈ ਉਹ ਵੀ ਚੀਜ਼ ਦਿਖਾਉਣੀ ਮੈਨੂੰ ਲੱਗਾ ਸੀ ਕਿ ਜ਼ਰੂਰੀ ਹੈ ਕਿ ਅੱਜ ਦੇ ਕਲਾਕਾਰਾਂ ਨੂੰ ਵੀ ਇਹ ਚੀਜ਼ ਵਿਖਾਈ ਜਾਵੇ ਕਿ ਭਰਾ ਆਪਸ 'ਚ ਕੰਪੀਟੀਸ਼ਨ ਆ, ਸਾਰਾ ਕੁਛ ਆ, ਬਟ ਫਿਰ ਵੀ ਲੋਕ ਉਦੋਂ ਮਿਲਦੇ ਸੀ, ਮਿਲਦੇ ਸੀ, ਤੁਸੀਂ ਜ਼ਰੂਰ ਮਿਲੋ। ਮਿਲ ਕੇ ਨਾ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ, ਕਲਾ ਨੂੰ ਜਾਣਦੇ ਹੋ, ਤਾਂ ਨਿਖਾਰ ਵੀ ਬਹੁਤ ਆਉਂਦਾ। ਅੱਜ ਅਸੀਂ ਜੋ ਗਾ ਰਹੇ ਹਾਂ ਨਾ ਉਹ ਉਹਨਾਂ 10 ਸਾਲਾਂ ਦੀ ਮਿਹਨਤ ਦਾ ਹੀ ਨਤੀਜਾ ਹੈ। ਅੱਜ ਬੜਾ ਮੈਂ ਹੈਰਾਨ ਹਾਂ ਕਿ ਨਵੀਆਂ ਕੰਪੋਜੀਸ਼ਨ ਨਹੀਂ ਹੈਗੀਆਂ ਸਾਡੇ ਕੋਲ, ਸਾਡੀਆਂ ਸਾਰੀਆਂ ਕੰਪੋਜੀਸ਼ਨ ਉਹਨਾਂ 10 ਸਾਲਾਂ ਦੀਆਂ ਹੀ ਆ। ਬਿਲਕੁਲ, ਇਸੇ ਗੱਲੋਂ ਮੈਂ ਜੋੜੀ ਦੇ ਮਿਊਜ਼ਿਕ 'ਚ ਚੂਹ ਸਕੂਲ ਭਾਜੀ ਦਾ ਬੜਾ ਬੜਾ ਮੈਂ ਮੁਤਾਸਿਰ ਹੋਇਆ ਉਹਨਾਂ ਤੋਂ ਕਿ ਉਹਨਾਂ ਨੇ ਨਵੀਆਂ ਉਹਨਾਂ ਤਰਜ਼ਾਂ ਦੇ ਵਿੱਚ ਵੀ ਨਵੀਆਂ ਤਰਜ਼ਾਂ ਵੀ ਬਣਾਈਆਂ। ਬਿਲਕੁਲ, ਜੋੜੀ ਗਾਣਾ ਜੋੜੀ ਤੇਰੀ ਮੇਰੀ ਗਾਣੇ ਦੇ ਜਿਹੜੇ ਅੰਤਰੇ ਨੇ ਜਾਂ ਮੈਨੂੰ ਇੰਨੇ ਵਧੀਆ ਲੱਗਦੇ ਨੇ, ਨਵੀਆਂ ਕੰਪੋਜੀਸ਼ਨਾਂ ਨੇ ਹਲੇ ਹਲੇ ਹੋ ਸਕਦਾ ਲੋਕਾਂ ਦਾ ਧਿਆਨ ਨਾ ਗਿਆ ਹੋਵੇ, ਕਿਉਂਕਿ ਫਿਲਮ 'ਚ ਇੰਨੀਆਂ ਚੀਜ਼ਾਂ ਨੇ ਨਾ ਕਿ ਕਦੇ ਹਰ ਚੀਜ਼ ਇੱਕਦਮ 'ਚ ਨਹੀਂ ਦਿਖਦੀ, ਇੱਕਦਮ ਨਹੀਂ ਦਿਖਦੀ ਤੁਹਾਨੂੰ। ਔਰ ਜਿਸ ਜਿੰਨੇ ਤੁਸੀਂ ਆਸਪੈਕਟਸ ਦੀ ਗੱਲ ਕੀਤੀ, ਇੱਕ ਵਾਰੀ ਫਿਲਮ ਵੇਖ ਕੇ ਨਜ਼ਰ ਆਏ ਆ, ਤੁਸੀਂ ਦੁਬਾਰਾ ਵੇਖੋਗੇ ਤੁਹਾਨੂੰ 10 ਹੋਰ ਚੀਜ਼ਾਂ ਦਿਖਣਗੀਆਂ, ਤੁਸੀਂ ਤੀਜੀ ਵਾਰੀ ਵੇਖੋਗੇ ਨਾ ਤੁਹਾਨੂੰ 10 ਹੋਰ ਚੀਜ਼ਾਂ ਦਿਖਣਗੀਆਂ। ਸੋ ਇਹ ਫਿਲਮ 'ਚ ਹਲੇ ਬਹੁਤ ਕੁਛ ਹੈ ਜੋ ਹਲੇ ਦਿਖਣਾ ਬਾਕੀ ਆ। ਬਿਲਕੁਲ, ਸੋ ਹਰ ਕਿਰਦਾਰ ਹਲੇ ਉਹਨਾਂ ਦੀ ਜੜ੍ਹਾਂ ਸ਼ਾਇਦ ਹਲੇ ਹੋਰ ਲੋਕ ਲੱਭਣਗੇ। ਸੋ ਇਹ ਕਿਰਦਾਰ ਤੁਹਾਡੇ ਅੰਦਰ ਚੱਲਦੇ ਰਹਿੰਦੇ ਸੀ, ਗੱਲਾਂ ਕਰਦੇ ਹੁੰਦੇ ਸੀ ਆਪਸ ਦੇ ਵਿੱਚ? ਨਹੀਂ, ਇੱਦਾਂ ਨਹੀਂ ਹੈ ਕਿ ਗੱਲਾਂ ਜਦੋਂ ਤੁਸੀਂ ਉਸ ਸਕ੍ਰਿਪਟ 'ਤੇ ਬਹਿੰਦੇ ਹੋ ਉਦੋਂ ਜ਼ਰੂਰ ਤੁਸੀਂ ਉਹ ਕਿਰਦਾਰਾਂ ਬਾਰੇ ਚਿੰਤਾ ਤੋਂ ਮਤਲਬ ਗੱਲਾਂ ਨਹੀਂ ਕਰਦੇ ਕਿਰਦਾਰ,
ਸੋ ਬਟ ਇਹ ਹੈ ਕਿ ਹਾਂ ਤੁਸੀਂ ਜਦੋਂ ਫਿਲਮ ਕਰਦੇ ਹੋ ਤਾਂ ਤੁਹਾਨੂੰ ਇਹ ਵੇਖਣਾ ਪੈਂਦਾ ਕਿ ਕਿਸ ਕਿਰਦਾਰ ਨੂੰ ਕਿੰਨੀ ਜਗ੍ਹਾ ਇੰਪੋਰਟੈਂਸ ਆ, ਉਹਦੀ ਕਿੰਨੀ ਜਗ੍ਹਾ ਉਹਨੂੰ ਦੇਣੀ ਚਾਹੀਦੀ ਹੈ। ਜਿਹੜੀ ਉਸਤਾਦ ਦੀ ਅਤੇ ਚੇਲੇ ਦੀ ਗੱਲ ਕਰਦੇ ਹੋ, ਇਹ ਵੀ ਸੱਚ ਹੈ। ਇੱਦਾਂ ਨਹੀਂ ਹੁੰਦਾ ਦੁਨੀਆ 'ਤੇ ਵੀ ਕੋਈ ਮਾੜਾ ਹੈ ਅਤੇ ਉਹ ਜਮਾਂ ਹੀ ਮਾੜਾ ਹੈ, ਕੋਈ ਚੰਗਾ ਹੈ ਅਤੇ ਉਹ ਜਮਾਂ ਹੀ ਚੰਗਾ ਹੈ। ਇਹ ਫਿਲਮਾਂ 'ਚ ਹੁੰਦਾ, ਜ਼ਿੰਦਗੀ 'ਚ ਇੱਦਾਂ ਨਹੀਂ ਹੁੰਦਾ। ਜ਼ਿੰਦਗੀ 'ਚ ਬੰਦਾ ਚੰਗਾ ਵੀ ਹੁੰਦਾ, ਬੰਦਾ ਮਾੜਾ ਵੀ ਹੁੰਦਾ। ਬਿਲਕੁਲ, ਬੰਦਾ ਕਿਸੇ ਲਈ ਚੰਗਾ ਹੁੰਦਾ, ਕਿਸੇ ਲਈ ਮਾੜਾ ਹੁੰਦਾ, ਕਿਸੇ ਵਕਤ ਚੰਗਾ ਹੁੰਦਾ, ਕਿਸੇ ਵਕਤ ਮਾੜਾ ਹੁੰਦਾ। ਸੋ ਇੱਦਾਂ ਨਹੀਂ ਹੁੰਦਾ ਕਿ ਅਸੀਂ ਉਹ ਕੋਸ਼ਿਸ਼ ਕੀਤੀ ਕਿ ਫਿਲਮ 'ਚ ਉਹੀ ਰੱਖਿਆ ਜਾਵੇ ਕਿ ਯਾਰ ਲੋਕ ਨੇ, ਇਹ ਇਹਨਾਂ ਦੀ ਕੋਈ ਇੱਕੋ ਰੰਗ ਨਹੀਂ ਹੁੰਦਾ ਬੰਦੇ ਦਾ। ਉਸਤਾਦ ਦੇ ਪੈਸੇ ਖਾ ਗਿਆ, ਭੈਣ ਦੇ ਵਿਆਹ 'ਤੇ ਦਿਆ ਆ, ਉਸਤਾਦ ਨਾਰਾਜ਼ ਸੀ ਅਤੇ ਜਾਣ ਲੱਗਿਆ ਕਹਿੰਦਾ ਉਸਤਾਦ ਜੀ ਮੈਨੂੰ ਦਾਰੂ ਲੈ ਜਾ, ਤਾਂ ਕਹਿੰਦਾ ਲੈ ਜਾ। ਪੋਸਟਰ ਰਿਲੀਜ਼ ਕਹਿ ਲਈਏ ਕਿ ਜਦੋਂ ਪਤਾ ਚੱਲਦਾ ਕਿ ਜੋੜੀ ਫਿਲਮ ਬਣ ਰਹੀ ਹੈ ਨਾ, ਦਿਲਜੀਤ ਔਰ ਨਿਮਰਤ ਇਸ ਦੇ ਵਿੱਚ ਹੈ ਕਿ ਤੁਸੀਂ ਇਸ ਨੂੰ ਬਣਾ ਰਹੇ ਹੋ, ਹੈ ਨਾ, ਕਈ ਨੂੰ ਲੱਗਦਾ ਸ਼ਾਇਦ ਕਿ ਤੁਹਾਡਾ ਵੀ ਇਹਦੇ ਵਿੱਚ ਕੋਈ ਕਿਰਦਾਰ ਹੋਵੇਗਾ। ਕਦੀ ਸੋਚਿਆ ਨਹੀਂ ਕਿ ਹੋਣਾ ਚਾਹੀਦਾ ਸੀ, ਕੋਈ ਸੀਨ ਹੋਣਾ ਚਾਹੀਦਾ ਸੀ ਅਮਰਿੰਦਰ, ਹਾਂ ਤੁਹਾਡਾ ਜਾਂ ਅਮਰਿੰਦਰ ਭਾਈ ਦਾ ਕੋਈ ਸੀਨ ਹੋਣਾ ਚਾਹੀਦਾ ਸੀ ਇਹਦੇ ਵਿੱਚ? ਬਿਲਕੁਲ, ਅਸੀਂ ਸੋਚਦੇ ਰਹੇ ਹਾਂ ਔਰ ਬਣਾਉਂਦੇ ਵੀ ਰਹੇ ਹਾਂ ਕਿਹੜਾ ਕਿਰਦਾਰ। ਭਾਜੀ ਲਈ ਵੀ ਇੱਕ ਅਸੀਂ ਕਿਰਦਾਰ ਬਣਾ ਲਿਆ ਸੀਗਾ ਕਿ ਆਹ ਕਿਰਦਾਰ ਹੈ, ਪਰ ਫਿਰ ਇੱਕ ਇੱਦਾਂ ਲੱਗਦਾ ਹੁੰਦਾ ਕਿ ਕਈ ਵਾਰੀ ਨਾ ਤੁਸੀਂ ਇਹ ਫਿਰ ਉਹ ਫਿਲਮੀ ਜੀ ਗੱਲ ਨਾ ਲੱਗੇ ਕਿ ਹੁਣ ਆਪਣੇ ਕੋਲ ਬੰਦੇ ਅਵੇਲੇਬਲ ਆ ਅਤੇ ਆਪਾਂ ਧੱਕੇ ਨਾਲ ਪਾਈ ਜਾਓ, ਹੈ ਨਾ। ਸੋ ਜਦੋਂ ਲੋੜ ਮਹਿਸੂਸ ਨਹੀਂ ਹੋਈ ਤਾਂ ਫਿਰ ਸਿਰਫ ਜੋ ਰਿਕੁਆਇਰਮੈਂਟ ਸੀ ਉਸੇ 'ਤੇ ਹੀ ਸਟੇਕ ਕੀਤਾ ਗਿਆ ਵੀ ਇਸ ਤੋਂ ਸਟੱਕ ਕੀਤਾ ਗਿਆ ਵੀ ਇਸ ਤੋਂ ਇਲਾਵਾ ਕੁਛ ਹੋਰ ਨਾ ਕੀਤਾ ਜਾਵੇ। ਬੜੇ ਕਿਰਦਾਰ ਵੀ ਇਸ ਦੇ ਵਿੱਚ ਬਦਲੇ ਗਏ, ਮਤਲਬ ਕਰੈਕਟਰਸ ਜਿਹੜੇ, ਕਰੈਕਟਰ ਆਰਟਿਸਟ ਜਿਹੜੇ ਚੇਂਜ ਹੋਏ। ਨਿਮਰਤ ਆਪ ਕਹਿ ਰਹੇ ਸੀ ਕਿ ਭਾਈ 4 ਦਿਨ ਤਾਂ ਮੈਂ ਵੀ ਡਰਦੀ ਰਹੀ ਕਿ ਤਾਂ ਮੈਨੂੰ ਨਾ ਰਿਪਲੇਸ ਕੀਤਾ ਜਾਵੇ, ਹੈ ਨਾ। ਸੋ ਇਹ ਚੀਜ਼ਾਂ ਵੀ ਹੋਈਆਂ, ਪਰ ਇਹ ਜਾਣਨਾ ਚਾਹਾਂਗੇ ਕਿ ਨਿਮਰਤ ਗਾਣਿਆਂ ਦੇ ਲਈ ਉਹਨਾਂ ਨੂੰ ਚੂਜ਼ ਕੀਤਾ ਗਿਆ ਸੀ ਕਿ ਗਾਣੇ ਫਿਲਮ ਦੇ ਗਾਉਣਗੇ, ਪਰ ਫਿਰ ਕਿਹਨਾਂ ਦੀ ਪਸੰਦ ਸੀ ਕਿ ਹਾਂ ਨਿਮਰਤ ਔਰ ਦਿਲਜੀਤ ਦੀ ਜੋੜੀ ਜਿਹੜੀ ਉਹ ਬਣਨੀ ਚਾਹੀਦੀ ਹੈ? ਇਹ ਇੱਦਾਂ ਨਹੀਂ ਹੁੰਦਾ ਕਿ ਜੀ ਇੱਕਦਮ ਕੋਈ ਬੰਦਾ ਇੱਦਾਂ ਸੋਚਦਾ ਕਿ ਆਹ ਹੋਣਾ ਚਾਹੀਦਾ। ਤੁਸੀਂ ਟਰਾਈ ਕਰਦੇ ਹੋ, ਜਦੋਂ ਤੁਹਾਡੀ ਫਿਲਮ ਸਕ੍ਰਿਪਟ ਬਣ ਜਾਂਦੀ ਹੈ ਤੁਸੀਂ ਲੱਭਣ ਲੱਗਦੇ ਹੋ। ਤੁਹਾਨੂੰ ਦਿਲਜੀਤ ਭਾਜੀ ਫਾਈਨਲ ਸਨ, ਫਿਲਮ ਉਦੋਂ ਸ਼ੁਰੂ ਹੋਈ ਜਦੋਂ ਦਿਲਜੀਤ ਭਾਜੀ ਫਾਈਨਲ ਹੋਏ ਸਨ। ਸੋ ਹੁਣ ਕਈ ਚੈਲੰਜਸ ਸਨ, ਸਿੰਗਰ ਹੋਣਾ ਜ਼ਰੂਰੀ ਹੈ, ਪੰਜਾਬ ਬਣ ਲੱਗਣਾ ਜ਼ਰੂਰੀ ਹੈ, ਕਿਉਂਕਿ ਉਹ ਵਕਤ ਜਿਹੜਾ ਆ ਉਦੋਂ ਤਾਂ ਚਿਹਰੇ ਪੰਜਾਬੀ ਹੀ ਹੁੰਦੇ ਸਨ। ਉਹ ਅੱਜ ਥੋੜ੍ਹਾ ਜਿਹਾ, ਚਲੋ ਅੱਜ ਬਹੁਤ ਕੁਛ ਹੋ ਰਿਹਾ, ਅਤੇ ਉਹ ਲੱਭਣਾ, ਫਿਰ ਉਹਦੀ ਜ਼ੁਬਾਨ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਕਲਾਕਾਰ ਨੇ, ਤਾਂ ਬੜੀਆਂ ਬੜੇ ਲੋਕ ਬੜੇ ਬੜੀ ਰਿਸਰਚ ਕੀਤੀ ਗਈ, ਬੜਾ ਬੜਾ ਲੱਭਿਆ ਗਿਆ। ਬਟ ਫਾਈਨਲੀ ਜਦੋਂ ਨਿਮਰਤ ਦਾ ਆਇਆ ਕਿ ਹਾਂ ਨਿਮਰਤ ਵੀ ਹੋ ਸਕਦੀ ਆ, ਤਾਂ ਫਿਰ ਮੈਨੂੰ ਲੱਗਾ ਕਿ ਇੱਕ ਅਸੀਂ ਟੈਸਟ ਕੀਤਾ ਸੀਗਾ, ਉਸ ਟੈਸਟ ਦੇ ਵਿੱਚ ਅਸੀਂ ਸਾਨੂੰ ਲੱਗਾ ਕਿ ਨਿਮਰਤ ਬਹੁਤ ਨੇੜੇ ਹੈ, ਬਟ ਕਿਸੇ ਨਾ ਕਿਸੇ ਸਾਡੀ ਟੀਮ 'ਚ ਕਿਸੇ ਨੂੰ ਇਹ ਨਾ ਲੱਗੇ ਕਿ ਯਾਰ ਨਹੀਂ, ਹੈ ਨਾ। ਸੋ ਅਸੀਂ ਨਿਮਰਤ ਨੂੰ ਕਿਹਾ ਕਿ ਜਾ ਕੇ ਸੂਟ ਜ਼ਰਾ ਥੋੜ੍ਹਾ ਜਿਹਾ ਬ੍ਰਾਈਟ ਸੂਟ ਪਾ ਕੇ ਆਓ, ਹੁਣੇ ਇੱਕ ਦੁਬਾਰੇ ਟੈਸਟ ਕਰਦੇ ਹਾਂ, ਕਿਉਂਕਿ ਉਹ ਕਲਾਕਾਰ ਉਹ ਬ੍ਰਾਈਟ ਕਲਾਕਾਰ ਜੋ ਸਟੇਜ 'ਤੇ ਆ, ਤਾਂ ਸੋ ਉਹ ਕੀਤਾ। ਤਾਂ ਮੇਰੇ ਖਿਆਲ 'ਚ ਇੱਕ ਆਉਂਦਾ ਹੁੰਦਾ ਕਿ ਤੁਹਾਨੂੰ ਜਦੋਂ ਤੁਸੀਂ ਭੇਜਦੇ ਹੋ ਵੀਡੀਓ ਤਾਂ ਤੁਰੰਤ ਹੀ ਮੈਸੇਜ ਜਿਹੜੇ ਆ ਉਹ ਇੱਦਾਂ ਆਉਣ ਲੱਗ ਪੈਂਦੇ ਹੈਗੇ, ਹੈ ਨਾ, ਇੱਦਾਂ ਲੱਗ ਪੈਂਦੇ। ਸੋ ਸਾਰਿਆਂ ਦੀ ਇੱਕਦਮ ਹੀ ਇੱਕ ਬਣਿਆ ਕਿ ਹਾਂ ਫਾਈਨਲੀ ਉਹ ਜਿਹੜੀ 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 ਭਜਨਾ ਸੀ ਉਹ ਮੁੱਕ ਗਈ ਔਰ ਨਿਮਰਤ ਆ ਕੇ ਉਹ ਸਾਰਾ ਖੜ ਗਿਆ। ਬਟ ਅੱਜ ਜਦੋਂ ਨਿਮਰਤ ਅਤੇ ਦਿਲਜੀਤ ਭਾਅ ਜੀ ਅੱਜ ਜਦੋਂ ਫਿਲਮ ਤੋਂ ਬਾਅਦ ਅਸੀਂ ਜਦੋਂ ਕੋਈ ਵੀ ਵੇਖਦਾ ਤਾਂ ਮੈਨੂੰ ਲੱਗਦਾ ਕਿ ਬੰਦਾ ਇਹ ਸੋਚਦਾ ਕਿ ਯਾਰ ਹੋ ਸ਼ਾਇਦ ਕੋਈ ਹੋ ਹੀ ਨਹੀਂ ਸਕਦਾ ਸੀ। ਸਾਰਿਆਂ ਨੂੰ ਇਹੀ ਲੱਗਦਾ, ਹਾਂ, ਕਿ ਇੱਦਾਂ ਲੱਗਦਾ ਇਹ ਨਾ ਇਹ ਹੁੰਦਾ। ਇਹ ਤਾਂ ਫਿਲਮ ਜਦੋਂ ਸਹੀ ਪੈਂਦੀ ਹੈ ਨਾ ਉਦੋਂ ਹਰ ਚੀਜ਼ ਫਿਲਮ ਦੀ ਸਹੀ ਪੈਂਦੀ ਹੈ। ਮੇਰੀ ਯਾਦ ਹੈ ਅੰਗਰੇਜ਼ ਵੇਲੇ ਜਦੋਂ ਧੰਨ ਕੌਰ ਅਤੇ ਮਾੜੋ ਮਸ਼ਹੂਰ ਹੋਈਆਂ ਸਨ, ਧੰਨ ਅੰਗਰੇਜ਼ ਦੇ ਵੀ ਕਿਰਦਾਰ ਇੱਦਾਂ ਦੇ ਸਨ ਕਿ ਕੋਈ ਹੋਰ ਬੰਦਾ ਉਹਦੇ 'ਚ ਫਿੱਟ ਹੁੰਦਾ ਨਜ਼ਰ ਨਹੀਂ ਆਉਂਦਾ ਸੀ। ਬਿਲਕੁਲ ਸੇਮ ਹੀ ਜੋੜੀ 'ਚ ਹੋਇਆ ਕਿ ਅੱਜ ਤੁਸੀਂ ਕੋਈ ਹੋਰ ਉਸਤਾਦ ਨਹੀਂ ਸੋਚ ਸਕਦੇ, ਕੋਈ ਹੋਰ ਜੋਸ਼ੀਲਾ ਨਹੀਂ ਸੋਚ ਸਕਦੇ, ਕੋਈ ਹੋਰ ਭੋਲਾ ਨਹੀਂ ਸੋਚ ਸਕਦੇ ਜੋ ਮੰਡ ਸਾਹਿਬ ਨੇ ਕੀਤਾ। ਬੱਚਾ, ਭੈਣ, ਮਤਲਬ ਇਹ ਇੱਦਾਂ ਲੱਗਦਾ ਹੁੰਦਾ ਕਿ ਬਸ ਇਹ ਸਾਰੇ ਲੋਕਾਂ ਲਈ ਇਹ ਫਿਲਮ ਬਣੀ ਸੀ ਜਾਂ ਫਿਲਮ ਲਈ ਇਹ ਲੋਕ ਬਣੇ ਸਨ। ਅੱਛਾ, ਕੋਈ ਵੀ ਚੀਜ਼, ਮੈਨੂੰ ਲੱਗਦਾ ਕਿ ਪਰਫੈਕਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਕੋਈ ਪਰਫੈਕਟ ਵਰਡ ਜ਼ਰੂਰ ਬਣਿਆ ਹੈ, ਪਰ ਹਰ ਚੀਜ਼ ਜਾਂ ਕਹਿ ਲਈਏ ਕੋਈ ਵੀ ਚੀਜ਼ ਪਰਫੈਕਟ ਨਹੀਂ ਹੁੰਦੀ, ਕੋਈ ਨਾ ਕੋਈ ਕਮੀ ਹੁੰਦੀ ਹੀ ਹੈ ਉਸ ਚੀਜ਼ ਦੇ ਵਿੱਚ। ਜਦੋਂ ਤੁਸੀਂ ਆਪਣੀ ਫਿਲਮ ਦੇਖ ਰਹੇ ਸੀ,
ਤੁਸੀਂ ਆਪਣੇ ਪਹਿਲੇ ਦੱਸੋ ਕਿੰਨੇ ਵੱਡੇ ਕ੍ਰਿਟਿਕ ਹੋ ਜਦੋਂ ਤੁਸੀਂ ਆਪਣੀ ਕੋਈ ਚੀਜ਼ ਦੇਖਦੇ ਹੋ ਉਹਦੇ ਵਿੱਚ ਵਧੀਆ ਚੀਜ਼ਾਂ ਦੇ ਇਲਾਵਾ ਇਹ ਕੀ ਦੇਖਦੇ ਹੋ ਕਿ ਇਸ ਵੇਲੇ ਇੱਥੇ ਥੋੜ੍ਹੀ ਜਿਹੀ ਕਮੀ ਰਹਿ ਗਈ ਅਗਲੀ ਵਾਰ ਇਹਨੂੰ ਥੋੜ੍ਹਾ ਜਿਹਾ ਠੀਕ ਕੀਤਾ ਜਾਏਗਾ ਮੈਂ ਨਾ ਇਸ ਲਈ ਨਾ ਬਹੁਤਾ ਕ੍ਰਿਟਿਕਾਂ ਨੂੰ ਮੰਨਦਾ ਨਹੀਂ ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਲੱਗਦਾ ਕਿ ਮੇਰੇ ਤੋਂ ਵੱਡਾ ਕੋਈ ਕ੍ਰਿਟਿਕ ਹੋ ਹੀ ਨਹੀਂ ਸਕਦਾ ਸੀਰੀਅਸਲੀ ਮੇਰੇ ਤੋਂ ਫਿਲਮ ਬਚਾਉਣੀ ਛਡਾਉਣੀ ਪੈਂਦੀ ਹੈ ਵੀ ਬਸ ਕਰ ਹੁਣ ਇਹਨੂੰ ਇਹਨੂੰ ਜਾਣ ਦੇ ਇਹਨੂੰ ਰਿਲੀਜ਼ ਹੋ ਜਾਣ ਦੇ ਸੋ ਇਹ ਜੋੜੀ 'ਚ ਵੀ ਹੋਇਆ ਇਹ ਗੱਲ ਮੈਂ ਨਹੀਂ ਕਹਿ ਸਕਦਾ ਜਿਹੜੇ ਨਾਲ ਉਸ ਵਕਤ ਜਦੋਂ ਰਿਲੀਜ਼ ਦੇ ਉੱਥੇ ਕਾਪੀ ਆਊਟ ਦੇ ਟਾਈਮ 'ਤੇ ਜਿਹੜੇ ਬੰਦੇ ਨਾਲ ਸਨ ਉਹ ਦੱਸ ਸਕਦੇ ਆ ਕਿ ਉਹ ਕਰ ਰਿਹਾ ਉਹ ਇੰਨਾ ਭਾਅ ਜੀ ਨਾ 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 ਕੋਈ ਇੱਕ ਪੁਆਇੰਟ ਇੱਕ ਚੀਜ਼ ਜੋ ਮੈਨੂੰ ਦਿਖ ਰਹੀ ਸੀ ਮੈਂ ਕੁਝ ਨਹੀਂ ਜਾਣ ਦਿੱਤਾ ਐਸਾ ਜੋ ਰੋਂਗ ਸੀ ਮੇਰੇ ਹਿਸਾਬ ਨਾਲ ਕਿ ਯਾਰ ਆਹ ਚੀਜ਼ ਚੱਲਣ ਦੀ ਨਹੀਂ ਜਾਣ ਦਿੱਤੀ ਮੈਂ ਸੋ ਮੈਨੂੰ ਲੱਗਦਾ ਕਿ ਮੈਂ ਆਪਣੇ ਆਪ ਦੇ ਵਿੱਚ ਫਿਲਮ ਦਾ ਬਹੁਤ ਵੱਡਾ ਮੈਂ ਕ੍ਰਿਟਿਕ ਨਹੀਂ ਹਾਂ ਮੈਂ ਬੁੱਚੜ ਹਾਂ ਮੈਂ ਫਿਲਮ ਨੂੰ ਬਹੁਤ ਬੁਰੀ ਨਜ਼ਰ ਨਾਲ ਵੇਖਦਾ ਜੋ ਟੇਬਲ 'ਤੇ ਆਉਂਦੀ ਹੈ ਸੋ ਕਈਆਂ ਨੂੰ ਤਾਂ ਸੀਨਾਂ ਨਾਲ ਪਿਆਰ ਹੋ ਜਾਂਦਾ ਵੀ ਯਾਰ ਆਹ ਸੀਨ ਮੈਂ ਰੱਖਣਾ ਯਾ ਨਹੀਂ ਨਹੀਂ ਮੈਂ ਬੜੀ ਮਿਹਨਤ ਨਾਲ ਲਿਖਿਆ ਜਾਂ ਸ਼ੂਟ ਕਰਦੇ ਪਤਾ ਕਿੰਨਾ ਔਖੇ ਹੋਏ ਮੇਰੇ ਲਈ ਉਸ ਵਕਤ ਤੋਂ ਕੋਈ ਚੀਜ਼ ਮੈਟਰ ਨਹੀਂ ਕਰਦੀ ਹੁੰਦੀ ਮਿਹਨਤ ਮੈਨੂੰ ਲੱਗਦਾ ਠੀਕ ਹੈ ਜੇ ਨਹੀਂ ਤਾਂ ਕੋਈ ਚੱਕਰ ਨਹੀਂ ਸੋ ਬਹੁਤ ਬਹੁਤ ਔਖੀ ਬਚਦੀ ਫਿਲਮ ਤੁਸੀਂ ਬਹੁਤ ਸਾਰੇ ਸੀਨਸ ਇਹ 'ਚ ਕੱਟੇ ਵੀ ਜੇ ਤੁਸੀਂ ਸੋਚ ਰਹੇ ਹੋ ਕਿ ਸ਼ਾਇਦ ਅਸੀਂ ਪ੍ਰੋਮੋਸ ਦੇ ਵਿੱਚ ਹੈ ਨਾ ਪਾਈਏ ਵੀ ਬਟ ਉਹ ਡਿਸੀਜਨ ਲੈਣਾ ਕਿੰਨਾ ਔਖਾ ਹੁੰਦਾ ਕਿਉਂਕਿ ਮੇਨ ਇੱਕ ਤੁਹਾਡਾ ਸੀਨ ਸੀ ਤੁਸੀਂ 110 ਟੇਕ ਲਏ ਹੈ ਨਾ ਜਿਹ 'ਚ ਸਾਰੇ ਆਰਟਿਸਟ ਬੈਠੇ ਹੋਏ ਨੇ ਜਿਹ 'ਚ ਗੱਲ ਕੀਤੀ ਜਾਂਦੀ ਕਿ ਭਾਈ ਇਹਨੂੰ ਤਾਂ ਮੈਂ ਲੱਭਿਆ ਸੀ ਜਾਂ ਮੈਂ ਹੈ ਨਾ ਉਹ 110 ਟੇਕ ਲਏ ਗਏ ਪਰ ਉਹ ਸੀਨ ਦੀ ਇੰਪੋਰਟੈਂਸ ਬਹੁਤ ਹੈ ਚਾਹੇ ਉਹ ਕੁਛ ਸੈਕਿੰਡਸ ਦਾ ਜਾਂ ਮਿੰਟ ਦਾ ਸੀਨ ਹੈਗਾ ਹੈ ਨਾ ਪਰ ਇੱਦਾਂ ਦੇ ਹੋਰ ਬਹੁਤ ਸੀਨ ਹੋਣਗੇ ਜੇ ਤੁਸੀਂ ਬਹੁਤ ਮਿਹਨਤ ਕੀਤੀ ਹੋਊਗੀ ਜਦੋਂ ਉਹ ਕੱਟਣੇ ਹੁੰਦੇ ਹੈ ਕਿ ਤੁਹਾਨੂੰ ਲੋਕੀ ਰੋਕਦੇ ਜਿਹੜੇ ਹੋਰ ਟੀਮ ਮੈਂਬਰਸ ਹੁੰਦੇ ਕਿ ਨਹੀਂ ਭਾਜੀ ਨਾ ਕੱਟੋ ਨਾ ਕੱਟੋ ਨਾ ਜਿਹੜਾ 110 ਵਾਲਾ ਉਹ ਤਾਂ ਹੈਗਾ ਠੀਕ ਹੈ ਔਰ ਬੜੇ ਕੱਟੇ ਜਾਂਦੇ ਆ ਇੱਦਾਂ ਨਹੀਂ ਹੈ ਰੋਕਣ ਵਾਲੇ ਵੀ ਹੁੰਦੇ ਆ ਕਿ ਠੀਕ ਹੈ ਕਿਸੇ ਨੂੰ ਕੁਛ ਪਸੰਦ ਹੁੰਦਾ ਕਿਸੇ ਨੂੰ ਕੁਛ ਪਸੰਦ ਹੁੰਦਾ ਪਰ ਇੱਕ ਓਵਰਆਲ ਜਦੋਂ ਫਿਲਮ ਇੱਕ ਜਿਵੇਂ ਮੰਨ ਲਓ ਸੂਟ ਆ ਤਾਂ ਫਿੱਟ ਹੀ ਚੰਗਾ ਲੱਗੂਗਾ ਜੇ ਮੰਨ ਲਓ ਬਾਂਹ 'ਤੇ ਡਿਜ਼ਾਇਨ ਜਿਹੜਾ ਹੁੰਦਾ ਉਹ ਬੜਾ ਸੋਹਣਾ ਪਰ ਉਹ ਇੱਥੇ ਤੱਕ ਆਈ ਜਾਂਦਾ ਅਤੇ ਤੁਸੀਂ ਨਹੀਂ ਰੱਖੋਗੇ ਬਿਲਕੁਲ ਹੈ ਨਾ ਤਾਂ ਉਹ ਇੱਦਾਂ ਫਿਲਮ ਤਾਂ ਫਿਲਮ ਹੈ ਜਿਹੜੀ ਉਸ ਫਰੇਮ ਦੇ ਵਿੱਚ ਹਰ ਚੀਜ਼ ਸੋਹਣੀ ਲੱਗਣੀ ਚਾਹੀਦੀ ਹੈ ਤੁਸੀਂ ਜਦੋਂ ਸ਼ੂਟ ਕਰਦੇ ਹੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸ਼ਾਇਦ ਤੁਹਾਨੂੰ ਬਾਅਦ 'ਚ ਟੇਬਲ 'ਤੇ ਆ ਕੇ ਲੱਗਦਾ ਹੈ ਵੀ ਇਹਦੇ ਬਿਨਾਂ ਸਰ ਸਕਦਾ ਹਾਲਾਂਕਿ ਬਹੁਤ ਘੱਟ ਹੁੰਦਾ ਇਹ ਨਹੀਂ ਕਿ ਮਤਲਬ ਬਹੁਤ ਬਟ ਹਾਂ ਔਰ ਇਹ ਉਹ ਮਾੜੇ ਨਹੀਂ ਹੁੰਦੇ ਅੱਛਾ ਉਹ ਇੰਨੇ ਵੀ ਮਾੜੇ ਨਹੀਂ ਹੁੰਦੇ ਜੋ ਰਹਿਣ ਵੀ ਤਾਂ ਵੀ ਨਹੀਂ ਮਾੜੇ ਪਰ ਕਿਤੇ ਨਾ ਕਿਤੇ ਉਸ ਵਕਤ ਜਿਹੜਾ ਅੰਦਰ ਡਰ ਹੁੰਦਾ ਨਾ ਉਹ ਬੜਾ ਹਾਵੀ ਹੁੰਦਾ ਕਿ ਕੋਈ ਵੀ ਚੀਜ਼ ਥੋੜ੍ਹੀ ਜਿਹੀ ਵੀ ਜੇ ਲੱਗਦੀ ਹੈ ਤਾਂ ਉਹ ਚੱਕਣੀ ਪੈਂਦੀ ਹੈ ਤੁਹਾਡੀ ਡੈਡੀਕੇਸ਼ਨ ਬਹੁਤ ਹੈ ਆਪਣੇ ਕੰਮ ਨੂੰ ਲੈ ਕੇ ਹੈ ਨਾ ਜਦੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਏ ਹੋ ਜਾਂ ਤੁਸੀਂ ਮੁੰਬਈ ਜਦੋਂ ਕੰਮ ਕਰਦੇ ਰਹੇ ਹੋ ਅਸੀਂ ਉਹ ਮਤਲਬ ਵੇਖਿਆ ਹੋਇਆ ਤੁਹਾਡੀ ਡੈਡੀਕੇਸ਼ਨ ਨੂੰ ਇਹ ਤਾਂ ਤੁਸੀਂ ਕਿਹਾ ਕਿ ਡਰ ਰਹਿੰਦਾ ਜਦੋਂ ਤੱਕ ਹੈ ਨਾ ਚੀਜ਼ ਬਣਦੀ ਨਹੀਂ ਹੈ ਇਹ ਡਰ ਜਦੋਂ ਤੱਕ ਰਿਲੀਜ਼ ਨਹੀਂ ਹੁੰਦੀ ਜਦੋਂ ਤੱਕ ਤੁਹਾਨੂੰ ਰਿਵਿਊਜ਼ ਨਹੀਂ ਆਉਣੇ ਸ਼ੁਰੂ ਹੁੰਦੇ ਉਦੋਂ ਤੱਕ ਰਹਿੰਦਾ ਹੈ ਅਤੇ ਇਸ ਡਰ ਨੂੰ ਬਾਅਦ ਵਿੱਚ ਕਿਵੇਂ ਓਵਰਕਮ ਕਰਦੇ ਹੋ ਉਸ ਟਾਈਮ ਕਿਵੇਂ ਓਵਰਕਮ ਕਰਦੇ ਹੋ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਆਪਣੇ ਵੱਲੋਂ ਬੈਸਟ ਹੀ ਦਿੱਤਾ ਇੰਨੇ ਸਾਲਾਂ ਤੋਂ ਕੰਮ ਕਰ ਰਿਹਾ ਨਹੀਂ ਇਹ ਨਾਲ ਹੀ ਰਹਿੰਦਾ ਮਤਲਬ ਇੱਦਾਂ ਨਹੀਂ ਹੁੰਦਾ ਕਿ ਇੱਕਦਮ ਤੁਸੀਂ ਡਰ ਖਤਮ ਹੋ ਗਿਆ ਈਵਨ ਆਉਣ ਤੋਂ ਬਾਅਦ ਅੱਜ ਫਿਲਮ ਪੂਰੀ ਤਰ੍ਹਾਂ ਐਕਸੈਪਟ ਹੋਣ ਤੋਂ ਬਾਦ ਐਡੀ ਸੋਹਣੀ ਫਿਲਮ ਸਾਬਤ ਹੋਈ ਹੈ ਔਰ ਇੰਨੀ ਸੋਹਣੀ ਫਿਲਮ ਮੈਂ ਆਪ ਜਦੋਂ ਦਰਸ਼ਕਾਂ ਨੂੰ ਸਿਨੇਮੇ 'ਚ ਮੈਂ ਤਾਂ ਵੇਖੀ ਤਾਂ ਮੈਂ 2000 ਆ ਦੀ ਹੋਣੀ ਹੈ ਬਟ ਸਿਨੇਮੇ 'ਚ ਪਤਾ ਨਹੀਂ ਸੈਕਿੰਡ ਜਾਂ ਥਰਡ ਟਾਈਮ ਮੈਂ ਦਰਸ਼ਕ ਵਾਂਗੂ ਵੇਖੀ ਤਾਂ ਮੈਨੂੰ ਆਪ ਨੂੰ ਲੱਗਾ ਕਿ ਯਾਰ ਸੋਹਣੀ ਹੈ ਸੋਹਣੀ ਫਿਲਮ ਬਣੀ ਹੈ ਤਾਂ ਉਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੁਝ ਨਾ ਕੁਛ ਤਾਂ ਲੱਗਦਾ ਰਹਿੰਦਾ ਕਿ ਯਾਰ ਉਹ ਇੰਨੀ ਕੁ ਚੀਜ਼ ਪਾ ਸਕਦੇ ਸੀ ਇੰਨੀ ਕੁ ਚੀਜ਼ ਹੋਰ ਇਹ ਜੇ ਲੱਗਦਾ ਹੀ ਆ ਉਹ ਸੋਣ ਦਿੰਦੀ ਚੀਜ਼ ਰਾਤ ਨੂੰ ਫਿਰ ਮੈਂ ਨਹੀਂ ਮੈਨੂੰ ਲੱਗਦਾ ਨਾ ਫਿਲਮ 'ਚੋਂ ਨਿਕਲਣ ਲਈ ਬਸ ਇੱਕ ਹੋਰ ਫਿਲਮ ਲੱਗਦੀ ਆ ਕਿ ਤੁਸੀਂ ਤੁਹਾਡਾ ਜਦ ਤੱਕ ਕਿਸੇ ਹੋਰ ਫਿਲਮ 'ਚ ਧਿਆਨ ਨਹੀਂ ਜਾਂਦਾ ਉਦੋਂ ਤੱਕ ਉਹ ਫਿਲਮ ਤੁਹਾਡਾ ਖੇੜਾ ਨਹੀਂ ਛੱਡਦੀ ਗੱਲ ਸੱਚੀ ਅਤੇ ਇਹ ਵੀ ਸੱਚ ਹੈ ਵੀ ਕੁਛ ਲੋਕ ਮੈਨੇਜ ਕਰ ਲੈਂਦੇ ਨੇ ਇੱਕ ਦੋ ਦੋ ਤਿੰਨ ਤਿੰਨ ਫਿਲਮਾਂ ਇੱਕ ਟਾਈਮ 'ਤੇ ਮੈਂ ਟਰਾਈ ਕਰ ਰਿਹਾ ਬਟ ਮੇਰੇ ਤੋਂ ਹਲੇ ਹੋ ਨਹੀਂ ਰਿਹਾ ਸੋ ਮੇਰੇ ਤੋਂ ਇੱਕ ਟਾਈਮ 'ਤੇ ਇੱਕ ਫਿਲਮ ਹੁੰਦੀ ਹੈ ਮੈਨੂੰ ਲੱਗਦਾ ਕਿ ਧਿਆਨ ਵੀ ਇੱਕ ਚੀਜ਼ 'ਤੇ ਹੈ ਨਾ ਜਦੋਂ ਕਹਿੰਦੇ ਕਿ ਦਵੋ ਤਾਂ ਹੀ ਵਧੀਆ ਜਿਹੜੀ ਆਊਟਪੁੱਟ ਉਹਦੀ ਨਿਕਲ ਕੇ ਆਉਂਦੀ ਹੈ ਸੋ ਫਿਲਮ ਜਦੋਂ ਅਸੀਂ ਦੇਖਦੇ ਹਾਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੈ ਨਾ ਜਦੋਂ ਤੁਸੀਂ ਆਉਂਦੇ ਹੋ ਡਿਸਾਈਡ ਕਰਦੇ ਹੋ ਤੁਹਾਡੇ ਫਾਦਰ ਸਾਹਿਬ ਖੁਦ ਮੈਨੂੰ ਲੱਗਦਾ ਜਰਨਲਿਸਟ ਜਿਹੜੇ ਹੈ ਨਾ ਉਹ ਰਹੇ ਨੇ ਕਿ ਅਜੇ ਵੀ ਕੰਮ ਕਰਦੇ ਨੇ ਹੁਣ ਨਹੀਂ ਕਰਦੇ ਹਨ ਸੋ ਹੁਣ ਜਦੋਂ ਤੁਸੀਂ ਡਿਸਾਈਡ ਕੀਤਾ ਸੀਗਾ ਕਿ ਮੈਂ ਐਕਟਰ ਬਣਨਾ ਤੁਸੀਂ ਮੁੰਬਈ ਚੱਲ ਜਾਂਦੇ ਹੋ ਰਾਈਟਰ ਵਜੋਂ ਤੁਸੀਂ ਉੱਥੇ ਫਿਰ ਕੰਮ ਕਰਨਾ ਸ਼ੁਰੂ ਕਰਦੇ ਹੋ ਅੱਜ ਤੁਹਾਡਾ ਜੋ ਮੁਕਾਮ ਹੈ ਘਰ ਦੇ ਵਿੱਚ ਜਾਣਾ ਚਾਹੂੰਗੀ ਟੀਨੇਜਰ ਵੀ ਹੋਣਗੇ ਰਿਸ਼ਤੇਦਾਰੀ ਦੇ ਵਿੱਚ ਬਹੁਤ ਸਾਰੇ ਹੈ ਨਾ ਬੱਚੇ ਹੁੰਦੇ ਆ ਉਹ ਤੁਹਾਡੇ ਤੋਂ ਕਿੰਨੇ ਇੰਸਪਾਇਰ ਹੈ ਕਿ ਉਹ ਵੀ ਰਾਈਟਰ ਡਾਇਰੈਕਟਰ ਐਕਟਰ ਬਣਨਾ ਚਾਹੁੰਦੇ ਨੇ ਤੁਹਾਨੂੰ ਦੇਖ ਕੇ
ਬਣਨਾ ਚਾਹੁੰਦੇ ਹੁੰਦੇ ਆ, ਇਹ ਹੁੰਦਾ। ਇਹ ਤੁਹਾਡੇ ਘਰ ਦਾ ਮਾਹੌਲ ਜਿਹੜਾ ਨਾ ਉਹ 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 ਹੁੰਦਾ ਹੀ ਹੁੰਦਾ। ਜਦੋਂ ਜੇ ਹਲਵਾਈਆਂ ਦੀ ਫੈਮਿਲੀ ਹੈ ਨਾ ਤੇ ਉਹਨਾਂ ਦੇ ਬੱਚਿਆਂ ਨੂੰ ਗੁਲਾਬ ਜਾਮਣ ਦਾ ਪਤਾ ਹੀ ਹੁੰਦਾ ਵੀ ਕਿਵੇਂ ਜੇ ਬਣਦਾ, ਕਿਉਂਕਿ ਉਹਨਾਂ ਦੇ ਘਰ 'ਚ ਇਹ ਹੀ ਗੱਲਾਂ ਹੁੰਦੀਆਂ ਨੇ ਵੀ ਗੁਲਾਬ ਜਾਮਣ 'ਚ ਕੀ ਪੈਂਦਾ, ਕਿੰਨਾ ਤੁਸੀਂ ਦੁੱਧ ਉਧਰ ਵੱਧ ਪਾਤਾ ਸੀਗਾ, ਖੰਡ ਘੱਟ ਪੈ ਗਈ ਸੀ ਨਾ। ਸੋ ਸੇਮ ਸਾਡੇ ਘਰਾਂ ਦੇ ਵਿੱਚ ਇਹੀ ਮਾਹੌਲ ਰਹਿੰਦਾ, ਸਾਰਾ ਦਿਨ ਇਹੀ ਗੱਲਾਂ ਹੁੰਦੀਆਂ ਨੇ ਫਿਲ ਫਲਾਣੀ ਫਿਲਮ 'ਚ ਆ ਹੋ ਗਿਆ ਸੀਗਾ, ਫਲਾਣੀ ਫਿਲਮ 'ਚ ਆ ਹੋਣਾ ਚਾਹੀਦਾ, ਅਗਲੀ ਫਿਲਮ 'ਚ ਇੱਦਾਂ ਹੋਣਾ ਚਾਹੀਦਾ। ਸੋ ਉਹ ਰਹਿੰਦਾ, ਪਰ ਜਿਵੇਂ ਔਰ ਇਹ ਥੋੜ੍ਹਾ ਜਿਹਾ ਬਲੱਡ ਲਾਈਨ ਵੀ ਕਹਿ ਸਕਦੇ ਹਾਂ ਵੀ ਇੱਕ ਹੈ ਨਾ, ਅੱਜ ਮੇਰਾ ਬੇਟਾ ਆ ਉਹਦੇ ਸ਼ੌਂਕ ਉਹਦੀਆਂ ਚੀਜ਼ਾਂ ਹੈਗੀਆਂ ਇੱਦਾਂ ਦੀਆਂ। ਅੱਛਾ ਹਾਂ, ਔਰ ਮੈਨੂੰ ਲੱਗਦਾ ਹੁੰਦਾ ਵੀ ਜਰਨਲਿਜ਼ਮ ਮੈਂ ਨਹੀਂ ਕੀਤਾ, ਬਟ ਉਹਦੇ 'ਚ ਮੈਨੂੰ ਲੱਗਦਾ ਹੁੰਦਾ ਵੀ ਜਰਨਲਿਜ਼ਮ ਵਾਲੇ ਪੂਰੇ ਗੁਣ ਆਏ ਪਏ ਆ ਵੀ ਉਹ ਮੈਨੂੰ ਲੱਗਦਾ ਇਸ ਲਾਈਨ 'ਚ ਹੀ ਜਾਏਗਾ। ਤਾਂ ਇਹ ਔਰ ਮੇਰਾ ਭਾਣਜਾ ਆ ਉਹ ਕਵਿਤਾਵਾਂ ਲਿਖ ਰਿਹਾ। ਅੱਛਾ ਹਾਂ, ਸੋ ਸਾਡੇ ਘਰ 'ਚ ਤਾਂ ਇਹੀ ਆ। ਔਰ ਮੇਰੇ ਮੇਰੇ ਖੈਰ ਮੇਰੇ ਆਪਣੇ ਪਰਿਵਾਰ 'ਚ ਤਾਂ ਇਹ ਬਹੁਤ ਮੌਲ ਆ। ਮੇਰੇ ਵਾਈਫ ਉਹ ਸਿੰਗਰ ਆ, ਉਹ ਮਿਊਜ਼ਿਕ ਦੀ ਐਮਏ ਕੀਤੀ ਆ ਉਹਨਾਂ ਨੇ, ਔਰ ਉਹ ਪਿੱਛੇ ਜੀ ਉਹਨਾਂ ਦੀ ਕਵਿਤਾਵਾਂ ਦੀ ਕਿਤਾਬ ਵੀ ਆਈ ਹੈ। ਹੁਣ ਉਹ ਇੱਕ ਕਿਹੜੇ ਰੇਖਾ ਚਿੱਤਰ ਹੁੰਦੇ ਆ ਜਿਹੜੇ ਤੁਹਾਡੇ ਆਸ ਪਾਸ ਦੇ ਜਾਣਕਾਰ ਦੇ, ਜਦੋਂ ਕੋਈ ਕੋਈ ਉਹਨਾਂ ਦੀ ਜ਼ਿੰਦਗੀ ਜਿੰਨੀਆਂ ਵੀ ਕੁੜੀਆਂ ਬੁੜੀਆਂ ਆਈਆਂ ਨੇ ਉਹਨਾਂ ਬਾਰੇ ਉਹ ਲਿਖ ਰਹੇ ਨੇ। ਅੱਛਾ, ਸੋ ਮੇਰੇ 'ਤੇ ਜੀ ਘਰ ਦਾ ਮਾਹੌਲ ਹੀ ਇੱਦਾਂ ਦਾ। ਖੁਸ਼ੀ ਕਿੰਨੀ ਹੁੰਦੀ ਹੈ ਕਿ ਜਦੋਂ ਤੁਸੀਂ ਇੱਕ ਕਹਿੰਦੇ ਨਾ ਆਪਾਂ ਕਿ ਇੱਕ ਨਿਸ਼ਚੇ ਕਰਕੇ ਚੱਲਦੇ ਹਾਂ ਕਿ ਹਾਂ ਬਾਈ ਮੈਂ ਸੋਚ ਕੇ ਚੱਲਿਆ ਸੀ ਮੈਂ ਆਹ ਕੀਤਾ ਮੁਕਾਮ ਹਾਸਿਲ, ਅਤੇ ਲੋਕਾਂ ਵੱਲੋਂ ਤਾਂ ਫੀਡਬੈਕ ਬਾਹਰੋਂ ਤਾਂ ਫੀਡਬੈਕ ਆਉਂਦੀ ਹੁੰਦੀ ਹੈ ਨਾ, ਬਾਹਰ ਤਾਂ ਲੋਕ ਤੁਹਾਡੇ ਕੰਮ ਨੂੰ ਪਸੰਦ ਕਰਦੇ ਹੁੰਦੇ ਆ, ਪਰ ਘਰ ਦੇ ਵਿੱਚ ਜਦੋਂ ਚੀਜ਼ ਤੁਹਾਨੂੰ ਦੇਖ ਕੇ ਕਹਿੰਦੇ ਹੋਣ ਕਿ ਹਾਂ ਬਈ ਮੈਂ ਵੀ ਬਈ ਅੰਬਰ ਜੀ ਵਰਗਾ ਬਣਨਾ ਜਾਂ ਮੈਂ ਵੀ ਅੰਬਰ ਦੇ ਨਕਸ਼ੇ ਕਦਮ 'ਤੇ ਚੱਲਣਾ, ਉਹ ਖੁਸ਼ੀ ਵੱਖਰੀ ਹੁੰਦੀ ਹੈ, ਉਹ ਸੈਟਿਸਫੈਕਸ਼ਨ ਹੁੰਦੀ ਹੈ। ਉਸ ਵੇਲੇ ਲੱਗਦਾ ਕਿ ਜੋ ਮੈਂ ਚੀਜ਼ ਸੋਚ ਕੇ ਤੁਰਿਆ ਸੀਗਾ ਉਹ ਪੂਰੀ ਹੋ ਗਈ ਹੈ, ਉਹ ਮੈਂ ਮੰਜ਼ਿਲ ਪਾ ਲਈ ਹੈ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਪੂਰੀ ਹੋ ਗਈ ਹੈ, ਮੈਨੂੰ ਤਾਂ ਅੱਜ ਵੀ ਲੱਗਦਾ ਕਿ ਹਾਲੇ ਮੈਨੂੰ ਹੁਣ ਇੱਦਾਂ ਲੱਗਾ ਕਿ ਸ਼ਾਇਦ ਹੁਣ ਮੈਂ ਸ਼ੁਰੂ ਕਰ ਸਕਦਾ ਜੋ ਮੈਂ ਸੋਚਦਾ ਸੀ। ਮੈਨੂੰ ਇੱਦਾਂ ਲੱਗਾ ਕਿ ਆ ਜੋੜੀ ਨਾਲ ਮੇਰਾ ਸ਼ਾਇਦ ਜਿਹੜਾ ਰਾਈਟ ਸਫ਼ਰ ਆ ਉਹ ਸ਼ੁਰੂ ਹੋਇਆ, ਸ਼ਾਇਦ ਜੋ ਮੈਂ ਕਰਨਾ ਚਾਹੁੰਦਾ ਸਾਂ ਉਹ ਹੁਣ ਸ਼ੁਰੂ ਹੋਊਗਾ, ਕਿਉਂਕਿ ਹੁਣ ਮੇਰੀ ਗੱਲ ਹੋਰ ਜ਼ਿਆਦਾ ਤਰੀਕੇ ਨਾਲ ਮੰਨੀ ਜਾਊਗੀ, ਸਮਝੀ ਜਾਊਗੀ ਕਿ ਅੰਬਰ ਕੀ ਕਹਿਣਾ ਚਾਹੁੰਦਾ। ਤਾਂ ਮੈਨੂੰ ਲੱਗਦਾ ਕਿ ਰਸਤੇ ਖੁੱਲ੍ਹੇ ਆ, ਇਹਨੇ ਮੇਰੀ ਮੇਂ ਮੰਜ਼ਿਲ ਨਹੀਂ ਸੀ, ਇਹ ਮੇਰੇ ਲਈ ਰਸਤੇ ਬਣੇ ਨੇ ਇਹਦੇ ਨਾਲ। ਤਾਂ ਮੈਨੂੰ ਲੱਗਦਾ ਕਿ ਅਗਲੇ ਜਿਹੜੇ 10 ਸਾਲ ਨੇ, ਇਹ ਮੇਰੇ 10 ਕੁ ਸਾਲ ਕੰਪਲੀਟ ਹੋਇਆ, 23 'ਚ ਗੋਰਿਆਂ ਨੂੰ ਦਫ਼ਾ ਕਰਵਾਈ ਸੀ ਮੈਂ, ਪਹਿਲੀ ਕਹਾਣੀ ਸੀ ਮੇਰੀ ਉਹ, ਅਤੇ ਅੱਜ 23 ਆ। ਤਾਂ ਮੈਨੂੰ ਲੱਗਦਾ ਅਗਲੇ 10 ਸਾਲਾਂ ਲਈ ਮੇਰੇ ਲਈ ਇੱਕ ਰਸਤਾ ਬਣਿਆ, ਸ਼ਾਇਦ ਇਹਨਾਂ 10 ਸਾਲਾਂ 'ਚ ਉਹ ਚੀਜ਼ ਅਚੀਵ ਹੋਵੇ ਜਿਹਦੇ ਨਾਲ ਮੈਨੂੰ ਸ਼ਾਇਦ ਸੈਟਿਸਫੈਕਸ਼ਨ ਹੋਵੇ ਕਿ ਹਾਂ ਜੋ ਮੈਂ ਚਾਹੁੰਦਾ ਸੀ ਉਹ ਹੋ ਗਿਆ। ਹਾਲੇ ਉੱਦਾਂ ਠੀਕ ਹੈ, ਰੋਟੀ ਪਾਣੀ ਲੱਗ ਗਿਆ, ਸੌਖੇ ਹੋਏ ਹਾਂ, ਉਹ ਵਧੀਆ ਚੀਜ਼ ਹੈ, ਕਿਉਂਕਿ ਇਹ ਵੀ ਜ਼ਰੂਰੀ ਹੁੰਦਾ, ਤੁਹਾਡੇ ਪਰਿਵਾਰ, ਤੁਹਾਡਾ ਬੱਚੇ, ਤੁਹਾਡੇ ਸੁਖੀ ਹੋਣੇ ਚਾਹੀਦੇ, ਮਤਲਬ ਲਿਮਿਟ 'ਤੇ ਕੋਈ ਨਹੀਂ, ਪਰ ਉਨਾ ਕੁ ਹੋਣਾ ਵੀ ਚਾਹੀਦਾ ਕਿ ਜਿੰਨੇ ਤੁਸੀਂ ਹੰਢਾਏ ਹੋਣ ਚੀਜ਼ਾਂ, ਤੁਹਾਨੂੰ ਲੱਗਦਾ ਕਿ ਯਾਰ ਬੱਚਿਆਂ ਲਈ ਜਾਂ ਪਰਿਵਾਰ ਲਈ ਇੰਨੀਆਂ ਕੁ ਚੀਜ਼ਾਂ ਹਰ ਬੰਦਾ ਹੀ ਚਾਹੁੰਦਾ ਹੁੰਦਾ ਉਨੀਆਂ ਕੁ ਹੋ ਗਈਆਂ ਨੇ, ਉੱਥੇ ਹੀ ਠੀਕ ਹੈ, ਬਟ ਡੈਫੀਨੇਟਲੀ ਆਪਦੇ ਫੀਲਡ ਦੇ ਵਿੱਚ ਤੁਹਾਡੇ ਬਹੁਤ ਕੁਛ ਕਰਨਾ, ਬਹੁਤ ਕੁਛ ਸੋਚਿਆ ਵੀ ਹੋਏਗਾ, ਬਹੁਤ ਕੁਛ ਸੁਪਨੇ ਵੀ ਹੋਣਗੇ ਤੁਹਾਡੇ, ਹੈ ਨਾ, ਜਦੋਂ ਖਾਸ ਕਰ ਅਸੀਂ ਲਿਖਦੇ ਹਾਂ ਕੋਈ ਚੀਜ਼ ਜਾਂ ਡਾਇਰੈਕਟ ਕਰਦੇ ਹਾਂ, ਸਾਡੇ ਹੁੰਦੇ ਕਿ ਅੱਛਾ ਫਲਾਣੇ ਫਿਲਮ ਫੈਸਟੀਵਲ ਦੇ ਵਿੱਚ ਸਾਡੀ ਫਿਲਮ ਦੇਖੀ ਜਾਵੇ, ਹੈ ਨਾ, ਸੁਣਦੇ ਹੁੰਦੇ ਆ ਕਿ ਅੱਛਾ ਫਲਾਣੀ ਉਹ ਫਿਲਮ ਉੱਥੇ ਗਈ ਹੈ, ਲੋਕਾਂ ਨੇ ਪਸੰਦ ਕੀਤੀ ਹੈ, ਆਪਣੀ ਫਿਲਮਾਂ ਨੂੰ ਲੈ ਕੇ ਵੀ ਇੱਦਾਂ ਦੇ ਸੁਪਨੇ ਹੈ ਕਿ ਹਾਂ ਇਸ ਫੈਸਟੀਵਲ ਦੇ ਵਿੱਚ ਦਿਖਣੀ ਚਾਹੀਦੀ ਹੈ ਸਾਡੀ ਫਿਲਮ ਜੀ। ਬਿਲਕੁਲ, ਇੱਕ ਜਿਹੜਾ ਵੀ ਇਸ ਲਾਈਨ ਦਾ ਬੰਦਾ, ਕੁਝ ਖਾਸ ਅਵਾਰਡ, ਕੁਝ ਖਾਸ ਫੈਸਟੀਵਲ ਹਰ ਮੇਕਰ ਐਕਟਰ ਦੇ ਮਾਈਂਡ 'ਚ ਹਮੇਸ਼ਾ ਹੁੰਦੇ ਆ, ਉਹ ਭਾਵੇਂ ਕਿਸੇ ਧਰਤੀ ਦਾ, ਕਿਸੇ ਬੋਲੀ, ਕਿਸੇ ਵੀ ਖਿੱਤੇ ਦਾ। ਔਰ ਅਸੀਂ ਇਸ ਗੱਲ 'ਤੇ ਮਾਣ ਕਰਦੇ ਹਾਂ ਕਿ ਸਾਡਾ ਇੱਕ ਖਿੱਤਾ, ਸਾਡੀ ਇੱਕ ਬੋਲੀ, ਸਾਡਾ ਜੋ ਸੱਭਿਆਚਾਰ ਆ, ਜੋ ਹਿਸਟਰੀ ਆ, ਸਾਡੇ 'ਚ ਉਨਾ ਸਮਾਨ ਹੈਗਾ ਕਿ ਅਸੀਂ ਕਿਸੇ ਵੀ ਅਵਾਰਡ ਫੰਕਸ਼ਨ ਦੇ ਵਿੱਚ ਆਪਣੀ ਫਿਲਮ ਇੱਕ ਦਿਨ ਲੈ ਕੇ ਵੀ ਜਾਵਾਂਗੇ, ਅਸੀਂ ਜਿੱਤਾਂਗੇ ਵੀ, ਜਿਸ ਤਰ੍ਹਾਂ ਸਾਡਾ ਮਿਊਜ਼ਿਕ ਜਿਹੜਾ ਆ ਉਹ ਪੂਰੀ ਦੁਨੀਆ 'ਤੇ ਛਾਇਆ ਹੋਇਆ, ਔਰ ਉਹ ਦਿਨ ਦੂਰ ਨਹੀਂ, ਮੈਨੂੰ ਲੱਗਦਾ ਵੀ ਕੁਝ ਸਾਲਾਂ ਦੇ ਸਾਡੀ ਬੋਲੀ ਦੀ ਫਿਲਮ ਵੀ ਦੁਨੀਆ ਦੇ ਵਿੱਚ ਇੱਕ ਮੁਕਾਮ ਹਾਸਲ ਕਰ ਲਏਗੀ, ਲੋਕਾਂ ਨੇ ਇੱਕ ਖਾਸ ਤਰ੍ਹਾਂ ਦੀ ਫਿਲਮ ਵੇਖਣ ਲਈ ਸਾਡੀ ਫਿਲਮ ਵੇਖਣਗੇ। ਇਸ ਲਈ ਮੈਂ ਚਾਹੁੰਦਾ ਨਹੀਂ ਹੁੰਦਾ ਵੀ ਸਾਊਥ ਵਰਗੀ ਫਿਲਮ ਬਣਾਵੇ, ਕੋਈ ਹਿੰਦੀ ਵਰਗੀ ਬਣਾਵੇ, ਉਹ ਉਹਨਾਂ ਦਾ ਕੰਮ ਹੈ, ਉਹ ਉਹਨਾਂ ਨੇ ਆਪਣਾ ਬਣਾਇਆ, ਸਾਡੀ ਧਰਤੀ ਹੋਰ ਹੈ, ਸਾਡਾ ਹਵਾ ਪਾਣੀ ਹੋਰ ਹੈ, ਸਾਡੇ ਕਿਰਦਾਰ ਹੋਰ ਨੇ, ਅਸੀਂ ਹੋਰ ਤਰ੍ਹਾਂ ਹੱਸਦੇ ਹਾਂ, ਤਾਂ ਸਾਡਾ ਇੱਕ ਆਪਣਾ ਖਿੱਤਾ ਹੈ, ਔਰ ਓਰੀਜਨਲ ਹੀ ਹਮੇਸ਼ਾ ਦੁਨੀਆ 'ਤੇ ਜ਼ਿਆਦਾ ਲਾਈਕ ਕੀਤਾ ਜਾਂਦਾ ਕਿ ਜਦੋਂ ਹਾਂ। ਸੋ ਮੈਨੂੰ ਲੱਗਦਾ ਕਿ ਸਾਡੇ ਲੋਕ ਹਾਲੇ ਹੋਰ ਜਾਗਰੂਕ ਹੋਣਗੇ, ਔਰ ਜਦੋਂ ਤੱਕ ਚੰਗੀਆਂ ਫਿਲਮਾਂ ਬਣਨਗੀਆਂ, ਚੰਗੀਆਂ ਫਿਲਮਾਂ ਆਉਣਗੀਆਂ, ਹੋਰ ਔਡੀਅੰਸ ਜੁੜੂਗੀ, ਹੋਰ ਬਜਟ ਵਧੂਗਾ,
ਹੋਰ ਅੱਛੇ ਪ੍ਰੋਜੈਕਟ ਬਣ ਗਏ। ਹਾਲੇ ਤੱਕ ਸਿਰਫ ਥੋੜ੍ਹੀ ਪ੍ਰੋਬਲਮ ਸਾਨੂੰ ਇਹ ਆ ਰਹੀ ਹੈ ਕਿ ਸਾਡੀਆਂ ਸਾਡੇ ਬਜਟ ਲਿਮਿਟਡ ਨੇ ਬਿਕੋਜ਼ ਸਾਡੇ ਕੋਲ ਹਾਲੇ ਆਡੀਅੰਸ ਘੱਟ ਆ। ਜਿੱਦਣ ਸਾਡੇ ਕੋਲ ਅਸੀਂ 50-60 crore ਦੀ 100 crore ਦੀ ਫਿਲਮ ਬਣਾਉਣ ਲੱਗ ਗਏ ਨਾ, ਮੈਂ ਦਾਅਵਾ ਕਰਦਾ ਕਿ ਅਸੀਂ ਪਤਾ ਨਹੀਂ ਸ਼ਾਇਦ ਦੁਨੀਆ ਦੇ ਪਹਿਲੀਆਂ ਦੂਜੀਆਂ ਤੀਜੇ ਲੈਵਲ ਦੇ ਮੇਕਰ ਹੋ ਜਾਵਾਂਗੇ ਬੋਲੀ ਦੇ ਹਿਸਾਬ ਨਾਲ। ਸਾਡੇ ਲੋਕਾਂ 'ਚ ਟੈਲੈਂਟ ਬਹੁਤ ਹੈ, ਬਿਲਕੁਲ ਹੈ, ਔਰ ਦਿਖਦਾ ਹੈ। ਮੈਨੂੰ ਲੱਗਦਾ ਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਸਾਰਾ ਪੰਜਾਬੀ ਟੈਲੈਂਟ ਬੜੇ ਹੈ। ਪਹਿਲਾਂ ਪੰਜਾਬ ਬਿਗਨਿੰਗ ਜਿਹੜੀ ਉਹ ਸਾਰੀ ਪੰਜਾਬ ਹੈ। ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ ਜੋ ਤੁਸੀਂ ਗੱਲ ਕਹੀ ਨਾ, ਮੈਂ ਤਾਂ ਇਹ ਕਹੂੰਗੀ ਜਲਦ ਪੂਰੀਆਂ ਹੋਣ, ਕਿਉਂਕਿ ਮੈਂ ਤਾਂ ਤੁਹਾਡੇ ਵਰਗੇ ਕਲਾਕਾਰਾਂ ਦੀ, ਤੁਹਾਡੇ ਵਰਗੇ ਆਰਟਿਸਟਾਂ ਦੀ ਜਿਹੜੀ ਹੈ ਉਹ ਚੱਲ ਰਹੀ ਹੈ, ਉਹ ਲੱਗੀ ਹੋਈ ਹੈ, ਤੁਸੀਂ ਜਾਰੀ ਰੱਖੀ ਹੋਈ ਹੈ। ਸੋ ਜ਼ਰੂਰ ਕਹਿੰਦੇ ਜਿਹੜੇ ਮਿਹਨਤ ਕਰਦੇ ਆ ਨਾ, ਉਹ ਕਿਸੇ ਨਾ ਕਿਸੇ ਮੁਕਾਮ 'ਤੇ ਜ਼ਰੂਰ ਇੱਕ ਦਿਨ ਪਹੁੰਚਦੇ ਆ, ਰੱਬ ਵੀ ਉਹਨਾਂ ਦਾ ਹੱਥ ਫੜਦਾ ਅਤੇ ਸੁਣਦਾ ਹੈ। ਬਿਲਕੁਲ, ਹੈ ਨਾ, ਮਿਹਨਤ ਨੂੰ ਫਲ ਲੱਗਦੇ ਹੀ ਲੱਗਦੇ ਆ। ਫਰੇਮਸ ਦੀ ਗੱਲ ਵਿੱਚ ਹੋਈ ਸੀ, ਮੈਂ ਇਹ ਜ਼ਰੂਰ ਜਾਣਨਾ ਚਾਹਾਂਗੀ ਕਿ ਇੱਕ ਡਾਇਰੈਕਟਰ ਦੀ ਅੱਖ ਤੋਂ, ਆਪਣੇ ਕੈਮਰੇ ਦੀ ਅੱਖ ਤੋਂ, ਉਹ ਕਿਹੜੇ ਹੋਰ ਫਰੇਮ, ਕਿਸ ਤਰ੍ਹਾਂ ਦੇ ਫਰੇਮ, ਕਿਸ ਤਰ੍ਹਾਂ ਦੀ ਕਹਾਣੀਆਂ ਉਹ ਦਿਖਾਉਣਾ ਚਾਹੁੰਦੇ ਨੇ ਦਰਸ਼ਕਾਂ ਨੂੰ, ਕੀ ਲੱਗਦਾ? ਤੁਸੀਂ ਕਿਹਾ ਕਿ ਮੈਨੂੰ ਲੱਗਦਾ ਕਿ ਜੋੜੀ ਦੇ ਨਾਲ ਹਜੇ ਮੈਂ ਸ਼ੁਰੂਆਤ ਮਤਲਬ ਹੋ ਗਈ ਹੈ, ਕੀ ਸੋਚ ਕੇ ਬੈਠੇ ਨੇ ਅਮਰਿੰਦਰ? ਬਹੁਤ ਬਹੁਤ ਕੁਛ ਹੈ ਜੀ, ਜਿਹੜਾ ਮੈਨੂੰ ਲੱਗਦਾ ਹੈ ਸ਼ਾਇਦ ਹੁਣ ਬੂਰ ਪਏਗਾ, ਸ਼ਾਇਦ ਕੌਨਫੀਡੈਂਸ ਹੋਰ, ਕਿਉਂਕਿ ਕਹਾਣੀ ਨਾਲੋਂ ਵੀ ਜ਼ਿਆਦਾ ਨਾ ਮੇਕਰ 'ਚ ਕੌਨਫੀਡੈਂਸ ਹੋਣਾ ਜ਼ਰੂਰੀ ਹੈ। ਉਹ ਜਿਹੜੇ ਭਾਵੇਂ ਪ੍ਰੋਡਿਊਸਰ ਹੈ ਭਾਵੇਂ ਐਕਟਰ ਆ, ਕਹਾਣੀ ਨਾਲੋਂ ਵੀ ਜ਼ਿਆਦਾ ਉਸ ਮੇਕਰ 'ਚ ਕੌਨਫੀਡੈਂਸ ਆਉਣਾ ਚਾਹੀਦਾ ਵੀ ਯਾਰ ਇਹ ਬੰਦਾ ਜੇ ਕਹਿ ਰਿਹਾ ਤਾਂ ਬਣਾ ਲੂਗਾ। ਤਾਂ ਮੈਨੂੰ ਲੱਗਦਾ ਕਿ ਬੜੀਆਂ ਚੀਜ਼ਾਂ ਨੇ, ਇਹ ਨਹੀਂ ਮੈਂ ਕਹਿੰਦਾ ਵੀ ਇੱਕੋ ਤਰ੍ਹਾਂ ਦੀਆਂ, ਨਾ ਇਹ ਇੱਦਾਂ ਨਹੀਂ ਹੁੰਦਾ। ਸਿਨੇਮੇ ਦੇ ਵਿੱਚ ਕੌਮੇਡੀ ਵੀ ਬਹੁਤ ਜ਼ਰੂਰੀ ਆ। ਅਸੀਂ ਹੈਗੇ ਹਾਂ, ਸਾਡੇ ਸੱਭਿਆਚਾਰ 'ਚ ਸਾਡੇ 'ਚ ਹਾਸਾ ਹੈਗਾ, ਟਿੱਚਰ ਮਜ਼ਾਕ, ਅਸੀਂ ਤਾਂ ਭੋਗ 'ਤੇ ਵੀ ਹਟਦੇ ਨਹੀਂ। ਸੋ ਉਹ ਚੀਜ਼ ਨਹੀਂ ਅਸੀਂ ਜਾਣ, ਕੌਮੇਡੀ ਵੀ ਕਰਨੀ ਆ, ਹੋਰ ਜਾਨਰ ਵੀ ਟਰਾਈ ਕਰਨੇ ਆ, ਅਤੇ ਕੁਛ ਸਾਡੀਆਂ ਹਿਸਟਰੀ 'ਚ ਜਿਹੜੀਆਂ ਚੀਜ਼ਾਂ ਪਈਆਂ ਨੇ ਉਹ ਵੀ ਫਰੋਲਣੀਆਂ ਮੈਨੂੰ ਲੱਗਦਾ ਵੀ ਚਾਹੀਦੀਆਂ ਨੇ। ਸ਼ਾਇਦ ਦੁਨੀਆ ਨਾ ਹਾਲੇ ਸਾਡੇ ਕਿਤਾਬਾਂ ਨਾਲ ਸ਼ਾਇਦ ਉਨੀ ਗੱਲ ਦੁਨੀਆ ਤੱਕ ਨਹੀਂ ਪਹੁੰਚੀ। ਅਸੀਂ ਅੱਜ ਅਮੈਰੀਕਾ ਦੀ ਹਿਸਟਰੀ ਤੋਂ ਵਾਕਫ ਹਾਂ, ਉਹਨਾਂ ਦੇ ਵਰਲਡ ਵਾਰ ਦੀਆਂ ਸਾਰੀਆਂ ਲੜਾਈਆਂ ਅਤੇ ਫਿਲਮਾਂ ਬਣੀਆਂ ਨੇ ਵਾਕਫ ਹਾਂ, ਉਹਨਾਂ ਨੇ ਅਰਬ ਦੇ ਵਿੱਚ ਕੀ ਉਹਨਾਂ ਨਾਲ ਹੋਇਆ, ਕੀ ਉਹਨਾਂ ਨੇ ਕੀਤਾ, ਸਾਰਾ ਅਸੀਂ ਵਾਕਫ ਹਾਂ। ਅਸੀਂ ਹਰ ਦੁਨੀਆ ਦੀ ਜਿਹੜੀ ਵੀ ਕਮਿਊਨਿਟੀ ਹੈ ਉਹਦੀ ਹਿਸਟਰੀ ਨਾਲ ਵਾਕਫ ਹਾਂ, ਉਹਨਾਂ ਦੇ ਸਿਨੇਮੇ ਦੇ ਥਰੂ, ਉਹਨਾਂ ਦੀਆਂ ਸੀਰੀਜ਼ ਦੇ ਥਰੂ। ਤਾਂ ਸਾਡੇ ਕੋਲ ਹਲੇ ਮੈਨੂੰ ਲੱਗਦਾ ਵੀ ਉਹ ਸਕੋਪ ਆਇਆ ਹੈ, ਸਾਡੇ ਉਹ ਲੋਕ ਹਲੇ ਜਿਹੜੇ ਹੋਰ ਉੱਠਣ, ਜਿਹੜੇ ਚਾਹੁੰਦੇ ਨੇ ਕਿ ਸਾਡੀ ਇਹ ਅਮੀਰ ਜਿਹੜਾ ਸੱਭਿਆਚਾਰ ਹੈ ਜਾਂ ਸਾਡੀ ਹਿਸਟਰੀ ਹੈ ਇਹ ਦੁਨੀਆ ਤੱਕ ਪਹੁੰਚੇ, ਉਹ ਵੀ ਕੁਛ ਕੰਮ ਹਲੇ ਕਰਨੇ ਚਾਹੁੰਦਾ ਮੈਂ। ਇਹ ਜ਼ਰੂਰ ਹੋਣੇ ਚਾਹੀਦੇ ਔਰ ਹੋਣੇ ਜ਼ਰੂਰੀ ਵੀ ਹੈਗੇ, ਲਾਜ਼ਮੀ ਵੀ ਹੈਗੇ, ਹੈ ਨਾ, ਕਿ ਸਾਡਾ ਸੱਭਿਆਚਾਰ ਕਈ ਲੋਕਾਂ ਨੂੰ ਪਤਾ ਵੀ ਹੈ, ਕਈਆਂ ਤੱਕ ਪਹੁੰਚਣਾ ਹਜੇ ਅਸੀਂ ਕਹਿ ਗਏ ਕਿ ਪਿੱਛੇ ਜਿਹੜਾ ਥੋੜ੍ਹਾ ਹੈ ਉਹਨੂੰ ਹੁਣ ਜ਼ਰੂਰੀ ਹੈ, ਪਰ ਹੋਰ ਸਿਨੇਮਾ ਵੀ ਬਹੁਤ ਕੁਛ ਕਹਿੰਦਾ ਹੈ ਨਾ। ਸਿਨੇਮਾ ਦੇ ਵਿੱਚ ਅਸੀਂ ਹੱਸਦੇ ਹਾਂ, ਸਾਡੀ ਫਿਲਮਾਂ ਕਾਮੇਡੀ ਬਣਦੀਆਂ, ਲੋਕ ਪਸੰਦ ਵੀ ਕਰਦੇ ਨੇ, ਹੈ ਨਾ, ਵਿਆਹਾਂ 'ਤੇ ਫਿਲਮਾਂ ਬਣਦੀਆਂ ਨੇ ਜਾਂ ਪੈਰੋਡਿਕ ਫਿਲਮਸ ਜਿਹੜੀਆਂ ਬਣੀਆਂ ਹੋਈਆਂ ਨੇ ਕਿ ਪਿਛਲਾ ਸਾਡਾ ਪੰਜਾਬ ਕਿਵੇਂ ਦਾ ਸੀਗਾ, ਹੈ ਨਾ, ਉਹ ਤੁਸੀਂ ਬਖੂਬੀ ਆਪਣੀ ਫਿਲਮਾਂ ਦੇ ਵਿੱਚ ਦਰਸਾਇਆ ਵੀ ਹੈ, ਪਰ ਬਹੁਤ ਕੁਛ ਹੋਰ ਵੀ ਹੈ। ਡਾਰਕ ਸਿਨੇਮਾ ਵੀ ਹੈ, ਕਈ ਵਾਰ ਜਦੋਂ ਅਸੀਂ ਗੱਲ ਕਰਦੇ ਡਾਰਕ ਸਿਨੇਮਾ, ਲੋਕ ਕਹਿੰਦੇ ਅੱਗੇ ਬੜੀ ਟੈਨਸ਼ਨ ਹੈ ਭਰਾਵਾ, ਕਿਉਂ ਇਹੋ ਜਿਹੀਆਂ ਫਿਲਮਾਂ ਦੀ ਗੱਲ ਕਰਦੇ ਹੋ, ਪਰ ਤੁਹਾਨੂੰ ਲੱਗਦਾ ਕਿ ਇਹ ਬਣਨੀਆਂ ਚਾਹੀਦੀਆਂ ਨੇ, ਇੱਕ ਇਹ ਹਿੱਸਾ ਵੀ ਸਿਨੇਮਾ ਦਾ ਜਿਹੜਾ ਦੇਖਣਾ ਚਾਹੀਦਾ? ਬਿਲਕੁਲ, ਔਰ ਉਹਦੇ ਨਾਲ ਕੀ ਹੈ ਨਾ ਕਿ ਉਹ ਫਿਰ ਉਹ ਆਡੀਅੰਸ ਦੀ ਆਡੀਅੰਸ ਦਾ ਕਿੰਨੀ ਆਡੀਅੰਸ ਆ ਸਾਡੇ ਕੋਲ ਉੱਤੇ ਮੈਟਰ ਕਰਦਾ। ਆਡੀਅੰਸ ਹਲੇ ਘੱਟ ਆ, ਥੋੜ੍ਹਾ ਘਟਾ ਕੇ ਬਜਟ ਬਣ ਸਕਦੀਆਂ ਨੇ। ਮੈਂ ਖੁਦ ਚਾਹੁੰਦਾ ਕਿ ਉਹ ਐਕਸਪੈਰੀਮੈਂਟ ਵੀ ਕੀਤੇ ਜਾਣ ਮੇਰੇ ਮਾਇੰਡ 'ਚ, ਕਿਤੇ ਨਾ ਕਿਤੇ ਮੈਂ ਪਿੱਛੇ ਜੇ ਕੋਈ ਉੱਦਾਂ ਦੀ ਸਕ੍ਰਿਪਟ ਵੀ ਤਿਆਰ ਕੀਤੀ ਆ ਕਿ ਜਿਸ, ਹਾਂ, ਔਰ ਉਹ ਵੀ ਬਣ ਗਈਆਂ ਇਹ, ਔਰ ਇਹ ਬਟ ਡਾਰਕ ਸਿਨੇਮਾ ਹੀ ਸਿਨੇਮਾ ਨਹੀਂ ਆ, ਇਹ ਸੱਚ ਹੈ। ਜੇ ਜਾਂ ਜੇ ਆਪਾਂ ਐਕਸ਼ਨ ਨਹੀਂ ਕਰਦੇ ਤਾਂ ਆਪਾਂ ਕਹਾਂਗੇ ਯਾਰ ਐਕਸ਼ਨ ਫਿਲਮਾਂ, ਸਾਊਥ ਦੀਆਂ ਐਕਸ਼ਨ ਫਿਲਮਾਂ ਨੇ ਉਹੀ ਸਿਨੇਮਾ, ਇੱਦਾਂ ਨਹੀਂ ਹੈ। ਬਿਲਕੁਲ, ਉਹ ਇੱਕ ਅਸੀਂ ਸਾਡੀਆਂ 90 ਤੋਂ ਲੈ ਕੇ ਮਤਲਬ ਸਾਰੀਆਂ ਐਕਸ਼ਨ ਫਿਲਮਾਂ ਸੀਗੀਆਂ, ਹੈਨਾ। ਸੋ ਇੱਦਾਂ ਨਹੀਂ ਹੈ, ਸਿਨੇਮਾ ਤਾਂ ਸੱਚੀ ਉਹ ਲਾਇਬ੍ਰੇਰੀ ਵਰਗਾ ਹੁੰਦਾ ਹੈ, ਤੁਸੀਂ ਉਹਦੇ 'ਚ ਜਾਂਦੇ ਹੋ, ਉਹਦੇ 'ਚ ਤੁਹਾਨੂੰ ਅੱਜ ਰੋਮੈਂਸ ਚੰਗਾ ਲੱਗਦਾ, ਅੱਜ ਤੁਹਾਨੂੰ ਹਾਸਾ ਚੰਗਾ ਲੱਗਦਾ, ਅੱਜ ਤੁਹਾਨੂੰ ਥ੍ਰਿਲਰ ਚੰਗਾ ਲੱਗਦਾ, ਅੱਜ ਤੁਹਾਨੂੰ ਹਿਸਟਰੀ ਚੰਗੀ ਲੱਗਦੀ ਹੈ, ਇੱਦਾਂ ਇੱਕ ਗੁਲਦਸਤਾ ਹੈ। ਅਤੇ ਜਿਸ ਤਰ੍ਹਾਂ ਆਡੀਅੰਸ ਡਿਵੈਲਪ ਹੋਏਗੀ ਉਸ ਤਰ੍ਹਾਂ ਫਿਲਮਾਂ ਡਿਵੈਲਪ ਹੋਣਗੀਆਂ, ਇਹ ਵੀ ਦੂਜੇ ਪਾਸੇ ਵੀ ਜਿਸ ਤਰ੍ਹਾਂ ਫਿਲਮਾਂ ਡਿਵੈਲਪ ਹੋਣਗੀਆਂ ਆਡੀਅੰਸ ਡਿਵੈਲਪ ਹੋਊਗੀ। ਅਤੇ ਦੋਨੇ ਧਿਰਾਂ ਹੀ ਨੇ, ਦੋਨੇ ਧਿਰਾਂ ਹੀ ਜ਼ਿੰਮੇਦਾਰ ਨੇ ਹਾਲੇ ਤੱਕ। ਔਰ ਡੈਫੀਨੇਟਲੀ ਅਸੀਂ ਜਦੋਂ, ਮੇਰੀ ਇੱਕ ਹੋਰ ਥੋੜ੍ਹਾ ਜਿਹਾ ਕਿਸੇ ਨੂੰ ਮਾੜੀ ਲੱਗ ਸਕਦੀ ਗੱਲ ਹੈ, ਸੀਰੀਅਸ ਸਿਨੇਮਾ ਜਦੋਂ ਅਸੀਂ ਕਰਦੇ ਹਾਂ ਤਾਂ ਅਕਸਰ ਅਸੀਂ ਆਡੀਅੰਸ 'ਤੇ ਬਲੇਮ
ਆਉਂਦੇ ਹਾਂ ਕਿ ਆਡੀਅੰਸ ਸੀਰੀਅਸ ਸਿਨੇਮਾ ਨਹੀਂ ਦੇਖਦੀ, ਦੇਖਣਾ ਨਹੀਂ ਚਾਹੁੰਦੀ ਬਿਲਕੁਲ। ਪਰ ਮੈਂ ਕਹਿੰਦਾ ਕਿ ਸਿਰਫ ਰਵਾ ਦੇਣਾ ਜਾਂ ਇੱਦਾਂ ਕਰ ਦੇਣਾ ਹੀ ਕਿ ਸੀਰੀਅਸ ਸਿਨੇਮਾ ਜਾਂ ਸਿਨੇਮਾ, ਇੱਦਾਂ ਨਹੀਂ ਹੈ। ਸੀਰੀਅਸ ਸਿਨੇਮੇ ਦੇ ਵਿੱਚ ਵੀ ਆਰਟ ਹੋਲਡ ਕਰਨਾ, ਆਡੀਅੰਸ ਨੂੰ ਐਂਟਰਟੇਨ ਕਰਨਾ, ਐਂਟਰਟੇਨ ਸਿਰਫ ਹਾਸਾ ਨਹੀਂ ਹੁੰਦਾ, ਥ੍ਰਿਲ ਕਰਨਾ, ਉਹਨਾਂ ਨੂੰ ਡਰਾਉਣਾ, ਉਹਨਾਂ ਨੂੰ ਹਸਾਉਣਾ, ਉਹਨਾਂ ਨੂੰ ਜੋੜ ਕੇ ਰੱਖਣਾ, ਉਹਨਾਂ ਦੇ ਰਸ, ਉਹਨਾਂ ਦੇ ਇਮੋਸ਼ਨਸ ਲੈ ਕੇ ਆਉਣੇ ਬਾਹਰ। ਉਹ ਸੀਰੀਅਸ ਸਿਨੇਮੇ 'ਚ ਅਸੀਂ ਉਹ ਘੱਟ ਕਰਦੇ ਹਾਂ, ਰੋਲਰ ਕੋਸਟਰ ਹੈ ਜਿਹੜਾ ਚੱਲਣਾ ਚਾਹੀਦਾ, ਅਸੀਂ ਉਹ ਘੱਟ ਕਰਦੇ ਹਾਂ। ਇਸ ਲਈ ਸਿਰਫ ਔਰ ਸਿਰਫ ਖਬਰ ਵਰਗੀ ਫਿਲਮ ਬਣਾ ਕੇ ਅਸੀਂ ਕਹਾਂਗੇ ਸੀਰੀਅਸ ਫਿਲਮ ਸੀ, ਲੋਕਾਂ ਨੇ ਵੇਖੀ ਨਹੀਂ, ਇੱਦਾਂ ਨਹੀਂ ਹੁੰਦਾ। ਸਾਨੂੰ ਇੱਦਾਂ ਲੱਗਦਾ ਕਿ ਸੀਰੀਅਸ ਸਿਨੇਮੇ ਦੇ ਵਿੱਚ ਜਿੰਨਾ ਜ਼ੋਰ ਲੱਗਦਾ ਉਹ ਓਨੇ ਜ਼ੋਰ ਹਾਲੇ ਅਸੀਂ ਲਾਏ ਨਹੀਂ। ਤਾਂ ਉਹ ਵੀ ਗੱਲ ਹੈ ਕਿ ਹਾਲੇ ਸਿਰਫ ਕਹਿ ਦੇਣਾ ਕਿ ਸੀਰੀਅਸ ਸਿਨੇਮਾ ਲੋਕ ਪਸੰਦ ਨਹੀਂ ਕਰਦੇ, ਇਹ ਸਹੀ ਨਹੀਂ ਹੈ। ਜਿਸ ਦਿਨ ਸੀਰੀਅਸ ਸਿਨੇਮਾ ਉਸ ਲੈਵਲ ਦਾ ਬਣੂਗਾ ਤਾਂ ਲੋਕ ਪਸੰਦ ਵੀ ਕਰਨਗੇ। ਤੁਹਾਡੀ ਫਿਲਮ ਜੋੜੀ ਜਦੋਂ ਰਿਲੀਜ਼ ਹੋਈ ਇੱਥੋਂ ਪੰਜਾਬ 'ਚ, ਤਾਂ ਮੈਨੂੰ ਉਮੀਦ ਹੈ ਕਿ ਬਹੁਤ ਆਰਟਿਸਟ ਹਨ, ਤੁਹਾਨੂੰ ਮੈਸੇਜ ਆਏ ਹੋਣੇ ਆ, ਹੈ ਨਾ। ਮੁੰਬਈ ਤੁਹਾਡੇ ਬਹੁਤ ਦੋਸਤ ਨੇ, ਉੱਥੋਂ ਵੀ ਮੈਸੇਜ ਕਾਲਸ ਆ ਰਹੀਆਂ, ਉਹਨਾਂ ਨੇ ਦੇਖੀ ਹਜੇ ਤੱਕ। ਕਿਆ ਤੁਹਾਡਾ ਕੋਈ ਮਾਇੰਡ ਹੈ ਕਿ ਉੱਥੇ ਵੀ ਇੱਕ ਸਪੈਸ਼ਲ ਸਕਰੀਨਿੰਗ ਹੋਣੀ ਚਾਹੀਦੀ? ਕਰ ਰਹੇ ਸਪੈਸ਼ਲ, ਹਾਂਜੀ ਹਾਂਜੀ, ਉੱਥੇ ਸਪੈਸ਼ਲ ਸਕਰੀਨਿੰਗ ਹੈ ਔਰ ਲੋਕ ਉੱਥੇ ਵੀ ਜਿਨ੍ਹਾਂ ਨੇ ਹੁਣ ਲੱਗੀ ਹੋਈ ਵੇਖੀ ਆ। ਇਹ ਤਾਂ ਮੈਂ ਫਿਰ ਸ਼ਾਇਦ ਕਹਿ ਹਟਿਆ ਕਿ ਅੰਗਰੇਜ਼ ਤੋਂ ਬਾਅਦ ਉੱਦਾਂ ਦੇਖੋ ਲਾਹੌਰੀਏ ਵੇਲੇ ਬਹੁਤ ਆਏ, ਲਾ ਪੰਜਾਬ ਵੇਲੇ ਬਹੁਤ ਆਏ, ਲੌਂਗ ਲੀਚੀ ਲਾਚੀ ਵੇਲੇ ਬਹੁਤ ਆਏ, ਈਵਨ ਛੱਲੇ ਲਈ ਵੀ ਬਾਹਰੋਂ ਬਹੁਤ ਆਏ। ਪਰ ਆਫਟਰ ਅੰਗਰੇਜ਼ ਹਰ ਪਾਸਿਓਂ ਇੰਨਾ ਪਿਆਰ ਨਹੀਂ, ਮੈਂ ਸੱਚ ਕਹਾਂ, ਮਿਲਿਆ ਸੀ। ਅਤੇ ਇੱਕ ਜ਼ਿੰਦਗੀ 'ਚ ਹੁੰਦਾ ਹੀ ਹੈ ਵੀ ਅੰਗਰੇਜ਼ ਕਿਤੇ ਨਾ ਕਿਤੇ ਦੁਸ਼ਮਣ ਵੀ ਬਣ ਗਈ ਸੀ, ਯਾਰ ਅੰਗਰੇਜ਼ ਵਰਗੀ ਫਿਲਮ ਬਣਾਓ। ਸੋ ਮੈਨੂੰ ਇਹ ਲੱਗਦਾ ਕਿ ਅੱਜ ਅੰਗਰੇਜ਼ ਆਪਣੇ ਆਪ 'ਚ ਇੱਕ ਬਹੁਤ ਖੂਬਸੂਰਤ ਅਲੱਗ ਫਿਲਮ ਹੈ ਔਰ ਜੋੜੀ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਇੱਕ ਅਲੱਗ ਫਿਲਮ ਹੈ ਔਰ ਅੱਜ ਸਿਰਫ ਇੱਕ ਅੰਗਰੇਜ਼ ਨਹੀਂ ਹੈ ਸਾਡੇ ਕੋਲ, ਅੱਜ ਸਾਡੇ ਕੋਲ ਜੋੜੀ ਵੀ ਹੈ, ਬਿਲਕੁਲ। ਸੋ ਜਦੋਂ ਤੁਸੀਂ 2020 ਦੇ ਵਿੱਚ ਦਿਲਜੀਤ ਹੁਣਾਂ ਨੂੰ ਫਸਟ ਕੱਟ ਭੇਜਦੇ, ਉਹਨਾਂ ਤੋਂ ਇਹ ਸ਼ਬਦ ਨਿਕਲਦੇ ਕਿ ਭਾਈ ਤੁਸੀਂ ਕੋਲ ਹੁੰਦੇ ਤੁਹਾਨੂੰ ਜੱਫੀ ਪਾ ਦਿੰਦੇ, ਹੈ ਨਾ, ਉਹ ਸ਼ਬਦ ਸੁਣ ਕੇ ਕਿੰਨੀ ਕੁ ਰਾਹਤ ਮਿਲ ਗਈ ਕਿ ਹਾਂ ਚਲੋ ਦਿਲਜੀਤ ਨੇ ਹੁਣ ਦੇਖੀ ਹੈ, ਹੈ ਨਾ। ਇੱਕ ਆਰਟਿਸਟ ਜਦੋਂ ਆਪਣੀ ਫਿਲਮ ਦੇਖਦਾ ਉਹ ਵੀ ਉਹਨੂੰ ਵੀ ਬੜਾ ਕੁਛ ਨਹੀਂ ਪਤਾ ਹੁੰਦਾ ਜਦੋਂ ਸ਼ੂਟ ਹੋ ਰਿਹਾ ਹੁੰਦਾ ਕੀ ਹੈਗਾ, ਪਰ ਜਦੋਂ ਫਾਈਨਲ ਕੱਟ ਵੇਖਦਾ ਉਹਨੂੰ ਪਤਾ ਚੱਲ ਜਾਂਦਾ ਕਿ ਅੱਛਾ ਆਈਡੀਆ ਹੋ ਜਾਂਦਾ। ਸੋ ਜਦੋਂ ਉਹ ਸ਼ਬਦ ਤੁਸੀਂ ਸੁਣਦੇ ਹੋ ਉਹ ਕਿੰਨੇ ਰਾਹਤ ਭਰੇ ਹੁੰਦੇ ਆ, ਅਤੇ ਫਿਰ ਉੱਥੋਂ ਆਈਡੀਆ ਹੋ ਜਾਂਦਾ ਕਿ ਹਾਂ ਜਦੋਂ ਰਿਲੀਜ਼ ਹੋਏਗੀ ਤਾਂ ਇਹ। ਮੈਂ ਇਸ ਲਈ ਮੈਂ ਜਿਸ ਮਕਸਦ ਲਈ ਭੇਜੀ ਸੀ ਉਹ ਇਹ ਸੀਗਾ ਜੀ ਕਿ ਮੈਨੂੰ ਪਤਾ ਲੱਗਾ ਕਿ ਪਤਾ ਕਿ ਸ਼ਾਇਦ ਕਿ ਭਾਜੀ ਨੂੰ ਕੋਈ ਬੰਦੇ ਹਲੇ ਫਿਲਮਾਂ ਨਾ ਕੱਚੀਆਂ ਨਹੀਂ ਦਿਖਾਉਂਦੇ, ਅੱਛਾ ਵੀ ਸ਼ਾਇਦ ਉਹ ਵਿਚਾਰੇ ਡੱਬ ਹੀ ਕਰਦੇ ਆਪਣੀ ਫਿਲਮ ਸ਼ਾਇਦ, ਹਾਂ ਇੱਦਾਂ ਜਿਹਾ ਮੈਂ ਸੁਣਿਆ ਸੀ। ਪਰ ਮੇਰਾ ਤਰੀਕਾ ਹੋਰ ਆ ਫਿਲਮ ਬਣਾਉਣ ਦਾ, ਮੈਂ ਤਾਰੀਫ ਦੇ ਸ਼ਬਦਾਂ ਲਈ ਨਹੀਂ ਭੇਜੀ ਸੀ, ਮੇਰਾ ਹੁੰਦਾ ਕਿ ਮੈਂ ਐਡਿਟ ਕਰ ਲਈ ਹੈ ਅਤੇ ਮੈਂ ਕਰਦਾ ਹਾਂ ਵੈਲਕਮ ਤੁਹਾਡੇ ਪੁਆਇੰਟ ਆਫ ਵਿਊ ਦਾ ਕਿ ਜੀ ਤੁਹਾਨੂੰ ਵੇਖ ਕੇ ਕਿੱਦਾਂ ਲੱਗੀ, ਤੁਹਾਨੂੰ ਕੀ ਠੀਕ ਲੱਗਿਆ ਕੀ ਨਹੀਂ ਮੈਨੂੰ ਦੱਸੋ ਔਰ ਮੈਂ ਠੀਕ ਕਰਨ ਨੂੰ, ਮੈਂ ਮਤਲਬ ਇਹ ਨਹੀਂ ਕਿ ਤੁਸੀਂ ਦੱਸੋਗੇ ਅਤੇ ਮੈਂ ਉਹ ਕਹਾਂਗੇ ਭਾਅ ਜੀ ਐਂ ਥੋੜ੍ਹੀ ਹੁੰਦਾ, ਇੱਦਾਂ ਨਹੀਂ ਹੁੰਦਾ। ਸੋ ਮੈਂ ਜਿੰਨੇ ਬੰਦੇ ਜੁੜਿਆ ਹਰ ਇੱਕ ਦੇ ਪੁਆਇੰਟ ਨੂੰ ਮੰਨਦਾ, ਮੈਨੂੰ ਲੱਗਦਾ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਆ, ਉਹਨੂੰ ਪਤਾ ਹੈ ਵੀ ਮੈਂ ਕੀ ਰਾਈਟ ਹਾਂ ਰੋਂਗ ਹਾਂ, ਕਿੱਥੇ ਮੇਰੇ ਤੋਂ ਗਲਤ ਹੋ ਗਿਆ ਕਿ ਭੇਜਾਂਗਾ ਮੈਂ, ਅਤੇ ਉਹਨਾਂ ਦਾ ਜਿਹੜਾ ਰਿਸਪੋਂਸ ਆਇਆ, ਹਾਂ ਉਹ ਰਿਸਪੋਂਸ ਨੇ ਥੋੜ੍ਹੀ ਜਿਹੀ ਰਾਹਤ ਦਿੱਤੀ ਸੀ ਵੀ ਯਾਰ ਠੀਕ ਆ, ਹੈ ਨਾ, ਕਿਉਂਕਿ ਉਹਨਾਂ ਨੇ ਤਾਂ ਪਹਿਲੀ ਵਾਰੀ ਵੇਖਿਆ ਸੀ ਸਾਰਾ ਕੁਛ। ਤਾਂ ਉਹਨਾਂ ਨੇ ਜੋ ਕਿਹਾ ਕਿ ਭਾਈ ਜੀ ਨੇੜੇ ਹੁੰਦੇ ਤਾਂ ਮੈਂ ਜੱਫੀ ਪਾਉਂਦਾ, ਅਤੇ ਮੇਰੇ ਲਈ ਉਹ ਸ਼ਬਦ ਬਹੁਤ ਮਾਇਨੇ ਰੱਖਦੇ ਨੇ ਕਿਉਂਕਿ ਕਲਾਕਾਰ ਉਹ ਬਹੁਤ ਬਹੁਤ ਵੱਡੇ ਕਲਾਕਾਰ ਨੇ, ਉਹਨਾਂ ਨੇ ਬੜਾ ਕੰਮ ਕੀਤਾ ਆ, ਭਾਂਤ ਦਾ ਪਾਣੀ ਪੀਤਾ ਉਹਨਾਂ ਨੇ, ਉਹਨਾਂ ਤੋਂ ਇਹ ਸ਼ਬਦ ਉਹਨੇ ਮੇਰੇ ਲਈ ਬਹੁਤ ਮਾਇਨੇ ਰੱਖਦੇ ਸੀਗੇ ਡੈਫੀਨੇਟਲੀ। ਔਰ ਅੱਜ ਜੋ ਉਹਨਾਂ ਨੇ ਕਿਹਾ ਸੀਗਾ ਅੱਜ ਉਹ ਸਾਰੀ ਲੁਕਾਈ ਕਹਿ ਰਹੀ ਹੈ, ਅਤੇ ਇਹ 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 ਵੇਖੋ ਲੋਕ ਕਹਿੰਦੇ ਨੇ ਕਿ ਆਪਣੇ ਆਪ ਨੂੰ ਪਤਾ ਨਹੀਂ ਲੱਗਦਾ ਕਿ ਫਿਲਮ ਚੰਗੀ ਸੀ ਕਿ ਮਾੜੀ ਸੀ, ਲੋਕ ਦੱਸਣਗੇ, ਇੱਦਾਂ ਨਹੀਂ ਹੁੰਦਾ, ਤੁਹਾਨੂੰ ਪਤਾ ਲੱਗ ਜਾਂਦਾ ਹੈ, ਬਿਲਕੁਲ, ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ, ਇਹ ਅਲੱਗ ਗੱਲ, ਇਹ ਅਲੱਗ ਗੱਲ। ਕੋਈ ਵੀ ਇਨਸਾਨ ਜਿਹੜਾ ਵੀ ਕੰਮ ਕਰ ਰਿਹਾ ਉਹਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਖੜਾ, ਮੈਂ ਕੀ ਕੀਤਾ ਜਾਂ ਮੈਂ ਕੀ ਕਰ ਚੁੱਕਿਆ, ਹੈ ਨਾ, ਉਹਨੂੰ ਪਤਾ ਹੁੰਦਾ। ਐਕਸੈਪਟੈਂਸ ਬਹੁਤ ਵੱਡੀ ਚੀਜ਼ ਹੈ, ਉਹ ਅਗਲਾ ਕਰੇ ਨਾ ਕਰੇ, ਹੈ ਨਾ, ਉਹ ਬਾਤ ਦੀ ਗੱਲ ਹੈ। ਸੋ ਇੱਕ ਹੋਰ ਚੀਜ਼ ਕਿ ਤੁਹਾਨੂੰ ਕਹਿੰਦੇ ਅਮਰਿੰਦਰ ਸਰ ਉਹਨਾਂ ਨੇ, ਹੈ ਨਾ, ਦਿਲਜੀਤ ਉਹਨਾਂ ਨੇ ਕਈ ਇੰਟਰਵਿਊਜ਼ ਦੇ ਵਿੱਚ ਵੀ ਇਹ ਕਿਹਾ ਕਿ ਅਮਰਿੰਦਰ ਭਾਅ ਜੀ ਮੈਨੂੰ ਕਹਿੰਦੇ ਸੀ ਕਿ ਅੰਬਰ ਨੂੰ ਨਾ ਚੇਤਾ ਭੁੱਲ ਜਾਂਦਾ ਹੈ, ਜਦੋਂ ਉਹ ਆ ਕੇ ਕਹਿੰਦਾ ਨਾ ਕਿ ਹਾਂ ਠੀਕ ਹੈ, ਇੱਦਾਂ ਉਹਨੂੰ ਯਾਦ ਕਰਾਉਣਾ ਵਾਰ ਵਾਰ ਕਿ ਹਾਂ ਠੀਕ ਹੈ, ਇਹ ਚੀਜ਼ ਭਾਅ ਜੀ ਕਰਦੇ ਆਪਾਂ ਕਿ ਵਧੀਆ ਚੀਜ਼ ਲੱਗੀ ਹੈ, ਇਹ ਚੇਤਾ ਕਿਉਂ ਭੁੱਲ ਜਾਂਦਾ, ਕਿਉਂਕਿ ਇੱਕ ਇੱਕ ਵੱਖਰੀ ਦੁਨੀਆ ਮੇਰੇ, ਮੈਨੂੰ ਇਹ ਸੀ ਕਿ ਸ਼ਾਇਦ ਵਰਲਡ ਅਲੱਗ ਬਣਿਆ ਹੋਇਆ। ਨਹੀਂ ਨਹੀਂ ਇੱਦਾਂ ਨਹੀਂ ਹੁੰਦਾ ਜੀ ਕਿ ਮੈਂ ਉਹ ਹੁੰਦਾ ਕੀ, ਅਸਲ 'ਚ ਜਿਹੜਾ ਉਹਨਾਂ ਦਾ ਮਤਲਬ ਇਹ ਸੀਗਾ ਕਿ ਜੇ ਮੰਨ ਲਓ ਅੱਜ ਮੈਂ ਇੱਕ ਸੀਨ ਨਰੇਟ ਕੀਤਾ, ਤਾਂ ਉਹ ਸੀਨ ਜਦੋਂ ਮੈਂ ਕੱਲ੍ਹ ਨਰੇਟ ਕਰੂੰਗਾ ਤਾਂ ਜੋ ਅੱਜ ਸੀਨ ਨਰੇਟ ਕੀਤਾ ਕੱਲ੍ਹ ਇਹ ਸੀਨ ਨਹੀਂ ਹੋਣਾ, ਕੱਲ੍ਹ ਇੱਕ ਡਿਫਰੈਂਟ ਸੀਨ ਹੋਊਗਾ, ਬਿਲਕੁਲ, ਪਰ ਸੋ ਡਿਫਰੈਂਟ ਹੋਊਗਾ, ਇੰਪਰੋਵਾਈਜੇਸ਼ਨ ਹੁੰਦੀ ਰਹੂਗੀ। ਹਾਂ, ਤਾਂ ਉਹਨਾਂ ਦਾ ਇਹ ਸੀਗਾ ਵੀ
ਜਿਹੜੇ ਅੱਜ ਸੀਨ ਦੇ ਵਿੱਚ ਤੁਹਾਨੂੰ ਗੱਲ ਵਧੀਆ ਲੱਗੀ ਨਾ ਉਹ ਫੜ ਲਓ, ਉਹ ਕੱਲ ਤੁਸੀਂ ਯਾਦ ਕਰਾਉਣੀ ਕਿ ਭਾਈ ਉਹ ਕੱਲ ਆਹ ਗੱਲ ਵੀ ਕੀਤੀ ਸੀਗੀ। ਸੋ ਇਹ ਗੱਲ ਸੀਗੀ, ਔਰ ਇਹ ਹੁੰਦਾ ਵੀ ਇੱਦਾਂ ਹੀ ਹੈ ਕਿ ਜਦੋਂ ਆਪਾਂ ਮੈਂ ਫਿਲਮ ਬਣਾਉਂਦਾ ਜਾਂ ਹਰ ਬੰਦੇ ਦਾ ਆਪਣਾ ਤਰੀਕਾ ਆ, ਮੈਂ ਇੱਦਾਂ ਹੀ ਬਣਾਉਂਦਾ ਵੀ ਅੱਜ ਫਿਲਮ ਆ ਕੱਲ੍ਹ ਦੁਬਾਰੇ ਬੋਲੀ ਜਾਏਗੀ। ਮਤਲਬ ਲੋਕ ਇੱਕ ਵਰਜਨ ਬਣਾਉਂਦੇ ਆ, ਦੋ ਵਰਜਨ ਬਣਾਉਂਦੇ ਆ ਲਿਖ ਕੇ। ਮੈਂ ਮੇਰੇ ਖਿਆਲ 'ਚ ਜੇ ਡੇਢ ਦੋ ਮਹੀਨੇ ਫਿਲਮ ਰੋਜ਼ ਤਿੰਨ ਤਿੰਨ ਚਾਰ ਚਾਰ ਵਾਰੀ ਸੁਣਾਉਂਦਾ ਬੋਲਦਾ ਤਾਂ ਮੇਰੇ ਘੱਟੋ ਘੱਟ ਪਤਾ ਹੀ ਨਹੀਂ ਕਿੰਨੇ ਵਰਜਨ ਬਣਦੇ ਫਿਲਮ ਦੇ, ਪਤਾ ਹੀ ਨਹੀਂ ਕਿੰਨੇ ਵਰਜਨ ਬਣਦੇ ਆ। ਸੋ ਉਹਦੇ ਵਿੱਚ ਕੀ ਹੁੰਦਾ ਕਿ ਉਹ ਕਿਸੇ ਨਾ ਕਿਸੇ ਵਰਜਨ 'ਚ ਕੋਈ ਗੱਲ ਕਹੀ ਹੁੰਦੀ ਉਹ ਭੁੱਲ ਜਾਂਦੀ ਹੈ। ਸੋ ਔਰ ਮੇਰਾ ਮੰਨਣਾ ਕਿ ਮੈਂ ਅੱਜ ਜੋ ਸੁਣਾਊਂਗਾ ਕੱਲ੍ਹ ਜੋ ਸੁਣਾਊਂਗਾ ਨਾ, ਜੋ ਅੱਜ ਵਧੀਆ ਸੀ ਉਹ ਯਾਦ ਰਹੂਗਾ, ਜਿਹੜਾ ਮਾੜਾ ਸੀ ਉਹ ਭੁੱਲ ਜੂਗਾ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਕੱਲ੍ਹ ਕੋਈ ਚੀਜ਼ ਭੁੱਲ ਗਿਆ ਤਾਂ ਮਤਲਬ ਵਧੀਆ ਨਹੀਂ ਸੀ, ਪਰ ਉਹ ਭਾਜੀ ਦੇ ਸੀ ਵੀ ਕਈ ਵਾਰੀ ਭੁੱਲ ਜਾਂਦੀ ਹੈ। ਹਾਂ, ਸੋ ਇਹ ਗੱਲ। ਅੱਛਾ, ਇੰਨੇ ਟਾਈਮ ਤੱਕ ਤੁਸੀਂ ਸੋਚਿਆ ਹੁੰਦਾ ਕਿ ਅੱਛਾ ਇਹ ਫਿਲਮ ਇੱਦਾਂ ਜਦੋਂ ਲਿਖ ਰਹੇ ਹੁੰਦੇ ਹੋ ਹੈ ਨਾ ਕਿ ਇਸ ਤਰ੍ਹਾਂ ਡਾਇਰੈਕਟ ਕਰੂਗਾ ਜਦੋਂ ਫਲੋਰ 'ਤੇ ਜਾਏਗੀ, ਬਟ ਕਈ ਵਾਰ ਜਦੋਂ ਫਲੋਰ 'ਤੇ ਆਉਂਦੀ ਗਰਾਊਂਡ ਲੈਵਲ 'ਤੇ ਆਉਂਦੀ ਹੈ ਉਹ ਚੀਜ਼ਾਂ ਉਸ ਤਰ੍ਹਾਂ ਨਹੀਂ ਵੀ ਹੁੰਦੀਆਂ, ਜਾਂ ਤੁਹਾਨੂੰ ਉਸ ਟਾਈਮ 'ਤੇ ਲੱਗਦਾ ਹੋਊਗਾ ਕਿ ਯਾਰ ਇਸ ਤਰੀਕੇ ਨਾਲ ਕਰ ਦਿੰਦੇ ਥੋੜ੍ਹਾ ਚੇਂਜ ਹੋਣਾ ਚਾਹੀਦਾ। ਸੋ ਉਹ ਫਿਰ ਖੁਦ ਦੇ ਲਈ ਡਿਸੀਜ਼ਨ ਲੈਣਾ ਔਖਾ ਹੁੰਦਾ ਹੈ, ਫਿਰ ਹੁੰਦਾ ਕਿ ਨਹੀਂ ਯਾਰ ਸੇਫ ਸਾਈਡ ਚੱਲਦਾ, ਜੋ ਮੈਂ ਸੋਚਿਆ ਸੀ ਉਹੀ ਕਰਦੇ ਹਾਂ। ਇਹ ਵੀ ਇੱਕ ਮੈਂ ਬੜੀ ਵਾਰੀ ਕਲੀਅਰ ਕਰ ਚੁੱਕਿਆ, ਔਰ ਮੈਨੂੰ ਲੱਗਦਾ ਹੁਣ ਮੈਨੂੰ ਕਲੀਅਰ ਕਰਨ ਦੀ ਲੋੜ ਨਹੀਂ ਹੈ ਕਿ ਮੇਰੇ ਬਾਰੇ ਕੀ ਇੱਕ ਬਣੀ ਹੋਈ ਆ, ਪਰਸੈਪਸ਼ਨ ਬਣੀ ਹੋਈ ਹੈ ਕਿ ਮੈਂ ਕਿੱਦਾਂ ਕੰਮ ਕਰਦਾ। ਔਰ ਮੈਂ ਦੋ ਤਿੰਨ ਚਾਰ ਵਾਰੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਉੱਦਾਂ ਨਹੀਂ ਹੈ ਜਿੱਦਾਂ ਤੁਸੀਂ ਸੋਚਦੇ ਹੋ, ਅਸਲ 'ਚ ਗੱਲ ਹੋਰ ਹੈ। ਪਰ ਮੈਨੂੰ ਲੱਗਦਾ ਹੁਣ ਮੈਨੂੰ ਉਹਦੀ ਲੋੜ ਨਹੀਂ ਹੈ ਵੀ ਮੈਂ ਕਲੀਅਰ ਕਰਾਂ ਕਿ ਵੀ ਮੈਂ ਕੀ ਕਰਦਾ। ਪਰ ਇਹ ਹੈ ਕਿ ਮੇਰਾ ਲਿਖਿਆ ਜਾਂ ਉਹ ਹੁੰਦਾ ਉਹ, ਪਰ ਹੁੰਦਾ ਕੀ ਹੈ, ਮੇਰੀ ਪ੍ਰੋਬਲਮ ਕੀ ਹੈ, ਜਿਸ ਤਰ੍ਹਾਂ ਲਾਸਟ ਮੂਮੈਂਟ 'ਤੇ ਵੀ ਫਿਲਮ ਛਡਾਉਣੀ ਪੈਂਦੀ ਬੱਸ ਕਰੋ, ਉਸੇ ਤਰ੍ਹਾਂ ਸ਼ੂਟ 'ਤੇ ਵੀ ਜੋ ਲਿਖਿਆ ਹੋਇਆ ਇਹ ਮੈਂ ਉਹੀ ਸ਼ੂਟ ਨਹੀਂ ਕਰਦਾ। ਮੈਨੂੰ ਹੁੰਦਾ ਕਿ ਯਾਰ ਇਹਦੇ ਵਿੱਚ ਹੋਰ ਬੈਟਰ ਹੋ ਸਕਦਾ। ਸੋ ਸ਼ੂਟਿੰਗ ਵਾਲੇ ਦਿਨ ਮੈਂ ਉਹਦਾ ਬੈਟਰ ਵਰਜਨ ਬਣਾ ਰਿਹਾ ਹੁੰਦਾ, ਪਰ ਉਹ ਗੱਲ ਬਾਰ ਇੱਦਾਂ ਗਈ ਕਿ ਸ਼ੂਟਿੰਗ 'ਤੇ ਲਿਖਦਾ। ਸੋ ਸ਼ੂਟਿੰਗ 'ਤੇ ਲਿਖਣਾ ਤਾਂ ਇੰਪੋਸੀਬਲ ਆ, ਕਿੱਦਾਂ ਲਿਖ ਸਕਦੇ ਹੋ ਕਿੰਨਾ ਕੁਝ ਸਭ ਕੁਝ ਆਇਆ ਹੋਇਆ ਹੈ ਨਾ। ਸੋ ਫਿਲਮ ਵੇਖੋਗੇ ਤਾਂ ਤੁਹਾਨੂੰ ਹਰ ਸੀਨ ਦੀ ਦੁਨੀਆ ਦਾ ਕੋਈ ਉੱਤਰ ਜਾਏਗਾ, ਕੋਈ ਦੱਖਣ ਜਾਏਗਾ, ਕੋਈ ਕਿੱਧਰ ਜਾਏਗਾ, ਪਰ ਫਿਲਮ ਵੇਖਦੇ ਹੋ ਤਾਂ ਇੱਦਾਂ ਨਹੀਂ ਲੱਗਦਾ। ਤਾਂ ਉਹਦਾ ਰੀਜ਼ਨ ਹੁੰਦਾ ਕਿ ਸਿਰਫ ਸ਼ੂਟਿੰਗ ਵਾਲੇ ਦਿਨ ਆਪਾਂ ਇੰਪਰੋਵਾਈਜ਼ ਕਰਦੇ ਹਾਂ ਬੈਟਰਮੈਂਟ ਵਾਸਤੇ। ਮੈਨੂੰ ਮੈਂ ਸ਼ੂਟਿੰਗ ਵਾਲੇ ਦਿਨ ਰੀਲਾਂ ਨਹੀਂ ਬਣਾਉਂਦਾ, ਮੈਂ ਉੱਦਣ ਲੋਕਾਂ ਦੀਆਂ ਵੈਂਟੀਆਂ 'ਚ ਵੜ ਕੇ ਉਹਨਾਂ ਨਾਲ ਉਹ ਨਹੀਂ ਕਰਦਾ। ਮੈਨੂੰ ਉੱਦਣ ਵੀ ਟੈਨਸ਼ਨ ਪੂਰੀ ਹੁੰਦੀ ਹੈ, ਮੇਰੀ ਫਿਲਮ ਬਣ ਕੇ ਆਉਂਦੀ ਹੈ, ਮੈਂ ਟੇਬਲ 'ਤੇ ਐਡਿਟ ਟੇਬਲ 'ਤੇ ਵੀ ਮੈਨੂੰ ਟੈਨਸ਼ਨ ਪੂਰੀ ਹੁੰਦੀ ਹੈ। ਸੋ ਜਿੱਦਣ ਮੈਂ ਆਡੀਅੰਸ 'ਚ ਬਹਿ ਕੇ ਫਿਲਮ ਵੇਖ ਰਿਹਾ ਨਾ ਫਾਈਨਲ ਰਿਲੀਜ਼ ਤੋਂ ਬਾਅਦ, ਉੱਦਣ ਵੀ ਮੈਨੂੰ ਸੇਮ ਟੈਨਸ਼ਨ ਹੋਈ ਹੁੰਦੀ ਹੈ। ਸੋ ਇਹ ਆਪਣਾ ਆਪਣੀ ਉਹ ਕੀ ਕਹਿੰਦੇ ਆ ਰੱਬ ਦੀ ਉਹ ਆ ਵੀ ਕਿੱਦਾਂ ਤਾਂ ਉਹਨੇ ਤੁਹਾਨੂੰ ਅੰਦਰ ਭਰਤਾ ਤੁਹਾਡੇ ਸਿਸਟਮ, ਸੋ ਉਹੀ ਤੁਹਾਨੂੰ ਚਲਾਉਂਦਾ। ਨਹੀਂ ਪਰ ਇਹ ਮੇਰੇ ਬੇਸਿਕਲੀ ਸਵਾਲ ਪੁੱਛਣ ਦਾ ਮਤਲਬ ਸੀ ਕਿ ਸੈਕਿੰਡ ਥਾਟ ਰਹਿੰਦਾ ਹੈ ਹਮੇਸ਼ਾ ਦਿਮਾਗ ਦੇ ਵਿੱਚ ਕਿ ਮੈਨੂੰ ਇਹ ਲੱਗਦਾ ਸਕ੍ਰਿਪਟ ਕਦੇ ਵੀ ਬਾਉਂਡ ਨਹੀਂ ਹੋ ਸਕਦੀ। ਤੁਸੀਂ ਕਦੇ ਨਹੀਂ ਕਹਿ ਸਕਦੇ ਕਿ ਇਸ ਸਿਖਰ ਹੋ ਗਿਆ, ਇਸ ਤੋਂ ਉੱਪਰ ਕੁਛ ਨਹੀਂ। ਹਾਂ, ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਬਸ ਇਸ ਤੋਂ ਅੱਗੇ ਨਹੀਂ ਜਾਣਾ, ਉਹਨੂੰ ਤੁਸੀਂ ਬਾਉਂਡ ਕਹਿ ਸਕਦੇ ਹੋ। ਪਰ ਜੇ ਤੁਸੀਂ ਕਹੋ ਵੀ ਇਹ ਜੋ ਹੋ ਗਿਆ ਇਸ ਤੋਂ ਵਧੀਆ ਨਹੀਂ ਹੋ ਸਕਦਾ, ਇਹ ਨਹੀਂ ਸੱਚ, ਤੁਸੀਂ ਕਰ ਸਕਦੇ ਹੋ। ਜਦੋਂ ਤੁਸੀਂ ਕਹਾਣੀ ਲਿਖ ਰਹੇ ਸੀਗੇ ਜਾਂ ਜਦੋਂ ਅਸੀਂ ਛੋਟੇ ਸੀਗੇ, ਤੁਸੀਂ ਛੋਟੇ ਸੀ ਹੈ ਨਾ, ਗਾਇਕਾਂ ਬਾਰੇ ਕਲਾਕਾਰਾਂ ਬਾਰੇ ਸੁਣਦੇ ਹੁੰਦੇ ਸੀ ਕਿ ਅੱਛਾ ਫਲਾਣੇ ਦਾ ਉੱਥੇ ਖੜਾ ਲੱਗਿਆ, ਬੜੇ ਲੋਕ ਵੇਖਣ ਜਾਂਦੇ। ਇਹ ਜੋ ਓਬਵੀਅਸਲੀ ਜੋ ਤੁਸੀਂ ਗੱਲ ਲਿਖੀ ਹੈ ਕਿ ਜੋੜੀ ਘਰ ਦੇ ਵਿੱਚ ਜਾ ਕੇ ਮੁੜ ਕੇ ਕੀ ਕਰਦੀ ਹੈ ਨਾ, ਬਾਅਦ ਦੀ ਕਹਾਣੀ ਕੀ ਹੁੰਦੀ ਹੈ ਆਫਟਰ ਸਟੇਜ, ਉਹ ਤੁਸੀਂ ਲਿਖੀ ਹੈ। ਉਸ ਵੇਲੇ ਵੀ ਤੁਹਾਡੇ ਦਿਮਾਗ ਦੇ ਵਿੱਚ ਚੀਜ਼ਾਂ ਰਹਿੰਦੀਆਂ ਸੀਗੀਆਂ ਕਿ ਯਾਰ ਮੇਰਾ ਫਲਾਣਾ ਫੇਵਰੇਟ ਐਕਟਰ ਚਾਹੇ ਸਿੰਗਰ ਹੈ, ਉਹ ਕੀ ਕਰਦਾ ਹੋਊਗਾ ਘਰ, ਕਿਵੇਂ ਲੋਕਾਂ ਨੂੰ ਮਿਲਦਾ ਹੋਊਗਾ, ਕਿਵੇਂ ਲੋਕਾਂ ਨਾਲ ਵਰਤਦਾ ਹੋਊਗਾ, ਇਹ ਚੀਜ਼ਾਂ ਕਦੋਂ ਜਦੋਂ ਮੈਂ ਬਣਾ ਰਿਹਾ ਸੀ ਉਦੋਂ ਜਾਂ ਬਚਪਨ ਟੀਨੇਜ ਵਿੱਚ? ਨਹੀਂ, ਬਚਪਨ 'ਚ ਤਾਂ ਹੁੰਦਾ ਹੀ ਹੈ। ਬਚਪਨ 'ਚ ਨਾ ਤੁਸੀਂ ਉਹ ਨਾਈ ਦੀ ਦੁਕਾਨ 'ਤੇ ਮਾਇਆਪੁਰੀ, ਮਾਇਆਪੁਰੀ ਉਹ ਪੜ੍ਹ ਕੇ ਤੁਸੀਂ ਹਮੇਸ਼ਾ ਹੀ ਇਹ ਸੋਚਦੇ ਹੋ ਕਿ ਯਾਰ ਇਹ ਘਰ 'ਚ ਕਿੱਦਾਂ ਹੋਣਗੇ, ਹਨਾ। ਇਹ ਆਪਦੇ ਜਵਾਕ ਵੀ ਇਹਨਾਂ ਨੂੰ ਪਾਪਾ ਹੀ ਕਹਿੰਦੇ ਨਾ ਕਿੱਦਾਂ ਕਿੱਡੇ ਖੁਸ਼ ਨਸੀਬ ਇਹਨਾਂ ਦੇ ਬੱਚੇ ਕਿ ਇਹਨਾਂ ਨੂੰ ਰੋਜ਼ ਮਿਲਦੇ ਆ। ਤਾਂ ਬਹੁਤ ਚੀਜ਼ਾਂ ਹੁੰਦੀਆਂ ਉਦੋਂ, ਤਾਂ ਅਸੀਂ ਸੋਚਦੇ ਹੀ ਹੁੰਦੇ ਵੀ ਯਾਰ ਇਹ ਬੰਦੇ ਘਰ 'ਚ ਕਿੱਦਾਂ ਹੁੰਦੇ ਹੋਣਗੇ, ਕਿੰਨੇ ਖੁਸ਼ ਨਸੀਬ ਨੇ ਇਹਨਾਂ ਦੇ ਆਸੇ। ਉਦੋਂ ਤੁਸੀਂ ਜਵਾਕ ਹੋ ਤਾਂ ਤੁਸੀਂ ਓਬਵੀਅਸਲੀ ਇਹ ਸੋਚੋਗੇ ਕਿ ਯਾਰ ਇਹਨਾਂ ਦੇ ਬੱਚੇ ਕਿੱਡੇ ਖੁਸ਼ ਨਸੀਬ ਹੈ,
ਕਿ ਉਹਨਾਂ ਦਾ ਪਾਪਾ ਧਰਮਿੰਦਰ ਹੈ, ਉਹਨਾਂ ਦਾ ਪਾਪਾ ਗੋਬਿੰਦ ਹੈ। ਤੇ ਅੱਜ ਜਦੋਂ ਖੁਦ ਇਸ ਚਮਕਦੀ ਨਮਕਦੀ ਦੁਨੀਆਂ ਦੇ ਵਿੱਚ ਤੁਸੀਂ ਹੋ, ਤੁਸੀਂ ਇਸ ਦੁਨੀਆਂ ਦਾ ਬਹੁਤ ਅਹਿਮ ਹਿੱਸਾ ਹੋ, ਜਦੋਂ ਹੁਣ ਇਸ ਦੁਨੀਆਂ ਨੂੰ ਦੇਖਦੇ ਹੋ ਕਿਸ ਨਜ਼ਰ ਨਾਲ ਵੇਖਦੇ ਹੋ? ਬਹੁਤ ਨੋਰਮਲ ਨਜ਼ਰ ਨਾਲ ਵੇਖਦਾ ਮੈਂ। ਮੈਨੂੰ ਲੱਗਦਾ ਵੀ ਕੰਮ ਹੈ, ਮੈਂ ਤਾਂ ਕੰਮ ਹੀ ਸਮਝਦਾ, ਮੇਰੇ ਲਈ ਤਾਂ ਬਿਲਕੁਲ ਕੰਮ ਹੈ, ਡਿਊਟੀ ਲੱਗੀ ਹੋਈ ਹੈ, ਲੱਗੀ ਹੋਈ ਹੈ, ਇਹ ਕੰਮ ਹੈ। ਹਾਂ, ਇਹ ਕੰਮ ਉਹ ਹੈ ਜਿਹਦੇ ਵਿੱਚ ਤੁਸੀਂ ਦੂਜਿਆਂ ਨੂੰ ਖੁਸ਼ੀ ਦੇ ਸਕਦੇ ਹੋ। ਕੋਈ ਬੰਦਾ ਸੋਹਣੇ ਕੱਪੜੇ ਸਿਉਂਦਾ, ਉਹ ਤੁਹਾਨੂੰ ਸੋਹਣੇ ਕੱਪੜੇ ਸਿਉਂ ਕੇ ਦਿੰਦਾ, ਤੁਹਾਨੂੰ ਉਹ ਖੁਸ਼ੀ ਦਿੰਦਾ। ਕੋਈ ਸੋਹਣਾ ਖਾਣਾ ਬਣਾਉਂਦਾ, ਉਹ ਖਾਣ ਦੀ ਸੰਤੁਸ਼ਟੀ ਦਿੰਦਾ। ਅਸੀਂ ਸੋਹਣਾ ਮਨੋਰੰਜਨ ਕਰਾਉਂਦੇ ਹਾਂ, ਤੁਹਾਨੂੰ ਸੋਹਣੇ ਮਨੋਰੰਜਨ ਦੀ ਸੰਤੁਸ਼ਟੀ ਦਿੰਦੇ ਹਾਂ। ਇਹ ਸੱਚ ਜ਼ਰੂਰ ਹੈ। ਮੈਂ ਇੱਕ ਗੱਲ ਨੂੰ ਬਹੁਤ ਵਧੀਆ ਮੰਨਦਾ ਇਸ ਪ੍ਰੋਫੈਸ਼ਨ ਨੂੰ, ਕਿ ਜੇ ਤੁਸੀਂ ਜ਼ਿੰਦਗੀ 'ਚੋਂ ਮਨੋਰੰਜਨ ਕੱਢ ਦਿਓ ਤਾਂ ਜ਼ਿੰਦਗੀ ਨੀਰਸ ਆ, ਅਤੇ ਅਸੀਂ ਤੁਹਾਡੀ ਜ਼ਿੰਦਗੀ 'ਚ ਮਨੋਰੰਜਨ ਭਰਦੇ ਹਾਂ। ਸੋ ਇਸ ਪੱਖੋਂ ਮੈਂ ਆਪਣੇ ਕੰਮ ਨੂੰ ਬਹੁਤ ਉੱਚ ਪਾਇਤਾ ਮੰਨਦਾ, ਬਹੁਤ ਵਧੀਆ ਪ੍ਰੋਫੈਸ਼ਨ ਮੰਨਦਾ ਕਿ ਯਾਰ ਇਹ ਤੁਸੀਂ ਸਾਰੀਆਂ ਚੀਜ਼ਾਂ ਬਾਕੀ ਪ੍ਰੋਫੈਸ਼ਨਾਂ 'ਚ ਪਾ ਸਕਦੇ ਹੋ, ਬਟ ਮਨੋਰੰਜਨ ਜਿਹੜਾ ਆ ਉਹ ਇਸ ਕੰਮ ਨਾਲ ਰਿਲੇਟਡ, ਉਹਦੇ 'ਚ ਜਾਂ ਤਾਂ ਮਿਊਜ਼ਿਕ 'ਚ ਹੋਊਗਾ ਜਾਂ ਫਿਲਮ 'ਚ ਹੋਊਗਾ ਜਾਂ ਸਕਿੱਟ 'ਚ ਹੋਊਗਾ। ਹਾਂ ਬਿਲਕੁਲ। ਸੋ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਉਸ ਧੰਦੇ ਨੂੰ ਬਿਲੋਂਗ ਕਰਦੇ ਹਾਂ ਜਿਹਦੇ 'ਚ, ਅੱਛਾ ਜਿਹਦੇ 'ਚ ਅਸੀਂ ਆਪਣੀ ਗੱਲ ਵੀ ਕਹਿ ਸਕਦੇ ਹਾਂ, ਕੋਈ ਸਮਾਜ ਨੂੰ ਕੋਈ ਗੱਲ ਕਹਿਣੀ ਅਸੀਂ ਉਹ ਵੀ ਕਹਿ ਸਕਦੇ ਹਾਂ। ਬਿਲਕੁਲ। ਸੋ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਅਸੀਂ ਬਹੁਤ ਖੁਸ਼ ਨਸੀਬ ਹਾਂ। ਔਰ ਮੈਂ ਇਹ ਵੀ ਕਹਿੰਦਾ ਕਿ ਦੁਨੀਆ ਥੋੜ੍ਹਾ ਜਿਹਾ ਕਈ ਵਾਰੀ ਇਸ ਧੰਦੇ ਵਾਲੇ ਲੋਕਾਂ ਨੂੰ ਜਾਂ ਇਸ ਪ੍ਰੋਫੈਸ਼ਨ ਵਾਲੇ ਲੋਕਾਂ ਨੂੰ ਥੋੜ੍ਹਾ ਜਿਹਾ ਹੋਰ ਤਰ੍ਹਾਂ ਉਹ ਕਰਦੇ ਨੇ ਕਿ ਹਰ 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 ਦੁਨੀਆ 'ਤੇ ਜੋ ਵੀ ਗਲਤ ਹੋ ਰਿਹਾ ਉਹਦੀ ਜ਼ਿੰਮੇਦਾਰੀ ਜਿਹੜੀ ਹੈ ਉਹ ਸਾਡੇ 'ਤੇ ਪਾ ਦਿੱਤੀ ਜਾਂਦੀ ਹੈ। ਇੱਦਾਂ ਨਹੀਂ ਹੈ, ਅਸੀਂ ਬੈਟਰ ਜ਼ਿਆਦਾ ਕਰਦੇ ਹਾਂ। ਅਸੀਂ ਆਪਣੀ ਬੋਲੀ ਲਈ, ਅੱਜ ਸਾਡੀ ਬੋਲੀ, ਅੱਜ ਦਲਜੀਤ ਭਾਅ ਜੀ ਕੋਚੇਲਾ ਦੇ ਵਿੱਚ ਗਏ ਆ, ਤਾਂ ਦੁਨੀਆ ਨੇ ਪੰਜਾਬੀ ਸੁਣੀ ਆ। ਬਿਲਕੁਲ। ਹੈ ਨਾ, ਅੱਜ ਸਾਡੀ ਫਿਲਮ ਆ, ਇਹਦੀ ਬਿਲਬੋਰਡ 'ਤੇ ਗੱਲ ਹੋ ਰਹੀ ਆ, ਇਹਦੀ ਡੈਡਲਾਈਨ 'ਤੇ ਗੱਲ ਹੋ ਰਹੀ ਆ, ਔਰ ਇੱਕ ਦੀ ਗੱਲ ਕਿਤੇ ਹੋਰ ਵੱਡੀ ਹੋਣੀ ਆ, ਤਾਂ ਇਹ ਫਿਲਮ ਸਾਡੀ ਬੋਲੀ ਲਈ, ਅਸੀਂ ਬੋਲੀ ਦਾ ਦਿੱਤਾ ਖਾਂਦੇ ਹਾਂ, ਪਰ ਬੋਲੀ ਦਾ ਦਿੱਤਾ ਖਾਂਦੇ ਹਾਂ ਤਾਂ ਬੋਲੀ ਲਈ ਸਾਡੇ ਆਪਣੇ ਫਰਜ਼ ਵੀ ਨਿਭਾ ਰਹੇ ਹਾਂ, ਤਾਂ ਬੜਾ ਖੂਬਸੂਰਤ ਕੰਮ ਹੈ। ਹਾਂ, ਬੜੀ ਸੋਹਣੀ ਡਿਊਟੀ ਲੱਗੀ ਹੋਈ, ਬੜੀ ਸੋਹਣੀ ਡਿਊਟੀ। ਆਖਿਰ ਦੇ ਵਿੱਚ ਮੈਂ ਤਾਂ ਅਜੇ ਬਹੁਤ ਸਾਰੀ ਗੱਲਾਂ ਕਰਨਾ ਚਾਹੁੰਦੀ ਹਾਂ, ਪਰ ਸਮੇਂ ਹਜੇ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਬਹੁਤ ਲੰਬੀ ਇੰਟਰਵਿਊ ਜਿਹੜੀ ਹੈ ਨਾ ਹੋਰ ਚੱਲ ਜਾਣੀ ਆ। ਪਰ ਆਖਿਰ ਦੇ ਵਿੱਚ ਇਹ ਗੱਲ ਪੁੱਛਣਾ ਚਾਹੂੰਗੀ, ਕਿਉਂਕਿ ਤੁਸੀਂ ਕਿਹਾ ਕਿ ਮੈਂ ਆਪਣਾ ਕ੍ਰਿਟਿਕ, ਮੈਂ ਤੁਹਾਨੂੰ ਕ੍ਰਿਟਿਕ ਵਾਲਾ ਸਵਾਲ ਪੁੱਛਿਆ ਕਿ ਮੇਰੇ ਤੋਂ ਵੱਡਾ ਆਪਣਾ ਕ੍ਰਿਟਿਕ ਕੋਈ ਨਹੀਂ ਹੈ, ਬਟ ਕਿਹੜਾ ਉਹ ਇਨਸਾਨ ਹੈ ਜਦੋਂ ਵੀ ਤੁਹਾਡੀ ਕੋਈ ਵੀ ਫਿਲਮ ਰਿਲੀਜ਼ ਹੁੰਦੀ ਹੈ, ਕੋਈ ਵੀ ਪ੍ਰੋਜੈਕਟ ਰਿਲੀਜ਼ ਹੁੰਦਾ ਹੈ, ਕਿ ਉਹਦੀ ਫੀਡਬੈਕ ਆਉਣੀ ਤੁਹਾਡੇ ਕੋਲ ਸਭ ਤੋਂ ਪਹਿਲੇ? ਵਾਈਫ, ਬਹੁਤ ਅੱਛੀ ਫੀਡਬੈਕ ਹੈ, ਮੈਂ ਮੰਨਦਾ ਮੇਰੇ ਨਾਲੋਂ ਕੁਛ ਮਾਮਲਿਆਂ 'ਚ ਬਹੁਤ ਅੱਛੇ ਆ। ਅੱਛਾ। ਮੈਂ ਬਹੁਤ ਕਨਫਿਊਜ਼ਡ ਬੰਦਾ, ਮੈਂ ਡਿਸੀਜਨ ਨਹੀਂ ਲੈ ਪਾਉਂਦਾ, ਠੀਕ ਹੈ ਗਲਤ ਹੈ, ਇਹ ਰੱਖਾਂ ਨਹੀਂ ਰੱਖਾਂ, ਮਤਲਬ 50 ਜਾਂ 60 ਵਾਲੀ ਮਸ਼ੀਨ ਫਿਲਮ 'ਚ ਪਾ ਕੇ ਕੱਢ ਲੈਣਾ, ਬਟ ਉਹ ਇੰਨੀ ਜ਼ਿਆਦਾ ਕਲੀਅਰ ਆ ਵੀ ਉਹਨਾਂ ਨੇ ਕਹਿ ਦੇਣਾ ਯਾਰ ਨਹੀਂ ਠੀਕ, ਤਾਂ ਮੈਨੂੰ ਲੱਗਦਾ ਡਨ ਨਹੀਂ ਪਾਉਂਦਾ। ਸੋ ਬਹੁਤ ਉਸ ਗੱਲੋਂ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਘਰ ਦੇ ਵਿੱਚ ਇੰਨਾ ਵਧੀਆ ਕ੍ਰਿਟਿਕ ਆ, ਬਹੁਤ ਮਤਲਬ ਸੀਰੀਅਸਲੀ ਵੈਰੀ ਗੁੱਡ ਡਿਸੀਜਨ ਮੇਕਰ ਸ਼ੀ ਇਜ਼। ਤੇ ਜੋੜੀ ਤਾਂ ਹੈ ਹੀ ਫਿਲਮ ਮਿਊਜ਼ਿਕ ਦੀ ਹੈ ਨਾ, ਉਹਨਾਂ ਨੇ ਐਮਏ ਮਿਊਜ਼ਿਕ ਕੀਤੀ ਹੋਈ ਹੈ, ਸੋ ਉਹ ਫਿਰ ਗਾਣੇ ਵਗੈਰਾ ਹਰ ਚੀਜ਼ ਉਹਨਾਂ ਨੂੰ। ਅੱਜ ਅਮਰਿੰਦਰ ਭਾਈ ਦਾ ਇੱਕ ਗਾਣਾ ਹੈ ਫਿਲਮ 'ਚ, ਇਹ ਬੜੀ ਮੈਂ ਗੱਲ ਕਰਨ ਲੱਗਾ ਜੀ, ਜੇ ਕਿਸ ਪਹਿਲਾਂ ਕਿਸੇ ਹੋਰ ਕਲਾਕਾਰ ਨੇ ਗਾਇਆ ਸੀਗਾ, ਉਹਨਾਂ ਨੇ ਬਹੁਤ ਕਮਾਲ ਗਾਇਆ ਸੀ, ਉਹ ਬਹੁਤ ਹੀ ਕਮਾਲ ਗਾਇਆ ਸੀ, ਬਟ ਮੈਂ ਘਰੇ ਸੁਣਿਆ, ਉਹਨਾਂ ਨੇ ਸੁਣਿਆ, ਕਹਿੰਦੇ ਵੀ ਨਹੀਂ ਇਹ ਤੁਹਾਡੇ ਗਾਣੇ ਵਰਗਾ ਰੰਗ ਨਹੀਂ ਆ ਰਿਹਾ। ਅੱਛਾ। ਟੈਨਸ਼ਨ 'ਚ ਫਿਰ ਮੈਂ ਮਿਊਜ਼ਿਕ ਡਾਇਰੈਕਟਰ ਨਾਲ ਗੱਲ ਕੀਤੀ, ਮੈਂ ਭਾਅ ਜੀ ਮੈਨੂੰ ਵੀ ਲੱਗ ਰਿਹਾ ਸੀ, ਸੋ ਉਹਨਾਂ ਨੇ ਸੈਕਿੰਡ ਕਰਤੀ ਗੱਲ, ਤਾਂ ਫਾਈਨਲੀ ਉਹ ਗਾਣਾ ਅਮਰਿੰਦਰ ਭਾਅ ਜੀ ਕੋਲ ਭੇਜਿਆ ਗਿਆ ਕਿ ਭਾਅ ਜੀ ਤੁਸੀਂ ਗਾ ਕੇ ਵੇਖੋ। ਸੋ ਭਾਅ ਜੀ ਕਹਿੰਦੇ ਮੈਂ ਗਾ ਕੇ ਵੇਖ ਲੈਣਾ ਪਰ ਪਤਾ ਨਹੀਂ। ਸੋ ਜਦੋਂ ਉਹ ਇਹ ਡਿਸੀਜਨ ਕਿ ਫਿਲਮ 'ਚ ਅਮਰਿੰਦਰ ਭਾਅ ਜੀ ਦਾ ਗਾਣਾ ਆਊਗਾ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਡਿਸੀਜਨ ਹੈ ਇੱਕ ਤਰੀਕੇ ਨਾਲ, ਕਿਉਂ ਜਦੋਂ ਉਹ ਸੁਣਿਆ ਕਹਿੰਦੇ ਹਾਂ ਆਹ ਬਣੀ ਗੱਲ, ਸੋ ਆਹ ਬਣੀ ਗੱਲ, ਸੋ ਇੱਦਾਂ ਇੱਦਾਂ ਡਿਸੀਜਨ ਹੋ ਜਾਂਦੇ ਆ। ਮੈਨੂੰ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਕਿੰਨੀ ਵਧੀਆ ਹੈ ਨਾ। ਸੋ ਇਸ ਫਿਲਮ ਨੂੰ ਲੈ ਕੇ ਜਿਵੇਂ ਬਹੁਤ ਅੱਛੇ ਸ਼ਬਦ ਸਨ, ਤਾਂ ਅੱਜ ਉਹ ਪਾ ਵੀ ਰਹੇ ਨੇ ਆਪਣੇ ਫੇਸਬੁੱਕ ਤੇ, ਜਿੰਨਾ ਕਿ ਉਹਨਾਂ ਦਾ ਸ਼ੌਂਕ ਹੈ, ਤਾਂ ਉਹ ਵਧੀਆ ਕਰ ਰਹੇ ਨੇ। ਔਰ ਇਹ ਔਰ ਇੱਕ ਬੱਚੇ ਲਈ ਇਸ ਤੋਂ ਵਧੀਆ ਖੁਸ਼ੀ ਕੀ ਗੱਲ ਉਸਦੇ, ਕਿ ਅੱਜ ਮੇਰੇ ਪੇਰੈਂਟਸ ਜਿਹੜੇ ਆ ਉਹ ਖੁਸ਼ ਨੇ। ਮੇਰੇ ਮਾਤਾ ਉਹ ਬੜੀ ਫਿਕਰ ਕਰ ਰਹੇ ਸਨ ਜਦੋਂ ਬੈਨ ਹੋਈ ਆ। ਅੱਛਾ। ਉਹ ਰਾਤ ਨੂੰ 12-1 ਵਜੇ ਫੋਨ ਕਰ ਲੈਂਦੇ ਸਨ ਕੀ ਬਣਿਆ।
ਸੋ ਉਹ ਵੀ ਬੜੇ ਇਸ ਔਰ ਕਿਉਂਕਿ ਸਾਡੇ ਘਰ ਦਾ ਮਾਹੌਲ ਹੀ ਖਬਰਾਂ ਵਾਲਾ ਹੈ ਬਿਲਕੁਲ ਬਿਲਕੁਲ ਡੈਡੀ ਰਿਪੋਰਟਰ ਸਨ ਤਾਂ ਅੱਜ ਮਤਲਬ ਮੇਰੇ ਮੰਮੀ ਜੇ ਸਿਸਟਰ ਕੋਲ ਗਏ ਹੋਏ ਆ ਅਬੋਰ ਅਤੇ ਕਰਕੜੇ ਪਿੰਡ 'ਚ ਗਏ ਆ ਅਤੇ ਉੱਥੇ ਜੇ ਉਹ ਕੇਬਲ ਕੂਬਲ ਖਰਾਬ ਹੈ ਕੁਛ ਕਿਸੇ ਤਰੀਕੇ ਨਾਲ ਨਿਊਜ਼ ਨਹੀਂ ਆ ਰਹੀ ਤਾਂ ਉਹ ਟੈਨਸ਼ਨ 'ਚ ਹੋ ਜਾਂਦੇ ਵੀ ਇੱਥੇ ਨਿਊਜ਼ ਨਹੀਂ ਆ ਰਹੀ ਪਤਾ ਨਹੀਂ ਚੱਲਣਾ ਕੀ ਹੋ ਰਿਹਾ ਹਲੇ ਤਾਂ ਸਾਡੇ ਘਰ ਦਾ ਮਾਹੌਲ ਹੀ ਉਦਾਂ ਦਾ ਕਿ ਉਧਰੋਂ ਬੀਵੀ ਉਦਾਂ ਦੀ ਅੱਗੋਂ ਜਵਾਕ ਉਦਾਂ ਦੇ ਸਾਡਾ ਸਾਰਾ ਲਾੜਾ ਹੀ ਬੱਚੇ ਨੂੰ ਫਿਲਮ ਉਹਨਾਂ ਨੇ ਦੇਖੀ ਪਸੰਦ ਆਈ ਉਹਨਾਂ ਦੇ ਕੀ ਬੱਚੇ ਤਾਂ ਬੜੀ ਇਨੋਸੈਂਸ ਨਾਲ ਦੇਖਦੇ ਆ ਬੱਚਾ ਜਿਹੜਾ ਵੱਡਾ ਹੈ ਉਹਨੂੰ ਵੱਡਾ ਆ ਉਹਦੇ ਆਪਣੇ ਕੁਛ ਮੇਰੇ ਤੋਂ ਲੈ ਕੇ ਉਮੀਦਾਂ ਜ਼ਿਆਦਾ ਨੇ ਅੱਛਾ ਸੋ ਉਹ ਕੁਛ ਹੋਰ ਕਹਿ ਰਿਹਾ ਹੁਣ ਜ਼ਿੰਦਗੀ 'ਚ ਕਿ ਪਾਪਾ ਆਹ ਕਰੋ ਵਾਹ ਇਹ ਵੀ ਕੋਈ ਕੋਈ ਮੋਟੀਵੇਟ ਕਰਦਾ ਹੈ ਨਾ ਤੁਹਾਨੂੰ ਇੱਕ ਰਾਹ ਜਿਹੜਾ ਨਵਾਂ ਕੋਈ ਕਹਿੰਦੇ ਕਿ ਆ ਵੀ ਚੂਜ਼ ਕਰੋ ਬਾਬਾ ਹੁਣ ਆ ਕੀਤਾ ਜਾਵੇ ਸੋ ਉਹਨਾਂ ਦੀ ਜ਼ਿਆਦਾ ਉਮੀਦਾਂ ਨੇ ਅਤੇ ਮੇਰੀ ਉਹਨਾਂ ਤੋਂ ਨੇ ਸੋ ਸਾਰਾ ਸਾਰਾ ਟੱਬਰੀ ਕਲਾਕਾਰ ਦੇ ਸਾਰੇ ਔਰ ਵਧੀਆ ਹੈ ਕਿ ਹੈ ਨਾ ਇੱਦਾਂ ਹੀ ਮੈਨੂੰ ਲੱਗਦਾ ਕਿ ਅਗਰ ਤੁਹਾਡੀ ਡੈਡੀਕੇਸ਼ਨ ਪਿੱਛੇ ਨਾ ਕਿਤੇ ਨਾ ਕਿਤੇ ਤੁਹਾਡੇ ਪਰਿਵਾਰ ਦਾ ਹੱਥ ਵੀ ਹੈ ਹਾਂਜੀ ਕਿਉਂਕਿ ਉਹਨਾਂ ਦੀ ਉਮੀਦਾਂ ਤੁਹਾਡੇ ਤੋਂ ਬਹੁਤ ਜ਼ਿਆਦਾ ਨੇ ਹੈ ਨਾ ਲੋਕਾਂ ਦੀ ਤਾਂ ਹੈ ਦਰਸ਼ਕਾਂ ਦੀ ਤਾਂ ਹੈ ਬਟ ਉਹਨਾਂ ਦੀ ਵੀ ਬਹੁਤ ਜ਼ਿਆਦਾ ਨੇ ਸੋ ਅਸੀਂ ਤਾਂ ਇਹੀ ਕਹਾਂਗੇ ਇਸੇ ਤਰੀਕੇ ਨਾਲ ਤੁਹਾਨੂੰ ਤੁਹਾਡੇ ਘਰ ਦੇ ਬੂਸਟ ਕਰਦੇ ਰਹਿਣ ਤੁਸੀਂ ਐਵੇਂ ਹੀ ਇਸ ਤੋਂ ਵੀ ਵੱਧ ਡੈਡੀਕੇਟਡ ਆਪਣੇ ਕੰਮ ਨੂੰ ਲੈ ਕੇ ਹੋਵੋ ਹਮੇਸ਼ਾ ਤੁਸੀਂ ਬਹੁਤ ਵਧੀਆ ਸਿਨੇਮਾ ਸਾਡੇ ਪੰਜਾਬ ਨੂੰ ਦਿੱਤਾ ਹੈ ਆਪਣੀ ਐਕਟਿੰਗ ਇੰਨੀ ਵਧੀਆ ਕਰਕੇ ਦਿਖਾਈ ਕਿ ਲੋਕ ਹਮੇਸ਼ਾ ਐਂਟਰਟੇਨ ਹੁੰਦੇ ਆ ਹੈ ਨਾ ਸੋ ਇਸੇ ਤਰੀਕੇ ਨਾਲ ਵਧੀਆ ਵਧੀਆ ਤੁਹਾਡੇ ਕਲਮ 'ਚੋਂ ਲਿਖੀਆਂ ਜਿਹੜੀ ਕਹਾਣੀ ਆ ਉਹ ਵੀ ਆਉਣ ਦਰਸ਼ਕਾਂ ਤੱਕ ਡਾਇਰੈਕਟ ਕੀਤੀਆਂ ਕਹਾਣੀਆਂ ਤੁਹਾਡੇ ਵੱਲੋਂ ਐਕਟ ਕੀਤੀਆਂ ਕਹਾਣੀਆਂ ਇਹੀ ਚਾਹੁੰਦੇ ਹਾਂ ਕਿ ਜੋੜੀ ਵਰਗੀ ਫਿਲਮ ਜਿਹੜੀ ਹੈ ਜੋੜੀ ਤਾਂ ਬਣ ਗਈ ਹੈ ਨਾ ਹੁਣ ਅੱਗੇ ਅਸੀਂ ਇਹ ਦੇਖਣਾ ਚਾਹੁੰਦੇ ਕਿ ਅੱਗੇ ਹੋਰ ਕੀ ਵੱਖਰਾ ਆਊਗਾ ਕਿਉਂਕਿ ਲੋਕ ਇਹ ਹੁੰਦਾ ਹੈ ਕਿ ਚਲੋ ਇਹ ਫਿਲਮ ਅਜੇ ਛੇ ਮਹੀਨੇ ਸਾਲ ਜਾਂ ਪੂਰੀ ਉਮਰ ਗੱਲ ਤਾਂ ਕਰਦੇ ਰਹਿਣਗੇ ਪਰ ਜਦੋਂ ਨਵੀਂ ਚੀਜ਼ ਵੀ ਤੁਸੀਂ ਲੈ ਕੇ ਆਓਗੇ ਉਹਦੇ ਬਾਰੇ ਜ਼ਿਕਰ ਵੀ ਜ਼ਰੂਰ ਕਰਨਗੇ ਅਸੀਂ ਇਹੀ ਚਾਹੁੰਦੇ ਹਾਂ ਕਿ ਉਹ ਚੀਜ਼ ਵੀ ਆਵੇਗੀ ਹਰ ਪਾਸੇ ਤੁਹਾਨੂੰ ਲੋਕ ਪੁੱਛਣ ਕਿ ਭਾਅ ਜੀ ਜੋੜੀ ਵਰਗੀ ਫਿਲਮ ਜਿਹੜੀ ਤੁਸੀਂ ਬਣਾਈ ਜੋੜੀ ਨੂੰ ਲੈ ਕੇ ਤੁਸੀਂ ਬਲੌਗ ਕੀਤੇ ਕਈ ਲੋਕ ਹੈ ਨਾ ਹੁਣ ਜਦੋਂ ਤੁਹਾਡਾ ਨੈਕਸਟ ਪ੍ਰੋਜੈਕਟ ਆਵੇ ਤਾਂ ਤੁਸੀਂ ਲੋਕ ਤੁਹਾਨੂੰ ਇੰਨਾ ਕੁ ਤੰਗ ਕਰਨ ਭਾਅ ਜੀ ਉਹ ਕਦੋਂ ਆਊਗਾ ਉਹ ਕਦੋਂ ਆਊਗਾ ਬਲੌਗ ਨਾ ਕਰਿਓ ਪਰ ਇਹ ਹੈ ਕਿ ਜ਼ਰੂਰ ਇੱਕ ਤੁਹਾਡੇ 'ਚ ਵੀ ਬੜਾ ਉਤਸ਼ਾਹ ਆ ਜਾਂਦਾ ਹੋਊਗਾ ਕਿ ਲੋਕ ਪੁੱਛ ਰਹੇ ਆ ਅਤੇ ਵੱਡੀ ਗੱਲ ਹੈ ਨਾ ਨਹੀਂ ਉਹ ਤਾਂ ਜੀ ਗਲਤੀ ਹੋ ਗਈ ਹੁਣ ਮੈਂ ਬੜਾ ਟਰਾਈ ਕਰਦਾ ਕਿ ਉਹ ਹੋ ਜਾਵੇ ਉਹ ਮੈਨੂੰ ਸਮਝ ਨਹੀਂ ਆਉਂਦਾ ਕਿੱਦਾਂ ਹੁੰਦਾ ਔਨ ਬਲੌਗ ਹੈ ਨਾ ਬਹੁਤ ਬਹੁਤ ਦੋ ਤਿੰਨ ਬੰਦੇ ਸੀਗੇ ਉਹ ਵੀ ਉਹਨਾਂ ਦੇ ਉਹ ਆਪਣੇ ਚਾਅ ਸੀਗੇ ਉਹਨਾਂ ਦੇ ਮੈਨੂੰ ਆਪਣਾ ਸੀ ਯਾਰ ਮੇਰੇ ਮੇਰੀ ਇਮਾਨਦਾਰੀ 'ਤੇ ਸ਼ੱਕ ਨਾ ਕਰੋ ਖੈਰ ਫੈਮਿਲੀ ਸਾਰੀ ਸਪੋਰਟ ਕਰਦੀ ਹੈ ਜੀ ਇਸੇ ਲਈ ਕਿਉਂਕਿ ਜੋ ਜਿਸ ਤਰ੍ਹਾਂ ਦੇ ਹਾਲਾਤਾਂ 'ਚੋਂ ਨਿਕਲੇ ਆ ਜੇ ਪਰਿਵਾਰ ਨੇ ਸਪੋਰਟ ਨਾ ਕੀਤਾ ਹੁੰਦਾ ਉਹ ਕਹਿੰਦੇ ਵੀ ਚੱਲ ਤੂੰ ਇੱਧਰ ਲੱਗ ਉੱਧਰ ਲੱਗ ਤਾਂ ਨਹੀਂ ਕੁਛ ਹੋਣਾ ਸੀਗਾ ਉਹ ਅੱਜ ਵੀ ਸਪੋਰਟ ਕਰਦੇ ਨੇ ਉਹ ਮੈਂ ਤਾਂ ਇੱਕ ਤਰ੍ਹਾਂ ਦਾ ਉਹਨਾਂ 'ਤੇ ਬੋਝ ਹਾਂ ਕਿ ਮੈਂ ਬੈਂਕ ਦਾ ਕੋਈ ਕੰਮ ਨਹੀਂ ਕਰਦਾ ਮੈਂ ਬਿਜਲੀ ਦੇ ਬਿੱਲਾਂ ਦਾ ਕਿਸੇ ਚੀਜ਼ ਦਾ ਕੋਈ ਕੰਮ ਨਹੀਂ ਕਰਦਾ ਮੈਂ ਸਿਰਫ ਆਪਣਾ ਕੰਮ ਕਰਦਾ ਬਾਕੀ ਸਾਰੇ ਕੰਮ ਉਹ ਪਰਿਵਾਰ ਵਹਿੰਦਾ ਸੋ ਉਸ ਪੱਖੋਂ ਹੈ ਦੂਜੇ ਪੱਖੋਂ ਜਿਹੜੀ ਫਿਲਮ ਹੈ ਇਹ ਵੀ ਮੈਂ ਇਕੱਲਾ ਨਹੀਂ ਬਣਾ ਸਕਦਾ ਸੀ ਇਹ ਵੀ ਸਾਰੀ ਟੀਮ ਦਾ ਸਹਿਯੋਗ ਹੈ ਉਹਦੇ ਵਿੱਚ ਦਲਜੀਤ ਭਾਅ ਜੀ ਡੈਫੀਨੇਟਲੀ ਕਿਉਂਕਿ ਭਾਅ ਜੀ ਨੇ ਨਾ ਸਿਰਫ ਐਕਟ ਕੀਤਾ ਇੰਨੇ ਸੋਹਣੇ ਗਾਣੇ ਗਾਏ ਆ ਟਰੂ ਸਕੂਲ ਭਾਅ ਜੀ ਨਾਲ ਮਿਲ ਕੇ ਟਰੂ ਸਕੂਲ ਭਾਅ ਜੀ ਦਾ ਬੜਾ ਯੋਗਦਾਨ ਹੈ ਮੈਂ ਬੜਾ ਖੁਸ਼ ਨਸੀਬ ਹਾਂ ਕਿ ਮੈਂ ਇੱਕ ਅੱਜ ਗਾਣੇ ਦੇ ਕੇ ਉਹੋ ਜਿਹੇ ਗਾਣੇ ਦਾ ਹਿੱਸਾ ਬਣਿਆ ਜਿਹੜੇ ਅੱਜ ਇੱਕ ਨਵੇਂ ਗਾਣੇ ਆ ਲੌਂਗ ਲਾਚ ਹੀ ਗਾਣਾ ਤਾਂ ਸੀਗਾ ਅਤੇ ਅੱਜ ਫਿਰ ਇੱਕ ਨਵੇਂ ਤਰੀਕੇ ਦੇ ਗਾਣੇ ਦੇ ਰਿਹਾ ਸੋ ਮੈਂ ਕਈ ਪੱਖੋਂ ਬੜਾ ਕਿਸਮਤ ਵਾਲਾ ਮੰਨਦਾ ਆਪਦੇ ਆਪ ਨੂੰ ਤਾਂ ਉਹ ਟੀਮ ਜੁੜੀ ਆ ਨਿਮਰਤ ਨੇ ਬੜਾ ਸੋਹਣਾ ਕੰਮ ਕੀਤਾ ਆ ਸੋ ਸਾਡੇ ਥਿੰਦ ਭਾਅ ਜੀ ਹੋਣੀ ਪ੍ਰੋਡਿਊਸਰ ਆ ਕਾਰਜ ਭਾਅ ਜੀ ਹੋਣੀ ਇਹਨਾਂ ਨੇ ਬੜਾ ਵਿਚਾਰਿਆਂ ਨੇ ਹਰ ਪੱਖੋਂ ਫਿਲਮ ਦੇ ਨਾਲ ਜੁੜੇ ਆ ਹਰ ਪੱਖ ਖੜੇ ਆ ਅਮਰਿੰਦਰ ਭਾਅ ਜੀ ਲਾਸਟ ਮੂਮੈਂਟ 'ਤੇ ਉਹਨਾਂ ਨੇ ਗਾਣਾ ਗਾਇਆ ਸੋ ਸਾਰੀ ਟੀਮ ਦਾ ਹੀ ਸਾਡੇ ਆਰਟ ਡਾਇਰੈਕਟਰ ਦਾ ਰਾਸ਼ਿਦ ਭਾਅ ਜੀ ਕੋਸਟਿਊਮ ਸ਼ਬਾਨਾ ਜੀ ਬਿਲਕੁਲ ਔਰ ਕੈਮਰਾਮੈਨ ਸੰਦੀਪ ਜੀ ਬੈਕਗਰਾਊਂਡ ਮੈਂ ਇਸ ਵਾਰ ਮੈਨੂੰ ਇੱਦਾਂ ਲੱਗਦਾ ਕਿ 10 ਸਾਲਾਂ ਦੇ ਵਿੱਚ ਪਹਿਲੀ ਵਾਰ ਮੇਰੀ ਫਿਲਮ ਦਾ ਉਸ ਲੈਵਲ ਦਾ ਬੈਕਗਰਾਊਂਡ ਹੋਇਆ ਜੋ ਮੈਂ ਚਾਹੁੰਦਾ ਸੀ ਜੋ ਬੈਕਗਰਾਊਂਡ ਸਕੋਰ ਜਿਹੜਾ ਕਿਹਾ ਉਹ ਰਾਜੂ ਭਾਅ ਜੀ ਨੇ ਕੀਤਾ ਹੈ ਔਰ ਮੈਂ ਪਹਿਲੀ ਵਾਰੀ ਉਹਨਾਂ ਨੇ ਕੰਮ ਕੀਤਾ ਮੈਨੂੰ ਲੱਗਦਾ ਹੈ ਕਿ ਉਹ ਜਿੱਥੇ ਮਰਜ਼ੀ ਹੁਣ ਜੇ ਮਰਜ਼ੀ ਹੁਣ ਮੈਂ ਅਗਲੀ ਅੱਗੇ ਉਹਨਾਂ ਤੋਂ ਬਿਨਾਂ ਬੈਕਗਰਾਊਂਡ ਨਹੀਂ ਕਰਵਾਉਣਾ ਸੋ ਸਾਰੀ ਟੀਮ ਨੇ ਬਹੁਤ ਬਹੁਤ ਸੋਹਣਾ ਕਿਸਦੇ ਨਾਮ ਰਹਿ ਗਿਆ ਹੋਵੇ ਮੈਨੂੰ ਮਾਫ਼ ਕਰਨਾ ਰਹਿ ਗਿਆ ਹੁਣ ਬਹੁਤ ਜ਼ਰੂਰੀ ਨਾਮ ਰਹਿ ਜਾਂਦਾ ਕਈ ਵਾਰੀ ਗੁਰਪ੍ਰੀਤ ਪਲੇੜੀ ਸਾਹਿਬ ਜਿਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕਰਾਇਆ ਬੇਸਿਕਲੀ ਸਾਰਾ ਜਰਨੈਲ ਭਾਅ ਜੀ ਹੈ ਨਾ ਸੋ ਬੜੇ ਲੋਕ ਨੇ ਬਹੁਤ ਲੋਕ ਤੁਹਾਡੇ 'ਤੇ ਇਤਬਾਰ ਕਰਦੇ ਨੇ ਔਰ ਤੁਸੀਂ ਉਹਨਾਂ 'ਤੇ ਕਰਦੇ ਹੋ ਹੈ ਨਾ ਔਰ ਇਹ ਟੀਮ ਵਰਕ ਹੁੰਦਾ ਔਰ ਜਿੱਦਾਂ ਜੋੜੀ ਦੀ ਗੱਲ ਸਿਰਫ ਇੱਕ ਹਸਬੈਂਡ ਵਾਈਫ ਦੀ ਕਹਾਣੀ ਨਹੀਂ ਹੈ ਮੈਂ ਜੋ ਫੀਲ ਕੀਤਾ ਇੱਕ ਗੁਰੂ ਔਰ ਉਹਦੇ ਸ਼ਗਿਰਦ ਦੀ ਵੀ ਕਹਾਣੀ ਹੈ ਇੱਕ ਭੈਣ ਉਹਦੇ ਭਰਾ ਦੀ ਹੈ ਨਾ ਪਿਓ ਪੁੱਤ ਦੀ ਹਰ ਕਿਸੇ ਦੀ ਦੋਸਤ ਦੀ ਕਹਾਣੀ ਹੈ ਇੱਕ ਦੋ ਕੰਪੀਟੀਟਰਸ ਕਿਵੇਂ ਦੇ ਆ ਉਹਨਾਂ ਦੀ ਕਹਾਣੀ ਹੈ ਸੋ ਇਹ ਹਰ ਇੱਕ ਜਿਹੜੇ ਇਮੋਸ਼ਨਸ ਹੈ ਉਹ ਬੋਲਦੀ ਹੈ ਵੱਖਰੀਆਂ ਵੱਖਰੀਆਂ ਕਹਾਣੀਆਂ ਇੱਕ ਕਹਾਣੀ ਦੇ ਵਿੱਚ ਔਰ ਅਸੀਂ ਬਹੁਤ ਇੰਜੋਏ ਕੀਤਾ ਇਸ ਫਿਲਮ ਨੂੰ
ਦਿਲ ਤਾਂ ਇਹ ਕਰਦਾ ਕਿ ਹਨੇ ਦੋ ਵਾਰ ਦੇਖੀ ਹੈ, ਦੋ ਦਿਨ ਬਾਅਦ ਹੋਰ ਦੇਖੀ ਹੈ। ਮੈਂ ਕਹਿਣ ਲੱਗਾ ਸੀ ਕਿ ਤੁਸੀਂ ਇੱਕ ਵਾਰ ਵੇਖੀ ਆ, ਤੁਸੀਂ ਦੁਬਾਰਾ ਦੇਖੋ ਮੇਰੇ ਕਹਿਣ ਤੇ, ਤੁਸੀਂ ਕੁਛ ਨਵੀਆਂ ਚੀਜ਼ਾਂ ਲੱਭੋਗੇ, ਤੁਹਾਨੂੰ ਲੱਗੂਗਾ ਕਿ ਯਾਰ ਆਹ ਹੁਣ ਪਤਾ ਲੱਗਿਆ। ਜਿਸ ਤਰ੍ਹਾਂ ਤੁਸੀਂ ਹੁਣ ਕਿੰਨੇ ਗੱਲਾਂ ਕੀਤੀ ਵੀ ਇਹਨਾਂ ਇਹਨਾਂ ਦੀ ਕਹਾਣੀ ਹੈ, ਤੁਸੀਂ ਯਾਰ ਦੁਬਾਰੇ ਵੇਖੋਗੇ ਨਾ ਤਾਂ ਕੁਛ ਹੋਰ ਚੀਜ਼ਾਂ ਵੀ ਨਿਕਲਣਗੀਆਂ। ਬਿਲਕੁਲ ਬਿਲਕੁਲ। ਔਰ ਮੈਨੂੰ ਇਹੀ ਲੱਗਦਾ ਹੈ ਜੇ ਤੁਸੀਂ ਬਿਲਕੁਲ ਸਹੀ ਕਿਹਾ ਸੀ ਕਿ ਜਦੋਂ ਤੁਸੀਂ ਜਿੰਨੀ ਵਾਰ ਤੁਸੀਂ ਦੇਖੋਗੇ ਤੁਸੀਂ ਨਵੀਂ ਚੀਜ਼ ਇੱਕ ਹੈ ਨਾ ਐਕਸਪੀਰੀਅੰਸ ਕਰਕੇ ਆਓਗੇ ਔਰ ਵਾਕਈ ਇਹ ਚੀਜ਼ ਹੁੰਦੀ ਹੈ। ਸੋ ਅਸੀਂ ਤਾਂ ਇਹੀ ਕਹਾਂਗੇ ਕਿ ਅਸੀਂ ਦੇਖ ਚੁੱਕੇ ਹਾਂ ਜੋੜੀ, ਮੈਂ ਦੋ ਵਾਰ ਵੇਖੀ ਹੈ ਨਾ, ਹੋਰ ਵਾਰ ਦੇਖਣ ਨੂੰ ਜੀ ਕਰਦਾ ਹੈ। ਤੁਸੀਂ ਇਹ ਨਹੀਂ ਵੇਟ ਕਰਨੀ ਕਿ ਕਦੋਂ ਓ ਟੀ ਟੀ ਤੇ ਆਉਣੀ ਹੈ ਤਾਂ ਉਦੋਂ ਵੇਖਾਂਗੇ, ਤੁਸੀਂ ਹੁਣੇ ਜਾ ਕੇ ਵੇਖਣੀ ਹੈ ਕਿਉਂਕਿ ਇਹਨਾਂ ਨੇ ਲਾਣੀ ਬੜੀ ਲੇਟ ਆ ਓ ਟੀ ਟੀ ਤੇ, ਭੁੱਲ ਜਾਂਦੇ ਅਸੀਂ ਭੁੱਲ ਜਾਂਦੇ। ਸੋ ਬਹੁਤ ਪਿਆਰੀ ਕਹਾਣੀ ਹੈ, ਬਹੁਤ ਸਾਰੇ ਇਮੋਸ਼ਨਸ ਬੋਲਦੀ ਹੈ। ਅਮਰਦੀਪ ਜੀ ਨਾਲ ਗੱਲ ਹੋਈ, ਮੈਂ ਤਾਂ ਹਜੇ ਬਹੁਤ ਕੁਝ ਹੋਰ ਸਵਾਲ ਸੀਗੇ, ਬਟ ਮੈਂ ਨਹੀਂ ਜਾਣਦੀ ਕਿ ਤੁਸੀਂ ਹੈ ਨਾ ਕਿ ਹੁਣ ਇੱਕ ਇੰਟਰਵਿਊ ਦੇ ਵਿੱਚ ਇਹ ਸੋਚੋ ਕਿ ਯਾਰ ਬਹੁਤ ਲੰਬੀ ਜਾ ਰਹੀ ਹੈ, ਆਪਾਂ ਫਿਰ ਕਦੀ ਜਦੋਂ ਗੱਲ ਕਰਾਂਗੇ, ਨਵੇਂ ਕਿਰਦਾਰਾਂ ਬਾਰੇ ਗੱਲ ਕਰਾਂਗੇ, ਨਵੀਂ ਕਹਾਣੀ ਬਾਰੇ ਗੱਲ ਕਰਾਂਗੇ। ਪਰ ਬਹੁਤ ਮਜ਼ਾ ਆਇਆ ਤੁਹਾਡਾ ਗੱਲਬਾਤ ਕਰਕੇ, ਥੈਂਕ ਯੂ ਸੋ ਮਚ ਸਾਡੇ ਜੁੜਨ ਦੇ ਲਈ। ਸੇਮ ਟੂ ਯੂ। ਬੜਾ ਟਾਈਮ ਹੋ ਗਿਆ ਸੀ ਆਪਾਂ ਨੂੰ ਪਲਾਨ ਕਰਦੇ ਨੂੰ, ਫਾਈਨਲੀ ਇੰਟਰਵਿਊ ਤਾਂ ਵਧੀਆ ਇੰਟਰਵਿਊ ਹੋਈ ਆ। ਸੋ ਬਹੁਤ ਚੰਗਾ ਲੱਗਿਆ ਜੀ। ਬਾਕੀ ਇਹ ਗੱਲ ਇਹਨਾਂ ਨੇ ਵਧੀਆ ਕੀਤੀ ਹੈ। ਦੂਜੀ ਗੱਲ ਮੈਂ ਕਲੀਅਰ ਕਰਾਂ, ਅੱਜ ਮੈਂ ਲਿਖ ਕੇ ਦੇ ਦਿੰਦਾ, ਓ ਟੀ ਟੀ 'ਤੇ ਘੱਟੋ ਘੱਟ 6 ਮਹੀਨੇ ਨਹੀਂ ਆਉਂਦੀ, ਸਾਲ ਵੀ ਲੱਗ ਸਕਦਾ, ਸ਼ਾਇਦ ਆਵੇ ਵੀ ਨਾ, ਪਤਾ ਨਹੀਂ। ਬੜੀਆਂ ਫਿਲਮਾਂ ਸਾਡੀਆਂ ਨਹੀਂ ਆਈਆਂ, ਲਾਹੌਰੀ ਕਿਤੇ ਵੀ ਨਹੀਂ। ਸੋ ਭੱਜੋ ਵੀਰੋ ਇੱਕ ਸਾਲ ਬਾਅਦ ਅਸੀਂ ਯੂਟਿਊਬ ਤੇ ਪਾਈ ਸੀ, ਸਾਲ ਕੇ 1.5 ਸਾਲ ਬਾਅਦ, 2 ਸਾਲ ਬਾਅਦ ਸ਼ਾਇਦ। ਸੋ ਨਹੀਂ ਵੀ ਆਉਂਦੀਆਂ ਫਿਲਮਾਂ, ਸੋ ਇਹ ਨਹੀਂ ਉਡੀਕ ਕਰਨੀ ਕਿ ਉੱਥੇ ਆਵੇ ਕਿਤੇ। ਹੁਣ ਲੱਗੀ ਹੋਈ ਹੈ ਸਿਨੇਮਾ ਘਰ ਦੇ ਵਿੱਚ, ਜ਼ਰੂਰ ਜਾਓ, ਬਹੁਤ ਸਾਰੇ ਲੋਕੀ ਵੇਖ ਰਹੇ ਓਵਰਸੀਜ਼ ਪੀਪਲ। ਪਿਆਰ ਦੇ ਰਹੇ ਹੋ, ਧੰਨਵਾਦ, ਸ਼ੁਕਰੀਆ, ਤੁਹਾਡੇ ਪਿਆਰ ਕਰਕੇ ਹੀ ਸਾਰਾ ਕੁਝ, ਜੋ ਵੀ ਹੈ ਇਹ ਸ਼ਾਬਾਸ਼ੀ ਨਾਲ ਹੀ ਸਾਨੂੰ ਅੱਗੇ ਕੰਮ ਮਿਲਦਾ ਭਰਾ। ਤੁਹਾਨੂੰ ਉਡੀਕ ਸੀ, ਫਾਈਨਲ ਰਿਲੀਜ਼ ਹੋਈ, ਹੁਣ ਤੁਸੀਂ ਜ਼ਰੂਰ ਦੇਖੋ। ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੇ ਵੇਖੀ ਹੈ ਕਿਉਂਕਿ ਉਹ ਰਿਵਿਊ ਵੀ ਦੇ ਰਹੇ ਆ ਔਰ ਬਹੁਤ ਅੱਛੇ ਅੱਛੇ ਰਿਵਿਊਜ਼ ਵੀ ਆ ਰਹੇ ਆ। ਸੋ ਅਗਲੀ ਵਾਰ ਮਿਲਦੇ ਹਾਂ, ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਹੁੰਦਾ ਹੋਵੇ, ਇਜਾਜ਼ਤ, ਸਤਿ ਸ਼੍ਰੀ ਅਕਾਲ।